ਵਾਹਿਗੁਰੂ ਸਾਹਿਬ ਜੀ, ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਨਾਹੀ ਨਾ ਨਿਰਮਲ ਕਰਨੀ, ਸਾਧ ਸੰਗਤ ਕਹਿ ਅੰਚਲ ਲਾਭੋ, ਬਿਖਮ ਨਦੀ ਜਾਏ ਤਰਨੀ। ਮੈ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਹਰੇ। ਗੁਰੂ ਨਾਨਕ ਜਿਨ ਸੁਣਿਆ ਵੇਖਿਆ, ਤੇ ਫਿਰ ਗਰਬਾਸ ਨਾ ਪਰਿਆਰੇ। ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ, ਦਾਸਨ ਦਾਸ ਕਹੇ ਜਨ ਨਾਨਕ, ਜਿਹਾ ਤੂੰ ਕਰਾਈ ਤੇਹਾ ਹਉ ਕਰੀ ਬਖਿਆਨ। ਵਾਹਿਗੁਰੂ ਸਾਹਿਬ ਜੀ, ਬਿਨ ਸਾਚੈ ਜੋ ਦੂਜੈ ਲਾਇਆ, ਮਾਇਆ ਮੋਹ ਦੁੱਖ ਸਵਾਇਆ, ਬਿਨ ਗੁਰ ਦੁੱਖ ਸੁਖ ਜਾਪੈ ਨਾਹੀ, ਬਿਨ ਗੁਰ ਦੁੱਖ ਸੁਖ ਜਾਪੈ ਨਾਹੀ, ਮਾਇਆ ਮੋਹ ਦੁੱਖ ਭਾਰੀ ਹੈ। ਸਾਚਾ ਸ਼ਬਦ ਜਿਨਾ ਮਨ ਭਾਇਆ, ਪੂਰਬ ਲਿਖਿਆ ਤਿਨੀ ਕਮਾਇਆ, ਸੱਚੋ ਸੇਵੈ ਸੱਚ ਧਿਆਵੈ, ਸੱਚ ਰਤ ਵਿਚਾਰੀ ਹੈ। ਗੁਰ ਕੀ ਸੇਵਾ ਮਿੱਠੀ ਲਾਗੀ, ਆਨੰਦ ਨਾ ਸੁਖ ਸਹਿਜ ਸਮਾਧੀ, ਹਰ ਹਰ ਕਰਤਿਆਂ ਮਨ ਨਿਰਮਲ ਹੋਆ, ਗੁਰ ਕੀ ਸੇਵ ਪਿਆਰੀ ਹੈ। ਸੇ ਜਨ ਸੁਖੀਏ ਸਤਿਗੁਰ ਸੱਚੇ ਲਾਏ, ਆਪੇ ਭਾਣੇ ਆਪ ਮਿਲਾਏ, ਸਤਿਗੁਰ ਰਾਖੇ ਸੇ ਜਨ ਉਭਰੇ, ਜੋ ਹੋਰ ਮਾਇਆ ਮੋਹ ਖਵਾਰੀ ਹੈ। ਸੇ ਜਨ ਸੁਖੀਏ ਸਤਿਗੁਰ ਸਾਚੇ ਲਾਏ, ਆਪੇ ਭਾਣੇ ਆਪ ਮਿਲਾਏ, ਸਤਿਗੁਰ ਰਾਖੇ ਸੇ ਜਨ ਉਭਰੇ, ਹੋਰ ਮਾਇਆ ਮੋਹ ਖਵਾਰੀ ਹੈ।
ਪਰਮ ਸਨਮਾਨ ਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਵਡਭਾਗੀ ਹਾਂ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੋਈ ਹੈ। ਸਾਨੂੰ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਕਰਕੇ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਪੜ੍ਹਨ, ਸੁਣਨ ਔਰ ਸਮਝਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸੋ ਆਓ ਕੁਝ ਕੁ ਸਮਾਂ ਆਪਣੀਆਂ ਮਨੋ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਸਤਿਗੁਰਾਂ ਦੀ ਰਹਿਮਤ ਸਦਕਾ ਜੋ ਆਪਾਂ ਅੰਮ੍ਰਿਤ ਬਾਣੀ ਇੱਕ ਓਅੰਕਾਰ ਤੋਂ ਲੜੀਵਾਰ ਸਤਿਗੁਰਾਂ ਦੇ ਪਾਵਨ ਦਰਬਾਰਾਂ ਤੋਂ ਸਰਵਣ ਕਰਦੇ ਆ ਰਹੇ ਹਾਂ। ਚੱਲ ਰਹੀ ਲੜੀਵਾਰ ਗੁਰਬਾਣੀ ਵਿਚਾਰ ਦੇ ਨਾਲ ਜੁੜਨ ਦੀ ਖੇਚਲਾ ਕਰੀਏ। ਜੋ ਪਾਵਨ ਪਵਿੱਤਰ ਸ਼ਬਦ ਜਾਪ ਸਰਵਣ ਕੀਤਾ ਹੈ, ਜਿਸ ਦੀ ਅਸਾਂ ਵਿਚਾਰ ਕਰਨੀ ਹੈ, ਇਹ ਪਾਵਨ ਪਵਿੱਤਰ ਸ਼ਬਦ ਜਾਪ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਾਵਨ ਪਵਿੱਤਰ ਰਸਨਾ ਦੁਆਰਾ ਉਚਾਰਨ ਕੀਤਾ ਆ, ਜੋ ਕਿ ਮਾਰੂ ਰਾਗ ਦੇ ਵਿੱਚ ਸੁਸ਼ੋਭਿਤ ਹੈ। ਸਤਿਗੁਰਾਂ ਨੇ ਇਸ ਸ਼ਬਦ ਦੇ ਵਿੱਚ ਕਿਰਪਾ ਕੀਤੀ ਹੈ 16 ਪੌੜੀਆਂ ਦੀ। 8 ਪੌੜੀਆਂ ਸ਼ਬਦ ਦੀਆਂ ਆਪਾਂ ਵਿਚਾਰ ਸਹਿਤ ਪਿੱਛੇ ਸਰਵਣ ਕੀਤੀਆਂ ਹਨ। ਅੱਗੇ 4 ਪੌੜੀਆਂ ਦਾ ਜੋ ਆਪਾਂ ਹੁਣ ਜਾਪ ਸਰਵਣ ਕੀਤਾ ਹੈ, ਸਤਿਗੁਰੂ ਜੀ ਰਹਿਮਤ ਕਰਨ, ਮਤ ਬੁੱਧ ਬਖਸ਼ਿਸ਼ ਕਰਨ, ਵਿਚਾਰ ਕਰ ਸਕੀਏ, ਕੋਸ਼ਿਸ਼ ਕਰੀਏ ਸਤਿਗੁਰਾਂ ਦੀ ਵਿਚਾਰਧਾਰਾ ਨੂੰ ਸਮਝਣ ਦੀ, ਸਮਝ ਕਰਕੇ ਹਿਰਦੇ ਘਰ ਵਿੱਚ ਵਸਾਈਏ, ਜੀਵਨ ਵਿੱਚ ਲਾਗੂ ਕਰੀਏ, ਤਾਂ ਤੇ ਸਾਡਾ ਵੀ ਜਿਹੜਾ ਇਹ ਜੀਵਨ ਹੈ ਸਫਲ ਹੋ ਜਾਏ, ਅਸੀਂ ਵੀ ਗੁਰਾਂ ਦੀ ਮਤ ਬੁੱਧ ਲੈ ਕਰਕੇ ਇਸ ਜੀਵਨ ਨੂੰ ਸਫਲ ਬਣਾਈਏ, ਸੋਹਣਾ ਬਣਾਈਏ, ਚੰਗੇ ਤਰੀਕੇ ਨਾਲ ਬਸਰ ਕਰਨਾ ਕਰੀਏ। ਤਾਂ ਤੇ ਆਓ, ਗੁਰੂ ਪਿਆਰਿਓ ਸਾਹਿਬਾਂ ਨੇ ਇਸ ਸ਼ਬਦ ਦੇ ਵਿੱਚ ਕਿਰਪਾ ਕੀਤੀ ਹੈ, ਸੱਚੇ ਮਾਲਕ ਦੀ ਵਾਰਤਾ ਸਮਝਾਉਂਦਿਆਂ ਆਖਣਾ ਕੀਤਾ ਆਰੰਭਤਾ ਵਿੱਚ ਕਿ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਣਾ ਸੱਚਾ ਤਖ਼ਤ ਰਚਨਾ ਕੀਤਾ ਹੈ, ਸੱਚਾ ਸਥਾਨ ਬਣਾਉਣਾ ਕੀਤਾ, ਉਹ ਕਿਹੜਾ ਹੈ? ਆ ਸਾਰਾ ਸੰਸਾਰ ਹੀ ਉਸ ਮਾਲਕ ਦਾ ਸਥਾਨ ਹੈ, ਤਖ਼ਤ ਹੈ, ਇੱਥੇ ਹੀ ਸਾਰੀ ਕਾਇਨਾਤ ਵਿੱਚੋਂ ਵਸਿਆ ਹੋਇਆ। ਮਾਲਕ ਆਖਦੇ ਨੇ ਸੱਚੇ ਸੱਚਾ ਤਖ਼ਤ ਰਚਾਇਆ, ਆਰੰਭਤਾ ਸ਼ਬਦ ਦੀ ਵੀ ਸੱਚੇ ਵਾਹਿਗੁਰੂ ਨੇ ਆਪਣੇ ਸੱਚੇ ਤਖ਼ਤ ਦੀ ਰਚਨਾ ਕੀਤੀ ਹੈ, ਨਿੱਜ ਘਰ ਵਸਿਆ, ਨਿੱਜੀ ਘਰ ਦੇ ਵਿੱਚ ਆਪਣੇ 'ਚ ਵਸਣਾ ਕੀਤਾ, ਐਸਾ ਘਰ ਹੈ ਮੇਰੇ ਮਾਲਕ ਦਾ ਤਿੱਥੇ ਮੋਹ ਨਾ ਮਾਇਆ,
ਪਾਤਸ਼ਾਹ ਜੀ ਕਹਿੰਦੇ ਉੱਥੇ ਨਾ ਮੋਹ ਨਾ ਕੋਈ ਮਾਇਆ ਹੈ। ਮਾਲਕ ਦੇ ਤਖ਼ਤ ਵਿੱਚ ਤਖ਼ਤ ਗੁਰੂ ਪਿਆਰੇ ਉਹ ਲਾਏ ਜਾਂਦੇ ਰਾਜੇ ਮਹਾਰਾਜਿਆਂ ਵੱਲੋਂ। ਉਸ ਤਖ਼ਤਾਂ 'ਤੇ ਬੈਠ ਕਰਕੇ ਜੀਵਾਂ ਦੀਆਂ ਇਹ ਕਹਿ ਲਈਏ ਆਪਾਂ ਵੀ ਵਾਰਤਾ ਗੱਲਾਂ ਬਾਤਾਂ ਦੇ ਨਿਪਟਾਰੇ ਕਰਦੇ, ਦੁੱਖ ਸੁੱਖ ਸੁਣਦੇ, ਹੋਰ ਭਾਵ ਕੇ ਫਤ ਵੀ ਲਾਏ ਜਾਂਦੇ। ਉਸ ਤਖ਼ਤ ਦੇ ਉੱਪਰ ਬੈਠੇ ਰਾਜੇ ਕਈ ਵਾਰ ਮੋਹ ਮਾਇਆ ਮਮਤਾ ਵਿੱਚ ਆ ਕੇ ਵੀ ਰਹਿਤ ਦੋ ਰਹਿਤ ਕਰ ਦਿੰਦੇ, ਪਰ ਸੱਚੇ ਵਾਹਿਗੁਰੂ ਦਾ ਜਿਹੜਾ ਤਖ਼ਤ ਹੈ ਨਾ, ਉਹ ਸੱਚੋ ਸੱਚ ਦਾ ਨਿਬੇੜਾ ਕਰਦਾ, ਉੱਥੋਂ ਸੱਚਾ ਹੁਕਮ ਆਉਂਦਾ ਹੈ। ਕਿਸੇ ਮੋਹ ਵਿੱਚ ਪੈ ਕੇ ਕੋਈ ਗਲਤ ਫੈਸਲਾ ਨਹੀਂ, ਕਿਸੇ ਮਾਇਆ ਦੇ ਲਾਲਚ ਵਿੱਚ ਕੋਈ ਗਲਤ ਫੈਸਲਾ ਨਹੀਂ ਹੈ। ਇਸੇ ਕਰਕੇ ਪਾਤਸ਼ਾਹ ਜੀਆਂ ਨੇ ਇਹ ਸਮਝਾਇਆ ਵੀ ਮੇਰੇ ਮਾਲਕ ਦਾ ਤਖ਼ਤ ਭਾਈ ਸੱਚਾ ਹੈ, ਉੱਥੋਂ ਸੱਚਾ ਹੀ ਪ੍ਰਮਾਣ ਹੁੰਦਾ। ਕਿਹੜਾ ਤਖ਼ਤ ਹੈ, ਕਿੱਥੇ ਬੈਠਾ, ਉਹ ਆਪਾਂ ਬਾਣੀ ਵਿੱਚੋਂ ਹੀ ਪੜ੍ਹਿਆ ਹੈ, ਪੜ੍ਹਦੇ ਹਾਂ ਵਾਰ ਵਾਰ ਵੀ ਮੇਰੇ ਮਾਲਕ ਨੇ ਆ ਜਗਤ ਦੀ ਰਚਨਾ ਕੀਤੀ ਹੈ, ਸਮਝੋ ਕਿ ਇਸੇ ਨੂੰ ਹੀ ਆਪਣਾ ਤਖ਼ਤ। ਕਿਉਂਕਿ ਸਾਹਿਬ ਕਹਿੰਦੇ ਆ ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਸੱਚੇ ਦੀ ਕੋਠੀ ਹੈ, ਸੱਚੇ ਦਾ ਹੀ ਵਿੱਚ ਵਾਸ ਹੈ। ਅਤੇ ਬਾਕੀ ਹੋਰ ਨੇੜੇ ਲੈ ਕੇ ਆਏ ਸਾਹਿਬ ਜੀ ਕਹਿੰਦੇ ਨੇ ਹਰ ਮੰਦਰ ਇਹ ਸਰੀਰ ਹੈ, ਹਰੀ ਦਾ ਮੰਦਰ ਰਹਿਣ ਵਾਲਾ ਘਰ ਆਹ ਸਰੀਰ ਹੈ ਭਾਈ, ਇਹਦੇ ਅੰਦਰ ਹੀ ਬੈਠਾ ਹੈ। ਇਸੇ ਕਰਕੇ ਪਾਤਸ਼ਾਹ ਨੇ ਇਹ ਸਮਝਾਉਂਦਿਆਂ ਸਾਨੂੰ ਕਿਰਪਾ ਕੀਤੀ ਹੈ, ਸਦ ਹੀ ਸਾਚ ਬਸਿਆ ਘੱਟ ਅੰਤਰ ਗੁਰਮੁਖ ਕਰਨੀ ਸਾਰੀ ਹੈ, ਵੀ ਸਦਾ ਉਹ ਹਿਰਦੇ ਵਿੱਚ ਬੈਠਾ ਬਸਿਆ ਹੋਇਆ, ਪਰ ਜਿਹੜੇ ਗੁਰਮੁਖ ਨੇ ਗੁਰੂ ਦੀ ਮੱਤ ਲੈ ਕੇ ਚੱਲਦੇ ਆ, ਸਮਝ ਲੈਂਦੇ ਆ, ਉਹ ਕਹਿੰਦੇ ਆਪਣੀ ਕਰਨੀ ਨੂੰ ਸ੍ਰੇਸ਼ਟ ਬਣਾ ਲੈਂਦੇ ਆ। ਕਰਨੀ ਸਾਰੀ ਇਹਦਾ ਭਾਵ ਹੈ ਸਾਰੀ ਇੱਥੇ ਸ੍ਰੇਸ਼ਟ ਚੰਗੀ, ਵੀ ਉਹ ਚੰਗੇ ਕੰਮ ਕਰਦੇ ਆ ਭਾਈ ਰੱਬ ਦੇ ਪਿਆਰੇ, ਜਿਹੜੇ ਸਮਝ ਲੈਂਦੇ ਹੈ ਵੀ ਅੰਦਰ ਬੈਠਾ ਹੈ ਉਹਦਾ ਤਖ਼ਤ ਇਹੀ ਹੈ, ਸੰਸਾਰ 'ਤੇ ਹੀ ਹੈ, ਦੁਨੀਆਂ 'ਚ ਹੀ ਰਹਿ ਰਿਹਾ, ਕਿਤੇ ਦੂਰ ਨਹੀਂ ਹੈ, ਦੂਰ ਨਾ ਹੀ ਸਦ ਨਾਲ ਹੀ ਹੈ ਰੇ, ਵੀ ਦੂਰ ਨਹੀਂ ਸਦਾ ਨਾਲ ਹੀ ਹੈ। ਪਾਤਸ਼ਾਹ ਜੀ ਕਹਿੰਦੇ ਦੂਰ ਨਹੀਂ ਹੈ ਪਰ ਅਸੀਂ ਜਾਣਿਆ ਦੂਰ ਹੈ, ਦੂਰ ਜਾਣਿਆ। ਪਾਤਸ਼ਾਹ ਜੀ ਕਹਿੰਦੇ ਨੇ ਐ ਪਿਆਰਿਆ ਉਹ ਤਾਂ ਤੇਰੇ ਹੱਥ ਪੈਰ ਵੀ ਦੂਰ ਨੇ, ਉਦੋਂ ਵੀ ਨੇੜੇ ਬੈਠਾ ਅੰਦਰ ਜਿੰਦ ਦੇ ਨਾਲ। ਪਾਤਸ਼ਾਹ ਜੀ ਕਹਿੰਦੇ ਨੇ ਕਹਿ ਰਬਦਾਸ ਹੱਥ ਪੈ ਨੇੜੇ ਸਹਿਜੇ ਹੋਏ ਸੋ ਹੋਈ, ਹੱਥਾਂ ਪੈੜਾਂ ਤੋਂ ਵੀ ਨੇੜੇ ਹੈ, ਬਸ ਸਹਿਜ ਟਿਕਾਓ ਆ ਜਾਵੇ ਮਨ ਦਾ। ਅਤੇ ਪਾਤਸ਼ਾਹ ਜੀ ਕਹਿੰਦੇ ਟਿਕਣ ਨਾਲ ਹੀ ਟਿਕਾਓ ਨਾਲ ਹੀ ਬਸ ਫਿਰ ਪਤਾ ਲੱਗਦਾ ਵੀ ਹੈ ਦੂਰ ਨਹੀਂ ਹੈ। ਫਿਰ ਤਾਂ ਜੈ ਜੈ ਵੇਖੋ ਤੈ ਹਜੂਰ ਦੂਰ ਕਤੇ ਨਾ ਜਾਈ, ਰੱਬ ਰਹਿਆ ਸਰਵਤਰ ਮੈਂ ਮਨ ਸਦਾ ਤੇ ਆਈ। ਫਿਰ ਇਹ ਵਾਰਤਾ ਸਰੋ ਵਿਚਾਰ ਪਾਤਸ਼ਾਹ ਜੀ ਰਹਿਮਤ ਕੀਤੀ ਇੱਥੋਂ ਆਰੰਭਤਾ ਹੈ। ਪਹਿਲਾ ਪਦਾ ਪੜ੍ਹੇ ਆਪਾਂ ਸ਼ਬਦਾਂ ਅੱਠ ਪੌੜੀਆਂ ਗੁਰੂ ਰਹਿਮਤ ਸਦਕਾ ਆਪਾਂ ਪਿੱਛੇ
ਵਿਚਾਰ ਸਹਿਤ ਸਰਵਣ ਕੀਤੀ ਹਨ। ਅੱਗੇ ਚਾਰ ਪੌੜੀਆਂ ਦਾ ਜੋ ਅੱਜ ਜਾਪ ਆਪਾਂ ਸਰਵਣ ਕੀਤਾ ਹੈ, ਵਿਚਾਰ ਕਰਨੀ ਹੈ ਸਤਿਗੁਰੂ ਮੇਰਾ ਕਰਨ। ਸਰੋ ਵਿਚਾਰ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਵੀ ਭਾਈ ਸੱਚੇ ਦਾ ਇਹ ਸਾਰਾ ਸੰਸਾਰ ਹੈ, ਜਿਹੜਾ ਸੱਚੇ ਨਾਲ ਲੱਗ ਜਾਂਦਾ ਹੈ ਉਹਨੂੰ ਸੱਚ ਦੀ ਸਮਝ ਆ ਜਾਂਦੀ ਹੈ। ਅਤੇ ਦੂਜੀ ਕੀ ਸਾਜਣਾ ਕੀਤੀ ਹੈ ਮੇਰੇ ਮਾਲਕ ਨੇ, ਮਾਇਆ ਦਾ ਵਸਾਰਾ, ਮਾਇਆ ਦਾ ਵਸਾਰਾ। ਦੂਸਰਾ ਹੈ ਆਪੀ ਨੇ ਆਪ ਸਾਜਿਓ, ਦੋਈ ਕੁਦ ਆਪੀ ਨੇ ਰਚਿਓ ਨਾਓ, ਦੋਈ ਕੁਦਰਤ ਸਾਜੀਏ ਪਾਤਸ਼ਾਹ ਕਹਿੰਦੇ, ਕੁਦਰਤੀ ਵਿਧਾਨ ਬਣਾਇਆ। ਦੂਜਾ ਕੁਦਰਤ ਵਿੱਚ ਹੀ ਮਾਇਆ ਪਾਤੀ ਹੈ, ਮਾਇਆ ਦਾ ਵਸਾਰਾ, ਸਾਰੀ ਮਾਇਆ ਵਿੱਚ ਜੀਵ ਉਲਝੇ ਹੋਏ ਹਾਂ ਆਪਾਂ ਸਾਰੀ। ਮਾਇਆ ਪੈਸਾ ਨਹੀਂ, ਬੜੀ ਵਾਰ ਆਪਾਂ ਸਮਝਣਾ ਕੀਤਾ, ਵਾਰ ਵਾਰ ਕਿਉਂ ਦੁਹਰਾਉਣਾ ਪੈਂਦਾ, ਕਿਉਂਕਿ ਸਾਡੀ ਬਹੁਤ ਆਤ ਗਿਣਤੀ ਇਹੀ ਹੈ, ਸੋਚ ਸਕਤੀ, ਵੀ ਜਿੱਥੇ ਮਾਇਆ ਦੀ ਗੱਲ ਹੁੰਦੀ ਉੱਥੇ ਪੈਸੇ ਵੱਲ ਸਾਡੀ ਨਜ਼ਰ ਆਉਂਦੀ ਹੈ। ਅਤੇ ਫਿਰ ਇਹ ਸਵਾਲ ਉੱਠਦੇ ਆ ਬਈ ਭਾਈ ਪੈਸੇ ਬਿਨਾਂ ਤਾਂ ਸਰਦਾ ਹੀ ਕੋਈ ਨਹੀਂ, ਅਤੇ ਕਹੀ ਜਾਂਦੇ ਆ ਪੈਸਾ ਨਹੀਂ, ਪੈਸੇ ਦੇ ਮੋਹ ਨਹੀਂ ਕਰਨਾ ਚਾਹੀਦਾ। ਪਰ ਪੈਸਾ ਨਹੀਂ, ਇਹ ਮਾਇਆ ਪਾਤਸ਼ਾਹ ਨੇ ਆਖਣਾ ਕੀਤਾ, ਬਾਣੀ ਵਿੱਚ ਸਾਨੂੰ ਸਮਝਾ ਵੀ ਬੰਦਿਆ ਇਹ ਸਾਰਾ ਹੀ ਮਾਇਆ ਦਾ ਪਸਾਰਾ ਹੈ, ਸਾਰਾ ਹੀ। ਕਿੱਦਾਂ ਹੈ, ਕੀ ਹੈ ਮਾਇਆ, ਉਹ ਨਿੱਤ ਪੜ੍ਹਦੇ ਆਪਾਂ ਪਹਿਲਾਂ ਪੜ੍ਹ ਕੇ ਬੇਟੇ ਆਨੰਦ ਸਾਹਿਬ ਦੀ ਬਾਣੀ, ਜਿਹਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਾਨੂੰ ਦੱਸ ਦਿੱਤਾ। ਸਾਹਿਬ ਕਹਿੰਦੇ ਇਹ ਮਾਇਆ ਜਿੱਤ ਹਰ ਵਿਸਰੈ ਮੋਹ ਪੁਜੈ ਭਾਉ ਦੂਜਾ ਲਾਇਆ। ਕਹਿੰਦੇ ਇਹ ਮਾਇਆ ਭਾਈ ਤੇਰੇ ਲਈ ਕਿਹੜੀ, ਜਿਹਨੂੰ ਪਾ ਕੇ ਤੂੰ ਰੱਬ ਨੂੰ ਭੁੱਲ ਜਾਵੇਂ, ਤੇਰੇ ਅੰਦਰ ਉਹਦੇ ਪ੍ਰਤੀ ਮੋਹ ਪੈਦਾ ਹੋ ਜਾ ਵੀ ਉਦੋਂ ਵੱਟ ਕੇ ਕੁਛ ਹੋਰ ਦਿਸੀ ਨਾ। ਪਾਤਸ਼ਾਹ ਜੀ ਕਹਿੰਦੇ ਬਸ ਸਮਝ ਲੈ ਕੇ ਉਹ ਤੇਰੇ ਲਈ ਮਾਇਆ, ਜਿਹਨੂੰ ਪਾ ਕੇ ਰੱਬ ਭੁਲਾਤਾ, ਜਿਹਨੂੰ ਪਾਉਣ ਲਈ ਰੱਬ ਭੁਲਾਤਾ। ਬਸ ਦੋ ਗੱਲਾਂ, ਜਿਹਨੂੰ ਪਾ ਕੇ ਜਿਹਨੂੰ ਪਾਉਣ ਲਈ, ਬਸ ਸੱਚ ਨੂੰ ਹੀ ਭੁੱਲ ਗਿਆ, ਪਤਾ ਹੀ ਨਹੀਂ ਲੱਗਦਾ ਫਿਰ ਵੀ ਕੀ ਕਰਨਾ ਕੀ ਨਹੀਂ ਕਰਨਾ। ਇਸੇ ਕਰਕੇ ਇਹ ਅਵਸਥਾ ਜਦੋਂ ਬਣਦੀ ਹੈ ਜਿਹਨੂੰ ਪਾ ਕੇ ਜਾਂ ਜਿਹਨੂੰ ਪਾਉਣ ਲਈ ਆਪਾਂ ਸਭ ਨਾਤੇ ਤੋੜ ਛੱਡਦੇ ਹਾਂ, ਸਭ ਕੁਝ ਹੀ ਭੁਲਾ ਦਿੰਦੇ ਹਾਂ, ਉਹ ਸਾਡੇ ਲਈ ਮਾਇਆ ਬਣਦੀ ਹੈ। ਫਿਰ ਜਿਹੜਾ ਐਸਾ ਮਾਇਆਧਾਰੀ ਹੋ ਜਾਂਦਾ ਉਹਨੂੰ ਪਾਤਸ਼ਾਹ ਨੇ ਇੱਕ ਖਿਤਾਬ ਹੋਰ ਦਿੱਤਾ, ਉਹਨੂੰ ਕੀ ਕਹਿੰਦੇ ਆ ਪਾਤਸ਼ਾਹ ਨੇ, ਮਾਇਆਧਾਰੀ ਅਤ ਅੰਨਾ ਬੋਲਾ। ਪਾਤਸ਼ਾਹ ਕਹਿੰਦੇ ਉਹ ਭਾਈ ਫਿਰ ਜਿਹੜਾ ਐਸੀ ਮਾਇਆ ਵਿੱਚ ਪੈ ਜਾਂਦਾ ਨਾ ਉਹ ਅਤਿ ਅੰਨਾ ਹੀ ਹੋ ਜਾਂਦਾ। ਪਾਤਸ਼ਾਹ ਕਹਿੰਦੇ ਇਹ ਨਹੀਂ ਵੀ ਉਹਨੂੰ ਦਿਸਣੋ ਬੰਦ ਹੋ ਜਾਂਦਾ ਹੈ। ਅਤ ਦਾ ਅੰਨਾ ਭਾਵ ਕੀ ਹੈ, ਵੀ ਉਸ ਵਸਤੂ ਬਿਨਾਂ ਉਸ ਚੀਜ਼ ਬਿਨਾਂ ਉਹਨੂੰ ਕੁਝ ਹੋਰ ਨਜ਼ਰ ਨਹੀਂ ਆਉਂਦਾ, ਬਸ ਉਹਦੀ ਸਿੱਧੀ ਟੇਕ ਉੱਥੇ ਹੁੰਦੀ ਵੀ ਇਹਨੂੰ ਪਾਉਣਾ। ਬਸ ਪਾਤਸ਼ਾਹ ਜੀ ਕਹਿੰਦੇ ਨੇ ਉਹ ਫਿਰ ਹੋਰ ਨੂੰ ਕੁਛ ਦਿਸਦਾ ਹੀ ਨਹੀਂ, ਨਜ਼ਰ ਹੀ ਨਹੀਂ ਆਉਂਦਾ। ਲੱਖ ਕੋਈ ਇਸ਼ਾਰੇ ਕਰੇ ਨਾ ਭਾਈ ਇੱਧਰ ਨਾ ਜਾਈ, ਬਚ ਜਾਏ ਬਚ ਜਾ ਰਹਿਣ ਦੇ, ਨਾ ਸੁਣਦਾ ਨਹੀਂ, ਵੇਖਦਾ ਹੀ ਨਹੀਂ, ਕੁਛ ਸੁਣਦਾ ਵੀ ਨਹੀਂ। ਨਾਲੇ ਵੀ ਕਿਹਾ ਅਤ ਅੰਨਾ, ਇਕੱਲਾ ਨਹੀਂ ਕਿਹਾ ਨਾਲ ਬੋਲਾ ਵੀ ਕਿਹਾ, ਅਤ ਅੰਨਾ ਬੋਲਾ। ਪਾਤਸ਼ਾਹ ਕਹਿੰਦੇ ਲੱਖ ਕੋਈ ਆਵਾਜ਼ਾਂ ਮਾਰੀ ਜਾਵੇ ਉਹ ਮੁੜਿਆ ਭਾਈ ਇੱਧਰ ਖੂਹ ਹੈ ਡਿੱਗੇਗਾ, ਇੱਧਰ ਤੇਰਾ ਡੋਬਾ ਹੋਏਗਾ, ਘਾਟਾ ਪਏਗਾ, ਸੁਣਦਾ ਹੀ ਕੁਛ ਨਹੀਂ ਹੈ, ਬੋਲਾ ਵੀ ਹੋ ਜਾਂਦਾ। ਪਾਤਸ਼ਾਹ ਕਹਿੰਦੇ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ। ਬਸ ਉਹ ਸ਼ਬਦ ਭਾਵ ਕਿਸੇ ਦੇ ਬੋਲ ਨਹੀਂ ਸੁਣਦਾ, ਬਾਣੀ ਤਾਂ ਸੁਣਨੀ ਕੀ ਹੈ।
ਸ਼ਬਦ ਸ਼ਬਦ ਦਾ ਭਾਵ ਕਿਸੇ ਦੀ ਗੱਲ ਨਹੀਂ ਸੁਣਦਾ ਵੀ ਆਹ ਸ਼ਬਦ ਤਾਂ ਉਹਨੇ ਸੁਣਨਾ ਹੀ ਕੀ ਆ ਤਾਂ ਕਹਿੰਦਾ ਬਥੇਰਾ ਕੁਛ ਕਹਿੰਦੀ ਹੈ ਬਾਣੀ ਜੀ ਜੇ ਇੱਧਰ ਹੀ ਲਾਗੇ ਫਿਰ ਕਹਿ ਸੰਸਾਰ ਕਿਵੇਂ ਚੱਲੂ ਪਰ ਬਾਣੀ ਤੋਂ ਬਿਨਾਂ ਸੰਸਾਰ ਨਹੀਂ ਚੱਲਦਾ ਗੁਰਸਿੱਖਾ ਬਾਣੀ ਮੁਤਾਲਕ ਜੇ ਬਾਣੀ ਨੂੰ ਸਮਝਾਂਗੇ ਬੜੇ ਸੌਖੇ ਤਰੀਕੇ ਦੇ ਨਾਲ ਮਾਲਕ ਨੇ ਸਾਡਾ ਸਾਦਾ ਸੋਹਣਾ ਜੀਵਨ ਨਿਰਵਾਹ ਕਰਨ ਲਈ ਇਹ ਬਚਨ ਦਿੱਤੇ ਨੇ ਗੁਰਸਿੱਖਾਂ ਨੂੰ ਇਹ ਬਾਣੀ ਦਿੱਤੀ ਹੈ ਬਾਣੀ ਸਾਡੇ ਲਈ ਚਾਨਣ ਮੁਨਾਰਾ ਦੁਨੀਆਂ 'ਤੇ ਜੀਵਨ ਕਿਵੇਂ ਚਲਾਉਣਾ ਕੀ ਕਰਨਾ ਕੀ ਨਹੀਂ ਕਰਨਾ ਇੱਕ ਚਾਨਣ ਹੈ ਗਿਆਨ ਨੂੰ ਚਾਨਣ ਕਿਹਾ ਨਾ ਜੇ ਗਿਆਨ ਹੈ ਗੁਰੂ ਪਿਆਰਿਓ ਤਾਂ ਜੀਵ ਸੋਹਣਾ ਨਿਰਵਾਹ ਕਰਦਾ ਬੇਗਿਆਨੀ ਦੁਨੀਆਂ ਬੜਾ ਜ਼ੋਰ ਮਾਰਦੀ ਹੈ ਪਰ ਗੱਲ ਨਹੀਂ ਬਣਦੀ ਸਮਝ ਵਾਲੇ ਗੁਰੂ ਪਿਆਰਿਓ ਜਿਹਨਾਂ ਗਿਆਨ ਲਿਆ ਉਹਨਾਂ ਕਲਮ ਦੇ ਨਾਲ ਹੀ ਸਾਰਾ ਜੀਵਨ ਨਗਾ ਲਿਆ ਹੁਕਮ ਚਲਾ ਚਲਾਈ ਪਰ ਬਹੁਤਾਤ ਗਿਣਤੀ ਸਾਡੀ ਇਹ ਵੇ ਵੀ ਅਸੀਂ ਜ਼ੋਰ ਮਾਰ ਮਾਰ ਕੇ ਥੱਕ ਗਏ ਗਿਆਨ ਤੋਂ ਵੀ ਹੋਣਿਆ ਸਾਰੀ ਜ਼ਿੰਦਗੀ ਦੁੱਖਾਂ ਭਰੀ ਲੰਘਾ ਲਈ ਪਾਤਸ਼ਾਹ ਕਹਿੰਦੇ ਬਈ ਭਾਈ ਗਿਆਨ ਲੈ ਗਿਆਨ ਦੇ ਨਾਲ ਹੀ ਗੱਲ ਬਣਨੀ ਹੈ ਗਿਆਨ ਤੋਂ ਬਿਨਾਂ ਨਹੀਂ ਗਿਆਨ ਪਾਤਸ਼ਾਹ ਬਾਣੀ ਸਾਨੂੰ ਸਾਰਾ ਗਿਆਨ ਹੀ ਦਿੱਤਾ ਪਾਤਸ਼ਾਹ ਨੇ ਕਿਉਂਕਿ ਆਪਾਂ ਪੜ੍ਹਦੇ ਹਾਂ ਨਾ ਸਾਹਿਬ ਕਹਿੰਦੇ ਗੁਰਬਾਣੀ ਇਸ ਜੱਗ ਮੈਂ ਚਾਨਣ 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 'ਚ ਹੀ ਸਭ ਕੁਛ ਕਰ ਸਕਦੇ ਹਾਂ ਨਾ ਹਨੇਰ ਵਿੱਚ ਕੀ ਹੁੰਦਾ ਹਨੇਰ ਵਿੱਚ ਤਾਂ ਸਾਡੇ ਗੋਡੇ ਭਣਾ ਲਈ ਦੇ ਆ ਹਨੇਰ ਵਿੱਚ ਤਾਂ ਭੁਲੇਖ ਹੀ ਐਸੇ ਪੈਂਦੇ ਆ ਗੁਰੂ ਪਿਆਰਿਓ ਵਸਤੂ ਕੋਈ ਹੋਰ ਹੁੰਦੀ ਹੈ ਅਤੇ ਸਾਡੇ ਮਨ 'ਚ ਸ਼ੰਕਾ ਕੋਈ ਹੋਰ ਹੀ ਬਣ ਜਾਂਦਾ ਇਉਂ ਹੀ ਬਸ ਜੇ ਗਿਆਨ ਨਹੀਂ ਹੈ ਤਾਂ ਵੀ ਇਹ ਵੀ ਸ਼ੰਕੇ ਹੀ ਨੇ ਫਿਰ ਗਿਆਨ ਤੋਂ ਬਿਨਾਂ ਪਤਾ ਨਹੀਂ ਕਿਹਨੂੰ ਅਸੀਂ ਚੰਗਾ ਬਣਾਤਾ ਕਿਹਨੂੰ ਮਾੜਾ ਬਣਾਤਾ ਗਿਆਨ ਤੋਂ ਬਿਨਾਂ ਸਮਝ ਕੋਈ ਨਹੀਂ ਜਿਹਨੇ ਜੋ ਇਹੋ ਜਿਹਾ ਸੁਣਾਤਾ ਸਾਨੂੰ ਕਹਿਤਾ ਕਿਸੇ ਪ੍ਰਥਾਈ ਅਸੀਂ ਉਹੀ ਕੁਝ ਮੰਨ ਲਿਆ ਪਰ ਪਾਤਸ਼ਾਹ ਕਹਿੰਦੇ ਆ ਗਿਆਨ ਲੈ ਭਾਈ ਗਿਆਨ ਤੋਂ ਬਿਨਾਂ ਨਹੀਂ ਗੱਲ ਜੀਵਨ ਦੀ ਹੈ ਗਿਆਨ ਤੋਂ ਬਿਨਾਂ ਅੰਧ ਧੁੰਦ ਵਿੱਚ ਦੁਨੀਆ ਤੁਰੀ ਫਿਰਦੀ ਹੈ ਇਸੇ ਕਰਕੇ ਸਾਹਿਬਾ ਵਾਰ ਵਾਰ ਸਾਨੂੰ ਕਹਿੰਦੇ ਆ ਭਾਈ ਗਿਆਨ ਲੈ ਗਿਆਨ ਕੀ ਸ਼ਬਦ ਜਪ ਲੈ ਬਾਣੀ ਪੜ੍ਹ ਲੈ ਆ ਦੁਨੀਆਂ ਦਾ ਵੀ ਗਿਆਨ ਜ਼ਰੂਰੀ ਹੈ ਪੜ੍ਹ ਲਿਖ ਲੈ ਕਿਉਂਕਿ ਅੱਖਰਾਂ ਤੋਂ ਬਿਨਾਂ ਕੁਛ ਨਹੀਂ ਪਾ ਸਕਣੇ ਅੱਖਰੀ ਗਿਆਨ ਗੀਤ ਗੁਣ ਗਾ ਅੱਖਰਾਂ ਨੂੰ ਸਿੱਖ ਅਤੇ ਅੱਖਰਾਂ ਦੁਆਰਾ ਗਿਆਨ ਲੈ ਕੇ ਸੱਚੇ ਮਾਲਕ ਦੇ ਗੁਣ ਗਾ ਲੈ ਇਸੇ ਕਰਕੇ ਸੋ ਇਹ ਪਾਤਸ਼ਾਹ ਨੇ ਬੇਅੰਤ ਸਾਨੂੰ ਵਚਨ ਦਿੱਤੇ ਹੈ ਪਰ ਗੱਲ ਮਾਇਆ ਦੀ ਚੱਲਦੀ ਹੈ ਵੀ ਮਾਇਆ ਸਾਡੇ ਲਈ ਸਭ ਕੁਛ ਹੀ ਹੈ ਕੀ ਹੈ ਵੀ ਜਿਹਨੂੰ ਪਾ ਕੇ ਅਸੀਂ ਮੋਹ ਧੋ ਕੇ ਰੱਬ ਨੂੰ ਵਿਸਾਰਤਾ ਉਹ ਸਾਡੇ ਲਈ ਮਾਇਆ ਹੈ ਉਹ ਕੁਝ ਵੀ ਜਿਹੜਾ ਐਸੀ ਮਾਇਆ ਵਿੱਚ ਉਲਝ ਜਾਂਦਾ ਉਹ ਇਹ ਗਿਆਨ ਭਾਵੇਂ ਜਿੰਨਾ ਉਹਦੇ ਕੋਲ ਮਰਜ਼ੀ ਇਸ ਪੜ੍ਹਿਆ ਲਿਖਿਆ ਬੜੀਆਂ ਭਾਵ ਡਿਗਰੀਆਂ 'ਚ ਕੀ ਫਿਰਦਾ ਪਰ ਚਾਨਣ ਨਹੀਂ ਲੈ ਰਿਹਾ ਉਹ ਅੰਧ ਅਤੇ ਧੁੰਦ ਵਿੱਚ ਪੈ ਗਿਆ ਅੰਧਾ ਹੋ ਗਿਆ ਅਤੇ ਬੋਲਾ ਹੋ ਗਿਆ ਪਾਤਸ਼ਾਹ ਜੀ ਕਹਿ ਰਹੇ ਨੇ ਇਹ ਬਚਨ ਬੜਿਆਂ ਨੂੰ ਵੇਖਦਿਆਂ ਨਾ ਆਪਾਂ ਵੀ ਬੜੇ ਰਿਸ਼ਵਤਖੋਰੀ ਵਿੱਚ ਪੈ ਜਾਂਦੇ ਵੱਡੇ ਵੱਡੇ ਅਫਸਰ ਲਾ ਕੇ ਬੜੀ ਦੁਨੀਆ ਸਮਝਾਉਂਦੀ ਪਰ ਪਤਾ ਉਦੋਂ ਲੱਗਦਾ ਜਦੋਂ ਹੱਥ ਕੜੀਆਂ ਲੱਗ ਜਾਂਦੀਆਂ ਨੇ ਜਦੋਂ ਵਰਦੀਆਂ ਉਤਾਰੀਆਂ ਜਾਂਦੀਆਂ ਨੇ ਸਸਪੈਂਡ ਹੋ ਜਾਂਦੇ ਆ ਫਿਰ ਪਛਤਾਵੇ ਹੁੰਦੇ ਆ ਨਾ ਇਉਂ ਹੀ ਭਾਵ ਕਿ ਬੇਅੰਤ ਐਸੇ ਆਪਾਂ ਅੱਜ ਸੁਣਦੇ ਹਾਂ ਵੇਖਦੇ ਹਾਂ ਵੀ ਇੰਨਾ ਪੜ੍ਹਿਆ ਲਿਖਿਆ ਬੰਦਾ ਆਹ ਕੁਝ ਕਰ ਗਿਆ
ਕਿਉਂ ਕਰ ਗਿਆ? ਕਿਉਂਕਿ ਮਾਇਆ ਦੇ ਪਛਾਰੀ ਵਿੱਚ ਉਲਝ ਗਿਆ ਹੈ। ਇਸੇ ਕਰਕੇ ਪਾਤਸ਼ਾਹ ਜੀ ਇਹ ਰਹਿਮਤ ਕਰਦੇ ਵੀ ਜੇ ਸੱਚ ਤੋਂ ਭੁੱਲ ਗਏ, ਥਿੜਕ ਗਏ, ਪਛਾਰਤਾ ਤਾਂ ਭਾਈ ਦੂਜਾ ਫਿਰ ਮਾਇਆ ਦੇ ਹੱਥ ਹੀ ਹੈ। ਇਸੇ ਕਰਕੇ ਸਾਹਿਬਾਂ ਨੇ ਇਹ ਕਿਰਪਾ ਕੀਤੀ, ਰਹੋ ਵਿਚਾਰ ਆਓ ਸਾਹਿਬਾਂ ਜੋ ਮਿਹਰ ਕਰਦੇ ਆ। ਨੌਵੀਂ ਪੌੜੀ ਵਿੱਚ ਆਪਾਂ ਅੱਗੇ ਸਮਝਣ ਦੀ ਕੋਸ਼ਿਸ਼ ਕਰੀਏ ਜੀ। ਬਿਨ ਸੱਚ ਜੋ ਦੂਜੇ ਲਾਇਆ, ਮਾਇਆ ਮੋਹ ਦੁੱਖ ਸਵਾਇਆ, ਬਿਨ ਗੁਰ ਦੁੱਖ ਸੁੱਖ ਜਾਪੈ ਨਾਹੀ, ਮਾਇਆ ਮੋਹ ਦੁੱਖ ਭਾਰੀ ਹੈ। ਸਾਹਿਬ ਕਹਿੰਦੇ ਬਿਨ ਸੱਚੇ, ਬਿਨਾਂ ਸੱਚੇ ਤੋਂ ਜੋ ਦੂਜੇ ਲਾਇਆ, ਪਾਤਸ਼ਾਹ ਕਹਿੰਦੇ ਜੋ ਵੀ ਦੂਜੇ ਪਾਸੇ ਲੱਗ ਗਿਆ, ਦੂਜਾ ਪਸਾਰਾ ਸਾਰਾ ਮਾਇਆ ਦੀ ਹੈ। ਜੋ ਕੁਛ ਮਰਜ਼ੀ ਸਮਝ ਲਈ ਆਪਾਂ, ਦੂਜਾ ਕਹਿਤਾ ਪਾਤਸ਼ਾਹ ਨੇ, ਹੁਣ ਦੂਜ ਵਿੱਚ ਜਿਹੜੀ ਚੀਜ਼ ਨੂੰ ਅੱਗੇ ਮਰਜ਼ੀ ਰੱਖ ਕੇ ਸਮਝ ਲੈ ਲਈ ਆਪਾਂ, ਵੀ ਆਪੋ ਆਪਣੇ 'ਤੇ ਲਾ ਕੇ ਵੇਖੀਏ ਵੀ ਮੈਂ ਸੱਚ ਨਾਲੋਂ ਟੁੱਟ ਕੇ ਕਿੱਧਰ ਨੂੰ ਜਾ ਰਿਹਾ, ਕਿਹਦੇ ਕਰਕੇ ਸੱਚ ਨਾਲੋਂ ਟੁੱਟਿਆ ਮੈਂ, ਕਾਹਦੀ ਕਰਕੇ? ਕਦੇ ਸੋਚ ਕੇ ਵੇਖੀਏ ਵੀ ਜਿਹਦੀ ਕਰਕੇ ਸੱਚ ਨਾਲੋਂ ਟੁੱਟਿਆ ਉਹਨੇ ਮੈਨੂੰ ਸੁੱਖ ਦਿੱਤਾ, ਸਕੂਨ ਦਿੱਤਾ, ਆਨੰਦ ਦਿੱਤਾ, ਦੇਵੇਗਾ ਕਿ ਨਾ ਦੇਵੇਗਾ? ਵੀ ਸੱਚ ਨਾਲੋਂ ਟੁੱਟ ਗਏ। ਹੁਣ ਸੱਚ ਤਾਂ ਇਹੀ ਹੈ, ਪਾਤਸ਼ਾਹ ਕਹਿੰਦੇ ਕਿਸੇ ਨਾਲ ਧੋਖਾ ਧੜੀ ਨਾ ਕਰੀ ਭਾਈ, ਰੱਬ ਸਾਰਿਆਂ 'ਚ ਵੱਸਦਾ ਹੈ, ਸਾਰਿਆਂ 'ਚ ਵੱਸਦਾ। ਹੁਣ ਜੀ ਕਈ ਵਾਰ ਹੁੰਦਾ ਕਹਿੰਦਾ ਆਪਾਂ ਸਵਾਰਥ ਲਈ ਬੜਾ ਕੁਛ ਕਰਦੇ ਹਾਂ, ਆਪਣਿਆਂ ਲਈ ਬੜਾ ਕੁਛ ਕਰਦੇ ਹਾਂ, ਪਰ ਪਾਤਸ਼ਾਹ ਨੇ ਬਾਣੀ ਵਿੱਚ ਆਖਣਾ ਕੀਤਾ ਸਾਨੂੰ ਵੀ ਪਿਆਰਿਆ ਵੇਖ ਕਦੇ ਸੋਚ ਕੇ, ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁੱਤ ਦਾਰ ਅਪਸ਼ਾ ਆਣ ਲੁਟਾਵੈ। ਪਾਤਸ਼ਾਹ ਜੀ ਕਹਿੰਦੇ ਆ ਆਹੀ ਕਰਮ ਲਈ ਕਰਦਾ ਨਾ, ਪ੍ਰਪੰਚ ਇਕੱਠਾ ਕਰਦਾ, ਪਰ ਧਨ ਪਰਾਇਆ, ਧਨ ਪਰਾਇਆਂ ਦਾ ਸਭ ਕੁਛ, ਪਰਾਏ ਭਾਵ ਕਿ ਬਈ ਹੋਰ ਕਿਸੇ ਦਾ ਹੱਕ ਅਤੇ ਹੋਰ ਹੱਕ ਮਾਰ ਅਤੇ ਅੰਗ ਲਿਆਉਂਦੇ। ਪਾਤਸ਼ਾਹ ਜੀ ਕਹਿੰਦੇ ਆ ਵੀ ਹੱਕ ਕਿਸੇ ਦਾ ਅਤੇ ਤੂੰ ਹੜੱਪੀ ਜਾਂਦਾ, ਇਕੱਤਰ ਕਰੀ ਕਰਦਾ, ਕਾਹਦੇ ਲਈ? ਸੁੱਤ ਦਾਇਰਾ ਪੈ, ਧੀਆਂ ਪੁੱਤਰਾਂ ਲਈ, ਪਰਿਵਾਰ ਲਈ, ਸੰਬੰਧੀਆਂ ਲਈ, ਆਣ ਲਟਾਵੇ ਲਿਆ ਕੇ ਲੈ, ਬੜਾ ਖੁਸ਼ ਉਹਨਾਂ 'ਤੇ, ਖੁਸ਼ ਕਰਦਾ ਵੀ ਇੰਨਾ ਕੁਛ ਲਿਆਂਦਾ। ਪਾਤਸ਼ਾਹ ਜੀ ਕਹਿੰਦੇ ਨੇ ਸੁੱਤ ਦਾਇਰਾ ਪੈ ਆਣ ਲੁਟਾਵੇ, ਕਹਿੰਦੇ ਮਨ ਮੇਰੇ ਭੁੱਲੇ, ਇਹ ਭੁੱਲਿਆ ਹੋਇਆ ਮਨਾ ਕਪਟ ਨਾ ਕੀਜੇ, ਨਾ ਕਰੇ ਕੰਮ। ਬਾਣੀ ਵਿੱਚ ਸਾਹਿਬਾ ਸਾਨੂੰ ਸਮਝਾਉਂਦੇ ਆ ਵੀ ਆਓ ਭਾਈ ਨਾ ਕਰਿਆ ਕਰ ਐਸੇ ਕਰਮ, ਕਪਟ ਨਾ ਕੀਜੇ, ਨਾ ਕਪਟ ਕਰ। ਯਾਦ ਰੱਖੀ ਪਾਤਸ਼ਾਹ ਕਹਿੰਦੇ ਅੰਤ ਨਵੇਰਾ ਤੇਰੇ ਜੀ ਪੈ ਲੀਜੇ, ਕਹਿੰਦੇ ਅੰਤ ਨੂੰ ਆਖਰ ਨੂੰ ਰਿਜ਼ਲਟ ਹੈ ਜਿਹੜਾ ਤੇਰੇ 'ਤੇ ਹੈ, ਲੇਖਾ ਜੋਖਾ ਜਿਹੜਾ ਉਹ ਤੇਰੇ ਨਾਲ ਹੈ। ਮਾਰਾਂ ਸਹਿਣੀਆਂ ਨੇ ਮਾੜੇ ਕਰਮਾਂ ਦੀਆਂ ਤਾਂ ਸਹਿਣੀਆਂ ਨੇ, ਸੁੱਖ ਲੈਣਾ ਚੰਗੇ ਕਰਮਾਂ ਦਾ ਉਹ ਵੀ ਤੈਨੂੰ ਮਿਲਣਾ ਹੈ। ਅਤੇ ਪਾਤਸ਼ਾਹ ਕਹਿੰਦੇ ਨੇ ਵੇਖੀ ਕਿਤੇ, ਸਾਹਿਬ ਕਹਿੰਦੇ ਨੇ ਅੰਤ ਨਵੇੜਾ ਤੇਰੇ ਜੀ ਭੈ ਲੀਜੈ, ਸਿੰਨ ਸਿੰਨ ਤਨ ਸੀਜੈ, ਜਰਾ ਜਨਾਬ ਹੈ। ਕਹਿੰਦੇ ਜਦੋਂ ਜਰ ਨੇ ਆ ਕੇ ਘੇਰਨਾ, ਕਹਿੰਦਾ ਜਰ ਬੁਢੇਪੇ ਨੂੰ ਕਹਿੰਦੇ ਆ, ਸਿਰ ਸਿਰ ਕਰਕੇ ਬਹੁਤ ਅੰਤ ਤਾਂ ਐਸਾ ਹੀ ਅਸਵਾ ਸਾਡੇ ਸੋਚਣਾ ਬਈ ਜੀ ਹੁਣ ਇਕੱਠਾ ਕਰ ਲਈਏ, ਬੁਢੇਪੇ ਵਿੱਚ ਲੋੜ ਪਏਗੀ, ਬੜਾ ਸਾਡੇ ਖਿਆਲ ਨੇ। ਬੜੇ ਕਹਿਣਗੇ ਵੀ ਜੇ ਕੋਲ ਚਾਰ ਟਕੇ ਆ ਤਾਂ ਸਾਰੀ ਸਾਂਭ ਸੰਭਾਲ ਕਰਦੇ ਹੈ, ਪਿਆਰ ਵਿੱਚ ਰਹਿੰਦੇ ਆ, ਕੋਲੇ ਕੁਛ ਨਹੀਂ ਤੇ ਕੋਈ ਨਹੀਂ, ਸਵਾਰਥ ਦੀ ਦੁਨੀਆ ਗੀਲਾ।
ਪਰ ਬੇਅੰਤ ਐਸੇ ਰੱਬ ਦੇ ਪਿਆਰਿਆਂ ਦੀਆਂ ਗਾਥਾ ਪੜ੍ਹਦਿਆਂ ਸੁਣਦਿਆਂ ਜਿਨ੍ਹਾਂ ਕੁਛ ਨਹੀਂ ਆਪਣੇ ਕੋਲ ਰੱਖਣਾ ਕੀਤਾ, ਸਭ ਪਰਮੇਸ਼ਰ ਦਾ ਜਾਣ ਕੇ ਸਹੀ ਤਰੀਕੇ ਨਾਲ ਵਰਤਣਾ ਕੀਤਾ ਹੈ, ਰੱਬ ਨੂੰ ਯਾਦ ਰੱਖਿਆ, ਸੱਚ ਨੂੰ ਨਹੀਂ ਭੁਲਾਇਆ, ਪਰ ਨਾ ਕੋਲ ਹੁੰਦਿਆਂ ਹੋਇਆਂ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਇਉਂ ਦੁਨੀਆਂ ਸਵਾਬਾਂ ਵਿੱਚ ਰਹੀ, ਸਵਾਬਾਂ ਹੋਈਆਂ, ਸਵਾਰਥ ਦੀ ਦੁਨੀਆਂ ਨੂੰ ਜੇ ਛੱਡ ਕੇ ਸੱਚ ਨਾਲ ਜੁੜਨਾ ਕੀਤਾ, ਜੇ ਸਹੀ ਤਰੀਕੇ ਨਾਲ ਜੀਵਨ ਨੂੰ ਬਤੀਤ ਕੀਤਾ, ਤਾਂ ਕਰਕੇ ਇਤਿਹਾਸ ਆਪਾਂ ਪੜ੍ਹਦੀਆਂ ਮਹਾਨ ਪੁਰਸ਼ਾਂ ਦੇ ਬੜਿਆਂ ਦੇ, ਅਤੇ ਇਸੇ ਕਰਕੇ ਪਰ ਸਾਡੇ ਮਨ 'ਚ ਭਰਮ ਬਈ ਖੈਰ ਵੀ ਜੇ ਨਾ ਟਕੇ ਹੋਏ ਚਾਰ, ਇਹ ਸੰਸਾਰੀ ਸਾਡੀ ਸੁਰਤੀ ਬਿਰਤੀ ਹੈ, ਕਿਉਂਕਿ ਆਮ ਕਹਾਵਤ ਬਣਾਤੀ, ਕਹਿੰਦੇ ਪਰਸ਼ੂ ਪਰਸ਼ਾ ਪਰਸ਼ਰਾਮ ਮਾਇਆ ਤੇਰੇ ਤਿੰਨ ਨਾਮ, ਇਹ ਮਾਇਆ ਦੇ ਨਾਮ ਨੇ, ਤਦੇ ਤਾਂ ਪਾਤਸ਼ਾਹ ਕਹਿੰਦੇ ਮਾਇਆ ਵਿੱਚ ਨਾ ਖੱਚ ਤੋ ਭਾਈ, ਜੇ ਖੱਚ ਤਾਂ ਮਾਇਆ ਵਿੱਚ ਹੋਵੇ ਫਿਰ ਆਹ ਤਿੰਨ ਨਾਮ ਅਤੇ ਫਿਰ ਤੇਰੇ 'ਤੇ ਵੀ ਇਹ ਲਾਗੂ ਹੋ ਜਾਣਗੇ, ਤੇਰੇ 'ਤੇ ਵੀ ਜਦ ਤੱਕ ਤਾਂ ਜ਼ੋਰ ਜ਼ਬਰ ਚੱਲਦਾ ਹੈ, ਚਾਰ ਟਕੇ ਇਕੱਠੇ ਨੇ ਇਕੱਠੇ ਕਰ ਰਹੇ ਹਾਂ, ਉਹਨਾਂ ਚਿਰ ਹੀ ਫਿਰ ਤੇਰੀ ਗਹਿਮਾ ਗਹਿਮਾ ਹੋਏਗੀ, ਘੱਟ ਗਈ, ਬਸ ਗਿਆ ਕੰਮ। ਇਸੇ ਕਰਕੇ ਪਾਤਸ਼ਾਹ ਜੀ ਇਹ ਮਿਹਰ ਕਰਦਿਆਂ ਸਾਨੂੰ ਸਮਝਾਉਂਦੇ ਨੇ ਵੀ ਇਹ ਪਿਆਰਿਆ ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪੈ ਲੀਜੈ। ਪਾਤਸ਼ਾਹ ਕਹਿ ਰਹੇ ਨੇ, ਬਾਬਾ ਕਬੀਰ ਸਾਹਿਬ ਮਹਾਰਾਜ ਕਹਿਤ ਕਬੀਰ ਕੋਈ ਨਹੀਂ ਤੇਰਾ, ਕੋਈ ਨਹੀਂ ਤੇਰਾ, ਅੰਤ ਨਵੇੜਾ ਤੇਰੇ ਜੀ ਪਿਆਲੀ ਜੈ। ਪਾਤਸ਼ਾਹ ਕਹਿੰਦੇ ਨੇ ਤੇਰੇ ਨਾਲ, ਤੇਰੀ ਜਿੰਦ ਨਾਲ ਹੈ। ਇਸੇ ਕਰਕੇ ਸੋ ਪਾਤਸ਼ਾਹ ਇਹ ਸਾਨੂੰ ਸਮਝਾਉਂਦੇ ਆ ਵੀ ਇਹ ਪਿਆਰਿਆ ਬਿਨ ਸਾਚੇ ਦੋ ਜੂ ਜੋ ਦੂਜੇ ਲਾਇਆ, ਜੋ ਵੀ ਜੀਵ ਦੂਜੇ ਬੰਨੇ ਲੱਗਿਆ, ਜਿਹਨੇ ਚਿੱਤ ਹੋਰ ਪਾਸੇ ਲਾਇਆ, ਹੋਰ ਕੀ ਮਾਇਆ ਪਸਾਰੇ ਚਲਾਇਆ, ਪਾਤਸ਼ਾਹ ਕਹਿੰਦੇ ਮਾਇਆ ਮੋਹ ਦੁੱਖ ਸਵਾਇਆ, ਸਵਾਏ ਦਾ ਭਾਵ ਸਾਰੇ ਪਾਸੇ, ਮਾਇਆ ਦੇ ਮੋਹ ਵਿੱਚ ਪਈ ਹੋਈ ਦੁਨੀਆ ਸਾਰੇ ਪਾਸੇ ਦੁੱਖ ਭੋਗਦੀ ਫਿਰਦੀ ਹੈ, ਦੁੱਖਾਂ ਵਿੱਚ ਹੀ ਸਾਰੇ। ਗੁਰੂ ਨਾਨਕ ਪਾਤਸ਼ਾਹ ਨੇ ਵੇਖਣਾ ਕੀਤਾ ਵੀ ਸੱਚੇ ਪਰਮੇਸ਼ਰ ਪਤੀ ਵਾਹਿਗੁਰੂ ਨੂੰ ਭੁਲਾਇਆ ਅਤੇ ਦੁਨੀਆ ਦਾ ਆਹ ਹਾਲ ਬਣਿਆ, ਵੇਖਣਾ ਕੀਤਾ, ਤਦੇ ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ, ਸਾਹਿਬ ਕਹਿੰਦੇ ਨੇ ਬਾਲੀ ਰੋਬ ਹੈ ਨਾਹੀ ਪਤਾਰ, ਬਾਲੀ ਦਾ ਭਾਵ ਹੈ ਬਾਲਕਾ, ਬਾਲਕਾ ਕੌਣ ਜਿੰਦ ਸਾਡੀ, ਕਹਿੰਦੇ ਰੋਂਦੀ ਹੈ ਕਿਉਂ, ਨਾਹੀ ਪਤਾਰ, ਇਹਨੇ ਪਤਾਰ ਪਤੀ ਪਰਮਾਤਮਾ ਵਾਹਿਗੁਰੂ ਨੂੰ ਵਸਾਰਤਾ ਹੈ ਹੀ ਨਹੀਂ, ਇਹਨੇ ਮਾਲਕ ਨੂੰ ਹੀ ਪਰੇ ਕਰਤਾ। ਪਾਤਸ਼ਾਹ ਜੀ ਕਹਿੰਦੇ ਤਾਂ ਰੋ ਰਹੀ ਹੈ, ਬਸ ਆਹੀ ਕਾਰਨ ਬਣ ਗਿਆ ਦੁਨੀਆ ਦਾ, ਨਾਨਕ ਦੁਨੀਆ, ਪਾਤਸ਼ਾਹ ਕਹਿੰਦੇ ਨਾਨਕ ਦੁਖੀਆ ਸਭ ਸੰਸਾਰ, ਇਸ ਕਾਰਨ ਕਰਕੇ ਸੱਚ ਨਾਲੋਂ ਵਿਸਰਨ ਕਰਕੇ ਮਾਲਕ ਨੂੰ ਭੁਲਾਉਣ ਕਰਕੇ ਮਾਇਆ ਦੇ ਪਸਾਰੇ ਵਿੱਚ ਪੈ ਕੇ ਪਾਤਸ਼ਾਹ ਕਹਿੰਦੇ ਆਹ ਕਾਰਨ ਵੱਡਾ ਭਾਈ ਦੁਖੀ ਹੋਣ ਦਾ, ਮਾਇਆ ਮੋਹ ਦੁੱਖ ਸਵਾਇਆ। ਪਾਤਸ਼ਾਹ ਕਹਿੰਦੇ ਬਿਨ ਗੁਰ ਦੁੱਖ ਸੁੱਖ ਜਾਪੈ ਨਾਹੀਂ, ਬਿਨਾਂ ਗੁਰੂ ਤੋਂ ਦੁੱਖ ਅਤੇ ਸੁੱਖ ਨੂੰ ਸਮਝਣਾ ਨਹੀਂ, ਸਮਝ ਨਹੀਂ ਆਉਂਦੀ, ਪਤਾ ਹੀ ਨਹੀਂ ਲੱਗਦਾ ਕਾਰਨਾਂ ਦਾ ਵੀ ਦੁਖੀ ਕਿਉਂ ਹੋ ਰਹੇ ਹਾਂ। ਜੇ ਕਦੇ ਸੁੱਖ ਵੀ ਆਉਂਦਾ ਉਹ ਵੀ ਪਤਾ ਨਹੀਂ ਲੱਗਦਾ ਸਾਨੂੰ ਵੀ ਸੁੱਖ ਕਿਉਂ ਆਇਆ, ਵੀ ਮਾਲਕ ਨੇ ਸੁੱਖ ਦਿੱਤਾ, ਕੋਈ ਚੰਗਾ ਕਰਮ ਕੀਤਾ ਸੁੱਖ, ਨਾ ਪਤਾ ਹੀ ਨਹੀਂ ਲੱਗਦਾ, ਉਹ ਵੀ ਅਸੀਂ ਕਹਿੰਦੇ ਹਾਂ, ਉੱਥੇ ਵੀ ਫਿਰ ਚੇਤੇ ਇੱਧਰੀ ਲਾ ਜਾਂਦਾ, ਲਓ ਜੀ ਇੰਨੀਆਂ ਖੁਸ਼ੀਆਂ ਆ ਗਈਆਂ ਸਾਡੇ ਘਰ ਤਾਂ, ਲਓ ਹੁਣ ਫਿਰ ਕੀ ਕਰੀਏ, ਕੀ ਕਰੀਏ, ਕੀ ਕਰਦੇ ਆਪਾਂ, ਸਾਰੀ ਵਧਾਈਆਂ ਮਿਲਣ ਲੱਗ ਜਾਂਦੀਆਂ ਨੇ,
ਫਿਰ ਵਧਾਈਆਂ ਅਸੀਂ ਹੋਰ ਟਾਈਪ ਨਾਲ ਦਿੰਦੇ ਹਾਂ ਅਤੇ ਉੱਥੇ ਆ ਕੇ ਫਿਰ ਅਸੀਂ ਦੁੱਖਾਂ ਵਿੱਚ ਹੀ ਗ੍ਰਸ ਹੋ ਜਾਂਦੇ ਹਾਂ। ਇਸੇ ਕਰਕੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਸਮਝ ਹੀ ਨਹੀਂ ਆਉਂਦੀ ਸਾਨੂੰ ਵੀ ਦੁੱਖ ਕਿਵੇਂ ਲੰਘਾਉਣਾ ਜੇ ਆਇਆ ਹੈ ਅਤੇ ਸੁੱਖ ਕਿਵੇਂ ਮੰਨਣਾ ਜੇ ਆਇਆ। ਪਾਤਸ਼ਾਹ ਜੀ ਕਹਿੰਦੇ ਬਿਨਾਂ ਗੁਰੂ ਤੋਂ ਬਿਨ ਗੁਰ ਦੁੱਖ ਸੁੱਖ ਜਾਪੈ ਨਾਹੀਂ, ਜਾਪਦਾ ਹੀ ਨਹੀਂ। ਇਸੇ ਕਰਕੇ ਪਾਤਸ਼ਾਹ ਕਹਿੰਦੇ ਨੇ ਜਾਣਿਆ ਹੀ ਨਹੀਂ ਜਾਂਦਾ। ਕਿਉਂ? ਕਿਉਂਕਿ ਮਾਇਆ ਮੋਹ ਦੁੱਖ ਭਾਰੀ ਹੈ, ਮਾਇਆ ਮੋਹ ਵਿੱਚ ਪਿਆ ਹੋਇਆ ਜੀਵ ਬਹੁਤੇ ਦੁੱਖ ਲੈਂਦਾ, ਭਾਰੀ ਇਹਦੇ ਲਈ ਭਾਰੀ ਬਣ ਜਾਂਦਾ ਸਭ ਕੁਛ। ਦੁੱਖਾਂ ਦੇ ਦੁੱਖ ਢੇਰ ਢਹਿੰਦੇ ਹੈ ਅਤੇ ਕਿਤੇ ਸੁੱਖ ਵੀ ਆਇਆ, ਸੁੱਖ ਦਾ ਵੀ ਇਹ ਦੁੱਖਾਂ ਵਿੱਚ ਹੀ ਤਬਦੀਲੀ ਕਰਕੇ ਭਾਰ ਵਧਾ ਲੈਂਦਾ। ਇਸੇ ਕਰਕੇ ਆਓ ਸਾਹਿਬਾ ਸਾਨੂੰ ਸਮਝਾ ਰਹੇ ਨੇ ਵੀ ਇਹ ਪਿਆਰਿਆ ਸੱਚੇ ਮੇਰੇ ਮਾਲਕ ਦਾ ਇਹ ਤਖਤ ਹੈ, ਆ ਰਚਤ ਹੈ, ਆ ਮੰਦਰ ਬਣਾਏ ਨੇ, ਆ ਸਰੀਰ ਵਿੱਚ ਰਹਿ ਰਿਹਾ, ਵੀ ਉਹਨੂੰ ਸਮਝਣਾ ਕਰ। ਪਾਤਸ਼ਾਹ ਜੀ ਇਹ ਰਹਿਮਤ ਕਰ ਨੇ ਸਾਨੂੰ ਸਮਝਾਉਂਦੇ ਨੇ ਅੱਗੇ ਦਸਵੀਂ ਪੌੜੀ। ਸੱਚਾ ਸ਼ਬਦ ਜਿੰਨਾ ਮਨ ਪਾਇਆ ਪੂਰਬ ਲਿਖਿਆ ਤਿੰਨੀ ਕਮਾਇਆ, ਸੱਚੋ ਸੇਵੈ ਸੱਚ ਤੇ ਆਵੈ ਸੱਚ ਰਤੇ ਵਿਚਾਰੀ ਹੈ। ਪਾਤਸ਼ਾਹ ਕਹਿੰਦੇ ਸੱਚਾ ਸ਼ਬਦ ਜਿੰਨਾ ਮਨ ਪਾਇਆ, ਜਿਨ੍ਹਾਂ ਦੇ ਮਨ ਨੂੰ ਚੰਗਾ ਲੱਗਿਆ ਸੱਚਾ ਸ਼ਬਦ ਵਾਹਿਗੁਰੂ ਦਾ, ਸਤਿਗੁਰਾਂ ਦਾ। ਪਾਤਸ਼ਾਹ ਕਹਿੰਦੇ ਜਿਨ੍ਹਾਂ ਨੂੰ ਵੀ ਚੰਗਾ ਲੱਗਿਆ ਭਾਈ ਗੁਰਬਾਣੀ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਚਾਰਦੇ ਸਮੇਂ ਸਮੇਂ ਤੇ ਸੱਚ ਸੁਣਾਉਂਦੇ ਜਾਂਦੇ, ਜਿਨ੍ਹਾਂ ਨੂੰ ਚੰਗੀ ਲੱਗਦੀ ਬਾਣੀ ਉਹ ਗੁਰੂ ਨਾਨਕ ਦੇ ਸਾਹਿਬ 'ਚ ਚਰਨਾਂ ਦੇ ਵਿੱਚ ਢਹਿ ਕੇ ਕਹਿੰਦੇ ਸੱਚਿਆ ਪਾਤਸ਼ਾਹ ਰਹਿਮਤ ਕਰ ਸਾਡੇ 'ਤੇ, ਸਾਨੂੰ ਅੱਜ ਸਮਝ ਆ ਗਈ। ਅਤੇ ਉਹਨਾਂ ਸਮਝਣ ਵਾਲਿਆਂ ਨੂੰ ਮੇਰੇ ਮਾਲਕ ਨੇ ਫਿਰ ਗਿਆਨ ਹੋਰ ਦਿੱਤਾ, ਸਮਝਾਇਆ, ਸੋਹਣੇ ਜੀਵਨ ਬਣਾਤੇ। ਕੌਡੇ ਰਾਕਸ਼ ਨੇ ਸੁਣੀ ਬਾਣੀ, ਸਮਝ ਆ ਗਈ ਅਤੇ ਪਾਤਸ਼ਾਹ ਨੇ ਕਿੱਡੀ ਕਿਰਪਾ ਕੀਤੀ ਅਤੇ ਅੱਜ ਸਾਰੀ ਦੁਨੀਆ ਜਾਣਦੀ ਆ, ਉਹਨਾਂ ਦੇ ਗੁਣ ਗਾਏ ਜਾਂਦੇ ਆ। ਸੱਜਣ ਠੱਗ ਨੂੰ ਇਹ ਬਾਣੀ ਸਮਝ ਆਈ, ਉਹਨਾਂ ਸਿੱਧ ਯੋਗੀਆਂ ਨੂੰ ਬਾਣੀ ਸਮਝ ਆਈ, ਜਿਨ੍ਹਾਂ ਜਿਨ੍ਹਾਂ ਨੂੰ ਸਮਝ ਆਈ ਬਾਣੀ ਅਤੇ ਉਹਨਾਂ ਦੇ ਜੀਵਨ ਪਲਟੇ ਖਾ ਗਏ, ਬਦਲ ਗਏ ਨੇ। ਬੜੇ ਐਸੇ ਸਾਡੇ ਵਰਗੇ ਰਹਿ ਗਏ ਜਿਹੜੇ ਹਰ ਸਮੇਂ ਨਾਲ ਰਹਿੰਦੇ ਸੀ ਗੁਰੂ ਪਾਤਸ਼ਾਹ ਦੇ, ਪਰ ਬਾਣੀ ਨੂੰ ਸਮਝਿਆ ਨਹੀਂ ਹੈ, ਰਹਿ ਗਏ ਪ੍ਰਥੀ ਵਰਗੇ। ਮੀਸ਼ ਨੇ ਵੀ ਕਹਿਤਾ, ਮਾਲਕ ਨੇ ਵੀ, ਮੀਣੇ ਹੀ ਰਹਿ ਗਏ। ਗੁਰੂ ਪਿਆਰਿਓ ਵੀ ਜਿਨ੍ਹਾਂ ਨੇ ਸਮਝਣਾ ਨਹੀਂ ਕੀਤਾ, ਸਮਝਣ ਵਾਲੇ ਲਾਹਾ ਲੈ ਗਏ, ਲਾਹਾ ਲੈ ਲਿਆ। ਅੱਜ ਵੀ ਸਮਝੇ ਜੋ ਕਿ ਲਾਹਾ ਲੈਂਦਾ ਹੈ, ਇਹ ਬਾਣੀ ਲਾਹੇ ਲਈ ਹੈ ਗੁਰੂ ਪਿਆਰਿਓ, ਸਾਡੇ ਲਈ ਲਾਹੇ ਬੰਦ ਹੈ। ਗੁਰੂ ਕੀ ਬਾਣੀ ਲਾਹਾ ਲਈ ਆਪਾਂ, ਕਾਰਜ ਸਵਾਰੀਏ ਆਪਣੇ ਕਾਰਜ ਜ਼ਿੰਦਗੀ ਦੇ, ਆ ਜੀਵਨ ਨੂੰ ਸਵਾਰਨਾ ਕਰੇ, ਜੀਵਨ ਸਫਲ ਹੋ ਜਾਵੇ ਸਾਡਾ। ਪਾਤਸ਼ਾਹ ਨੇ ਆਖਣਾ ਤਾਂ ਕੀਤਾ ਮਨ ਗੁਰਮਿਲ ਕਾਜ ਸਵਾਰੇ, ਵੀ ਇਹ ਮਨਾ ਗੁਰੂ ਨੂੰ ਮਿਲ ਭਾਈ, ਗੁਰੂ ਨੂੰ ਮਿਲ ਕੇ ਆਪਣੇ ਕਾਰਜ ਨੂੰ ਸਫਲ ਕਰ ਲੈ, ਸਵਾਰ ਲੈ, ਕਿਉਂਕਿ ਮਾਲਕ ਤੋਂ ਬਿਨਾਂ ਕੋਈ ਸਵਾਰਨ ਵਾਲਾ ਨਹੀਂ ਹੈ। ਪੰਚਮ ਗੁਰਦੇਵ ਜੀ ਅੱਜ ਵਚਨ ਵੀ ਸਾਹਿਬਾ ਦਾ ਹੀ ਹੈ, ਕਿੰਨਾ ਤੁਧ ਬਨ ਦੂਜਾ ਨਾਹੀਂ ਕੋਏ, ਤੂੰ ਕੁਰਤਾਰ ਕਰੇ ਸੋ ਹੋਏ, ਤੇਰਾ ਜੋ ਤੇਰੀ ਮਨ ਟੇਕ,
ਪਾਤਸ਼ਾਹ ਨੇ ਆਗਣਾ ਕੀਤਾ ਵੀ ਜ਼ੋਰ ਵੀ ਤੇਰਾ ਹੀ ਹੈ ਸੱਚੇ ਪਾਤਸ਼ਾਹ, ਸਾਡੇ ਮਨ ਨੂੰ ਆਸਰਾ ਤੇਰਾ ਹੈ, ਤੇਰੇ ਤੋਂ ਬਿਨਾਂ ਕੌਣ ਹੈ ਕਰਨ ਵਾਲਾ, ਤੇਰੇ ਤੋਂ ਬਿਨਾਂ ਕੋਈ ਹੋਰ ਹੈ ਨਹੀਂ। ਇਹ ਜੇ ਸਮਝ ਆ ਜਾ ਵੀ ਫਿਰ ਅਸੀਂ ਆਪੇ ਭਾਵ ਨੂੰ ਮਿਟਾਉਣਾ ਕਰੀਏ, ਫਿਰ ਇਹ ਨਾ ਹੋਵੇ ਸਾਡਾ ਵੀ ਮੈਂ ਕਰਦਾ ਮੈਂ ਕਰਤਾ ਮੈਂ ਕਰੂੰਗਾ, ਨਹੀਂ ਵੀ ਕਰਤਾ ਪੁਰਖ ਉਹ ਹੈ, ਉਹੀ ਕਰਦਾ ਉਹੀ ਕਰੇਗਾ ਉਹੀ ਕਰਦਾ ਰਿਹਾ ਹੈ। ਇਸੇ ਕਰਕੇ ਤੂੰ ਤੂੰ ਕਰਨ ਦੀ ਆਵਾਜ਼ ਸਾਡੇ ਅੰਦਰੋਂ ਜੇ ਆ ਜੇ, ਬਾਬਾ ਕਬੀਰ ਸਾਹਿਬ ਮਹਾਰਾਜ ਦੇ ਅੰਦਰੋਂ ਆਵਾਜ਼ ਆਈ ਅਤੇ ਉਹਨਾਂ ਤਦੇ ਕਹਿਤਾ ਮਾਲਕਾ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਮੇਰੇ 'ਚ ਹੂੰ ਨਹੀਂ ਰਹੀ ਹੁਣ, ਹੂੰ ਦਾ ਭਾਵਦਾ ਹੰਗਤਾ ਹੰਕਾਰ ਆਪਣਾ ਮੈਂ ਮੇਰੀ ਉਹ ਖਤਮ ਹੋ ਗਈ। ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਆਪਾ ਪਰਕਾ ਮਿਟ ਗਿਆ, ਹੁਣ ਤੇਰ ਤੇ ਮੇਰ ਖਤਮ ਹੋ ਗਈ। ਆਪੇ ਦਾ ਭਾਵਦਾ ਆਪਾ, ਪਰ ਦਾ ਭਾਵਦਾ ਪਰਾਇਆ, ਤੇਰਾ ਮੇਰਾ ਵੀ ਹੁਣ ਸਭ ਕੁਝ ਮਿਟ ਗਿਆ। ਸੱਚੇ ਪਾਤਸ਼ਾਹ ਮੇਰ ਤੇਰ ਤਾਂ ਰਹੀ ਹੋਈ ਨਹੀਂ ਕੋਈ, ਆਪਾ ਪਰਕਾ ਮਿਟ ਗਿਆ। ਜਤ ਦੇਖਾਂ ਤਤ ਤੂੰ, ਹੁਣ ਜਦ ਵੀ ਦੇਖਦਾ ਜਿੱਧਰ ਵੀ ਵੇਖਦਾ ਤੂੰ ਹੈ ਪਾਤਸ਼ਾਹ ਜੀ, ਮੈਂ ਤਾਂ ਹੈ ਹੀ ਨਹੀਂ ਹੁਣ, ਜੇ ਮੈਂ ਹਾਂ ਤਾਂ ਪਾਤਸ਼ਾਹ ਵੀ ਕਹਿਤਾ ਭਗਤ ਪਿਆਰਿਆਂ ਦੀ ਬਚਨ, ਜਬ ਹਮ ਹੋਤੇ ਤਬ ਤੂੰ ਨਾਹੀ। ਐ ਮੇਰੇ ਵਾਹਿਗੁਰੂ, ਜਦੋਂ ਹਮ ਹੰਗਤਾ ਹੈ ਸਾਡੇ ਵਿੱਚ, ਤੂੰ ਨਹੀਂ ਫਿਰ ਨਜ਼ਰ ਆਉਂਦਾ, ਭਾਵੇਂ ਬੈਠਾ ਅੰਦਰ ਹੀ ਤਖ਼ਤ ਉਹਦਾ ਹੀ ਆਰੰਭਤਾ ਇੱਥੋਂ ਸਭ ਦੀ ਹੈ ਵੀ ਸੱਚੇ ਨੇ ਸੱਚਾ ਤਖ਼ਤ ਰਚਾਇਆ ਆਪਣਾ, ਸੱਚੇ ਸੱਚਾ ਤਖ਼ਤ ਰਚਾਇਆ। ਪਾਤਸ਼ਾਹ ਜੀ ਕਹਿੰਦੇ ਭਾਈ ਸੱਚੇ ਨੇ ਤਖ਼ਤ ਆਪਣਾ ਰਚਿਆ ਹੋਇਆ ਅੰਦਰ ਸਾਡੇ ਹੈ, ਪਰ ਜਦੋਂ ਮੈਂ ਮੇਰੀ 'ਚ ਪੈ ਗਿਆ ਫਿਰ ਇਹਨੂੰ ਨਜ਼ਰ ਨਹੀਂ ਆਉਂਦਾ, ਉਹ ਦਿਸਦਾ ਨਹੀਂ ਹੈ। ਜਦੋਂ ਉਹਦੇ ਪਸਾਰੇ ਵਿੱਚ ਹੀ ਫਸ ਗਿਆ ਫਿਰ ਉਹੀ ਭਾਵ ਕੇ ਜੋ ਵਚਨ ਪਹਿਲਾਂ ਆਪਾਂ ਪੜ੍ਹਿਆ, ਮਾਇਆ ਧਾਰੀ ਅਤ ਅੰਨਾ ਬੋਲਾ, ਫਿਰ ਅੰਨਾ ਅਤਿ ਅੰਨਾ ਹੋ ਗਿਆ, ਦਿਸਦਾ ਹੀ ਨਹੀਂ, ਕੋਲੇ ਖੜਾ ਵੀ ਨਹੀਂ ਦਿਸ ਰਿਹਾ, ਨਾਲ ਬੈਠਾ ਨਹੀਂ ਦਿਸ ਰਿਹਾ, ਕਿਉਂਕਿ ਨੇਤਰਾਂ ਵਿੱਚ ਉਹ ਜੋਤ ਖਤਮ ਕਰ ਲਈ ਗਿਆਨ ਵਾਲੀ ਹੈ ਨਹੀਂ, ਉਹ ਲਈ ਨਹੀਂ, ਮਿਲਣੀ ਕਿੱਥੋਂ ਆ, ਮਾਲਕ ਕੋਲੇ ਮਿਲਣੀ ਆ, ਗੁਰੂ ਸਾਹਿਬ ਕੋਲੇ ਮਿਲਣੀ ਆ। ਇਹ ਅੰਨਾ ਹੋ ਗਿਆ ਅਤੇ ਬੋਲਾ ਹੋ ਗਿਆ, ਹੁਣ ਸੁਣ ਨਹੀਂ ਰਿਹਾ ਸ਼ਬਦ ਨੂੰ, ਸਮਝ ਨਹੀਂ ਰਿਹਾ, ਇਹ ਸ਼ਬਦ ਨਹੀਂ ਸੁਰਤ ਵਿੱਚ ਟਿਕਣਾ, ਸ਼ਬਦ ਦਾ ਹੀ ਸੁਰਮਾ ਮਾਲਕ ਪਾ ਰਹੇ ਨੇ ਸਾਡੇ, ਜੇ ਹੁਣ ਸਰੋਤ ਹੀ ਨਹੀਂ ਰਿਹਾ ਤਾਂ ਕਿਵੇਂ ਪਏਗਾ। ਮਾਲਕ ਤਾਂ ਕਹਿ ਰਹੇ ਨੇ ਵੀ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਅਤੇ ਸੰਤ ਭੇਟਿਆ, ਨਾਨਕ ਮਨ ਪ੍ਰਕਾਸ਼। ਪ੍ਰਕਾਸ਼ ਮਨ ਵਿੱਚ ਹੋਵੇਗਾ ਜੇ ਮਨ ਵਿੱਚ ਅੰਦਰ ਸਾਡੇ ਗੁਰੂ ਕਾ ਬਚਨ ਬੈਠੇਗਾ, ਸਮਝ ਵਿੱਚ ਆਏਗਾ। ਇਸੇ ਕਰਕੇ ਪਾਤਸ਼ਾਹ ਜੀ ਇਹ ਮੇਰਾ ਕਰਦੇ ਆ, ਸਾਨੂੰ ਸਮਝਾ ਰਹੇ ਨੇ ਵੀ ਇਹ ਪਿਆਰਿਆ ਮੈਂ ਮੇਰੀ ਨੂੰ ਕੱਢਣਾ ਕਰ। ਬਾਹਰੀ ਬਚਨ ਵੀ ਬਾਬਾ ਕਬੀਰ ਸਾਹਿਬ ਦੇ ਆਪਾਂ ਪੜ੍ਹਦੇ ਹਾਂ, ਬੇਅੰਤ ਮਹਾਨ ਪੁਰਸ਼ ਪੜ੍ਹਦੇ ਆ ਇਹ ਬਚਨਾਂ ਨੂੰ, ਕਬੀਰ ਮੈਂ ਮੇਰੀ ਨੂੰ ਮਾਰ ਕੇ ਨਿੱਕੀ ਕਰਕੇ ਕੁੱਟ, ਭਰੇ ਖਜ਼ਾਨੇ ਸਾਹਿਬ ਕੇ ਨੀਵਾਂ ਹੋ ਕੇ ਲੁੱਟ। ਕਹਿੰਦੇ ਮੈਂ ਮੇਰੀ ਨੂੰ ਖਤਮ ਕਰ ਦੇ ਨਿੱਕੀ ਨਿੱਕੀ ਕਰਕੇ, ਭਾਵ ਕੇ ਬਰੀਕੀ ਵਿੱਚ ਵੀ ਵੇਖ ਵੀ ਬਰੀਕੀ ਵਿੱਚ ਵੀ ਨਾ ਮੈਂ ਮੇਰੀ ਆਵੇ ਸਾਡੇ। ਪਰ ਬੜੇ ਕਹਿਣਗੇ ਸਾਨੂੰ ਕਈ ਵਾਰ ਆਪਣੇ ਮਾਣ ਦਾ ਪਤਾ ਨਹੀਂ ਲੱਗਦਾ ਵੀ ਅਸੀਂ ਕਿੱਦਾਂ ਦੇ ਮਾਣ ਕਰਦੇ, ਬੜੇ ਵਾਰ ਐਵੇਂ ਆਪਾਂ ਕਹਿੰਦੇ ਹਾਂ ਕਹਿੰਦਾ ਵੀ ਕਹਿੰਦੇ ਮੈਂ ਤਾਂ ਜੀ ਮਾਣ ਨਹੀਂ ਕਰਦਾ, ਮੈਂ ਤਾਂ ਜੀ
ਨਾਲੇ ਮੈਂ ਹੈ ਨਾਲੇ ਮਾਣ ਨਹੀਂ ਕਰਦਾ। ਮੈਂ ਨਹੀਂ ਕਿਸੇ ਨੂੰ ਦੱਸਦਾ ਇੱਦਾਂ ਇੱਦਾਂ ਦੇ ਕੰਮ ਕਰੀ ਦੇ ਹੈ, ਨਾਲੇ ਕਹਿੰਦਾ ਮੈਂ ਦੱਸਦਾ ਨਹੀਂ, ਨਾਲੇ ਦੱਸਦਾ ਫਿਰਦਾ, ਭਾਵ ਕਿ ਆਪਣੇ ਆਪ ਪਤਾ ਹੀ ਨਹੀਂ ਲੱਗਦਾ ਸਾਨੂੰ ਗਿਆਨ ਤੋਂ ਬਿਨਾਂ ਕੀ ਹੋਇਆ ਜੀ। ਕਹਿੰਦੇ ਜੇ ਬਾਣੀ ਨਹੀਂ ਪੜ੍ਹਦੇ ਅਸੀਂ ਆਹ ਆਹ ਕੰਮ ਕਰਦੇ ਹਾਂ, ਕੀ ਹੋਇਆ ਜੀ ਅਸੀਂ ਸੰਗਤ ਨਹੀਂ ਕਰਦੇ, ਅਸੀਂ ਇੰਨੀ ਇੰਨੀ ਸੇਵਾ ਕਰੀ ਜਾਂਦੇ ਹਾਂ, ਸਾਡੇ ਮਨ ਵਿੱਚ ਕੋਈ ਮੈਲ ਨਹੀਂ, ਮਨ ਸਾਡੇ ਸਾਫ ਨੇ। ਉਹ ਪਤਾ ਨਹੀਂ ਭਾਈ ਮਨ ਕਿਵੇਂ ਸਾਫ ਹੋ ਗਏ, ਕਿੱਥੋਂ ਕਰ ਲਏ, ਪਰ ਪਾਤਸ਼ਾਹ ਤਾਂ ਕਹਿੰਦੇ ਨੇ ਇਹ ਸੱਚੀ ਬਾਣੀ ਤੋਂ ਬਿਨਾਂ, ਸੱਚ ਨਾਮ ਤੋਂ ਬਿਨਾਂ, ਸੰਗਤ ਤੋਂ ਬਿਨਾਂ ਮਨ ਸਾਫ ਨਹੀਂ ਹੁੰਦਾ, ਇਹਨੂੰ ਤਾਂ ਜਨਮਾਂ ਜਨਮਾਂਤਰਾਂ ਦੀ ਮੈਲ ਲੱਗੀ ਹੋਈ ਹੈ। ਪਰ ਇਹ ਕਹਿੰਦਾ ਮਨ ਸਾਡਾ, ਕਹਿੰਦਾ ਮਨ ਸੂਖਮ ਅਹੰਕਾਰ ਹੈ ਜਿਹੜਾ ਸਾਨੂੰ ਪਤਾ ਹੀ ਨਹੀਂ ਲੱਗਦਾ। ਕਹਿੰਦਾ ਜੀ ਸਾਫ ਹੈ ਮਨ, ਕੀ ਹੋਇਆ ਜੀ ਨਹੀਂ ਗੁਰੂ ਘਰ ਜਾਂਦੇ, ਕੀ ਹੋਇਆ ਨਹੀਂ ਬਾਣੀ ਪੜ੍ਹਦੇ, ਕੀ ਹੋਇਆ ਨਹੀਂ ਸੰਗਤ ਕਰਦੇ। ਸਤਿਗੁਰੂ ਜੀ ਸਾਨੂੰ ਸਮਝਾਉਂਦੇ ਆ ਵੀ ਇਹ ਪਿਆਰਿਆ ਬਰੀਕੀ ਵਿੱਚ ਵੀ ਨਾ ਇਹਨੂੰ ਰਹਿਣ ਦੇਈ। ਬਾਬਾ ਕਬੀਰ ਸਾਹਿਬ ਦੇ ਵਚਨ ਜੋ ਪੜ੍ਹੇ ਵੀ ਨਿੱਕੀ ਕਰਕੇ ਘੱਟ, ਨਿੱਕੀ ਨਿੱਕੀ ਕਰਕੇ ਬਰੀਕੀ ਤੋਂ ਬਰੀਕੀ ਵਿੱਚ ਜਾ ਕੇ ਵੇਖਣਾ ਕਰ ਤੂੰ ਕਿੱਥੇ ਫਿਰਦਾ ਕੀ ਕਰਦਾ, ਇਹ ਗਿਆਨ ਦੁਆਰਾ ਹੀ ਪਤਾ ਲੱਗੇਗਾ। ਇਸੇ ਕਰਕੇ ਪਾਤਸ਼ਾਹ ਜੀ ਇਹ ਮਿਹਰ ਕਰਦਿਆਂ ਸਾਨੂੰ ਸਮਝਾਉਂਦੇ ਆ ਬਈ ਭਾਈ ਬਿਨਾਂ ਗੁਰੂ ਦੀ ਕਿਰਪਾ ਤੋਂ ਇਹ ਸ਼ਬਦ ਤੋਂ ਗੱਲ ਨਹੀਂ ਬਣਦੀ। ਇਸੇ ਕਰਕੇ ਸਾਹਿਬਾ ਕਹਿ ਰਹੇ ਨੇ ਬਿਨ ਗੁਰ ਦੁੱਖ ਸੁੱਖ ਜਾਪੇ ਨਾਹੀ ਮਾਇਆ ਮੋਹ ਦੁੱਖ ਭਾਰੀ ਹੈ। ਅੱਗੇ ਆਪਾਂ ਪੜ੍ਹ ਰਹੇ ਸੀ ਸੱਚਾ ਸ਼ਬਦ ਜਿਨ ਮਨ ਪਾਇਆ, ਜਿਨ੍ਹਾਂ ਨੂੰ ਇਹ ਸ਼ਬਦ ਭਾ ਗਏ ਚੰਗੇ ਲੱਗੇ। ਹੁਣ ਚੰਗੀ ਤਾਂ ਗੱਲ ਜੇ ਸੁਣਾਂਗੇ ਤਦੇ ਪਤਾ ਲੱਗੂ ਵੀ ਚੰਗੀ ਆ ਕਿ ਮਾੜੀ ਆ, ਜੇ ਪੜ੍ਹਾਂਗੇ ਤਦੇ ਹੀ ਪਤਾ ਲੱਗੂ ਸ਼ਬਦ ਦਾ ਵੀ ਕੀ ਹੈ। ਹੁਣ ਜੇ ਪੜ੍ਹਨਾ ਕੋਈ ਨਹੀਂ ਸੁਣਨਾ ਕੋਈ ਨਹੀਂ ਤਾਂ ਭਾਵੇਗਾ ਕਿਵੇਂ ਭਾਈ? ਸਾਨੂੰ ਸੁਣਿਆ ਬਿਨਾਂ ਨਹੀਂ ਅਸੀਂ ਕਹਿ ਸਕਦੇ ਵੀ ਆਹ ਚੰਗਾ ਹੈ ਜਾਂ ਮਾੜਾ ਹੈ। ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਸੁਣਿਆ ਭਾਈ, ਸੁਣਨ ਤੋਂ ਬਾਅਦ ਜਿਨ੍ਹਾਂ ਨੂੰ ਭਾ ਗਿਆ ਸੱਚਾ ਸ਼ਬਦ, ਜਿਨ੍ਹਾਂ ਮਨ ਭਾਇਆ, ਪਾਤਸ਼ਾਹ ਕਹਿੰਦੇ ਪੂਰਬ ਲਿਖਿਆ ਤਿੰਨੀ ਕਮਾਇਆ। ਪੂਰਬ, ਪੂਰਬ ਹੁੰਦਾ ਪਹਿਲਾਂ, ਵੀ ਪਹਿਲਾਂ ਲਿਖਿਆ। ਹੁਣ ਇੱਥੇ ਲਿਖਣ ਦੀ ਗੱਲ ਹੈ, ਅਸੀਂ ਕਹਿੰਦੇ ਹਾਂ ਪਹਿਲਾਂ ਕਰਮ ਕੀਤੇ ਜੀ, ਅੱਗੇ ਆ ਗਿਆ ਐਂ ਕੀਤਾ ਜਾਂ ਕੀਤਾ, ਗੱਲਾਂ ਕਰਦੇ ਸੁਣਦੇ ਆਪਾਂ। ਪਰ ਪਾਤਸ਼ਾਹ ਕਹਿੰਦੇ ਭਾਈ ਪੂਰਬ ਲਿਖਿਆ, ਹੁਣ ਇੱਥੇ ਲਿਖਣ ਦੀ ਗੱਲ ਹੈ। ਹੁਣ ਆ ਲਿਖਿਆ ਹੀ ਹੋਇਆ ਸਾਡੇ, ਪਹਿਲਾਂ ਹੀ ਲਿਖਿਆ ਹੋਇਆ ਸਭ ਕੁਛ, ਕਹਿੰਦਾ ਸਾਡੇ ਸਾਹਮਣੇ ਬਾਣੀ ਜੋ ਲਿਖੀ ਹੋਈ ਹੈ ਜੋ ਪੜ੍ਹਦੇ ਹਾਂ ਪਾਤਸ਼ਾਹ ਨੇ ਅੱਜ ਸਾਡੇ ਸਾਹਮਣੇ, ਥੋੜ੍ਹੀ ਆ ਵੀ ਅੱਜ ਲਿਖ ਰਹੇ ਨੇ ਜਾਂ ਇਹ ਪਹਿਲਾਂ ਦੀ, ਮੇਰੇ ਮਾਲਕ ਨੇ ਲਿਖੇ ਹੋਏ ਬਚਨ ਨੇ। ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਨੂੰ ਇਹ ਸ਼ਬਦ ਭਾਏ ਚੰਗੇ ਲੱਗੇ ਹੋਏ, ਮਾਲਕ ਦੇ ਲਿਖੇ ਹੋਏ, ਅਤੇ ਜਿਨ੍ਹਾਂ ਨੂੰ ਚੰਗੇ ਲੱਗੇ ਉਹਨਾਂ ਨੇ ਇਹਨਾਂ ਬਚਨਾਂ ਦੀ ਸ਼ਬਦਾਂ ਦੀ ਕਮਾਈ ਕੀਤੀ, ਜਿਨ੍ਹਾਂ ਕਮਾਈ ਕੀਤੀ। ਪਾਤਸ਼ਾਹ ਕਹਿ ਰਹੇ ਨੇ ਪੂਰਬ ਲਿਖਿਆ ਤਿੰਨੀ ਕਮਾਇਆ, ਕਮਾਇਆ ਕਿਹਨਾਂ ਨੇ? ਜਿਨ੍ਹਾਂ ਨੂੰ ਇਹ ਲਿਖਿਆ ਹੋਇਆ ਇਹ ਬਾਣੀ ਭਾਈ ਚੰਗੀ ਲੱਗੀ, ਸੱਚਾ ਸ਼ਬਦ ਜਿਨ੍ਹਾਂ ਮਨ ਭਾਇਆ, ਪੂਰਬ ਲਿਖਿਆ ਤਿੰਨੀ ਕਮਾਇਆ। ਅਤੇ ਪਾਤਸ਼ਾਹ ਕਹਿੰਦੇ ਸੱਚੋ ਸੇਵੈ ਸੱਚ ਧਿਆਵੈ, ਉਹ ਸੱਚ ਨੂੰ ਫਿਰ ਸੇਵਦੇ ਆ ਅਤੇ ਸੱਚੇ ਨੂੰ ਧਿਆਨ ਵਿੱਚ ਰੱਖਦੇ ਆ। ਸੇਵਣ ਦਾ ਭਾਵ ਕੀ ਹੁੰਦਾ ਗੁਰੂ ਪਿਆਰਿਓ? ਵੀ ਸੱਚ ਕਰਕੇ ਕਰਮ ਕਮਾਉਣੇ ਸਾਰੇ, ਸੱਚ ਧਿਆਵੇ ਉਹਨਾਂ ਨੂੰ ਧਿਆਉਣ, ਧਿਆਨ ਵਿੱਚ ਰਹਿੰਦਾ ਸੱਚ। ਧਿਆਵਣ ਦਾ ਭਾਵ ਕੀ ਹੁੰਦਾ? ਧਿਆਉਣਾ ਹੁੰਦਾ ਵੀ ਵਾਰ ਵਾਰ ਯਾਦ ਕਰਨਾ, ਧਿਆਨ ਵਿੱਚ ਰੱਖਣਾ, ਭੁੱਲਣਾ ਨਾ। ਅਤੇ ਪਾਤਸ਼ਾਹ ਕਹਿੰਦੇ ਉਹ ਸੱਚ ਨੂੰ ਸੇਵਦਿਆ ਅਤੇ ਸੱਚ ਨੂੰ ਧਿਆਨ ਵਿੱਚ ਰੱਖਦਿਆ, ਪਾਤਸ਼ਾਹ ਕਹਿੰਦੇ ਨੇ
ਸੱਚ ਰਤੇ ਵਿਚਾਰੀ ਹੈ, ਉਹ ਸੱਚ ਵਿੱਚ ਰਤ ਕੇ ਚੱਲਦੇ ਆ, ਉਹ ਵਿਚਾਰਵਾਨ ਬਣ ਜਾਂਦੇ ਆ। ਉਹਨਾਂ ਨੂੰ ਗੁਰੂ ਕੀ ਵਿਚਾਰਧਾਰਾ ਦੀ ਸਮਝ ਵਿੱਚ ਆ ਜਾਂਦੀ ਹੈ, ਜਿਹੜੇ ਇਸ ਬਚਨਾਂ ਨੂੰ ਬਾਣੀ ਨੂੰ ਧਿਆਨ ਵਿੱਚ ਰੱਖਦੇ ਆ। ਵੀ ਜੋ ਗੁਰੂ ਸਾਹਿਬ ਜੀ ਕਹਿ ਰਹੇ ਨੇ ਭਾਈ, ਉਹਨੂੰ ਧਿਆਨ ਵਿੱਚ ਰੱਖਣਾ, ਵੀ ਕਿਤੇ ਕੋਈ ਮਾੜਾ ਕਰਮ ਕਰਨ ਚੱਲਿਆ ਮਨ, ਅਤੇ ਸਾਹਮਣੇ ਆ ਜਾਣਾ ਵੀ ਗੁਰੂ ਸਾਹਿਬ ਮੇਰੇ ਆਹ ਬਚਨ ਕਰਦੇ ਆ ਭਾਈ, ਗੁਰੂ ਸਾਹਿਬ ਨੇ ਸਾਨੂੰ ਇੱਧਰੋਂ ਵਰਜਿਆ ਹੈ, ਗੁਰੂ ਸਾਹਿਬ ਨੇ ਸਾਨੂੰ ਆਹ ਰਸਤੇ 'ਤੇ ਚੱਲਣ ਲਈ ਆਖਣਾ ਕੀਤਾ, ਭਾਵ ਕਿ ਇਹ ਸਮਝ ਵਿੱਚ ਆਉਣਾ, ਧਿਆਨ ਵਿੱਚ ਰੱਖਣਾ। ਜੇ ਧਿਆਨ ਵਿੱਚੋਂ ਨਿਕਲ ਗਿਆ ਤਾਂ ਫਿਰ ਮਨ ਪਤਾ ਨਹੀਂ ਕੀ ਕਰਦਾ, ਅਤੇ ਫਿਰ ਕੀਤੇ ਹੀ ਪਤਾ ਲੱਗਦਾ ਬਾਅਦ 'ਚ, ਬਈ ਉਹ ਮੈਨੂੰ ਤਾਂ ਸਮਝ ਹੀ ਨਹੀਂ ਆਈ, ਪਤਾ ਹੀ ਨਹੀਂ ਲੱਗਿਆ ਮੈਂ ਆਹ ਕਰਮ ਮਾੜਾ ਕਰਤਾ, ਪਰ ਮੇਰੇ ਗੁਰੂ ਸਾਹਿਬ ਨੇ ਇੱਥੋਂ ਰੋਕਿਆ। ਹਾਂ, ਜੇ ਧਿਆਨ ਵਿੱਚ ਰਹੇਗਾ ਤਾਂ ਕਿਰਪਾ ਹੁੰਦੀ ਹੈ, ਬਚ ਜਾਂਦਾ ਜੀਵ। ਇਸੇ ਕਰਕੇ ਸਾਹਿਬ ਕਹਿੰਦੇ ਆ ਵੀ ਭਾਈ, ਬਚਨ ਕਮਾਉਣੇ ਕਰ, ਜਿਹੜਾ ਬਚਨ ਕਮਾਉਂਦਾ ਹੈ ਗੁਰੂ ਸਾਹਿਬ ਦੀ ਕਿਰਪਾ ਸਦਕਾ ਉਹਦਾ ਪਾਰ ਉਤਾਰਾ ਹੋ ਜਾਂਦਾ। ਪੜ੍ਹਦੇ ਹਾਂ ਕਹਿੰਦਾ ਆਪਾਂ ਬਾਣੀ, ਜੇ ਕੋ ਬਚਨ ਕਮਾਵੇ ਸੰਤਨ ਕਾ, ਹੁਣ ਬਹੁ ਬਚਨ ਆ ਸੰਤਨ, ਸੰਤਨ ਕਾ ਵੀ ਆ ਸਾਰੇ ਮਹਾਨ ਸੰਤ ਪੁਰਸ਼ ਨੇ ਜਿਨ੍ਹਾਂ ਦੀ ਬਾਣੀ ਹੈ, ਜਿਸ ਵੀ ਮਰਜ਼ੀ ਪੁਰਸ਼ ਦਾ, ਮਾਲਕ ਦਾ, ਸੱਚੇ ਭਗਤ ਦਾ, ਪਿਆਰੇ ਦਾ, ਭੱਟ ਦਾ, ਜਿਹਦਾ ਮਰਜ਼ੀ ਆਪਾਂ ਬਚਨ ਪੜ੍ਹ ਲਈਏ, ਬਚਨ ਬਾਣੀ ਵਿੱਚੋਂ ਕੋਈ ਵੀ ਆ ਸਕਦਾ। ਗੁਰੂ ਸਾਹਿਬਾਂ ਦੇ ਵੀ ਪੜ੍ਹਦੇ ਹਾਂ, ਕਈ ਵਾਰ ਆਪਾਂ ਬਚਨ ਆਉਂਦੇ ਆ ਹੁਕਮਨਾਮਾ ਸਾਹਿਬ ਵਿੱਚ ਵੀ, ਕਈ ਵਾਰ ਭਗਤਾਂ ਦੇ ਬਚਨ ਆਉਂਦੇ ਆ ਪੜ੍ਹਦੇ ਹਾਂ ਆਪਾਂ, ਇਹਨਾਂ ਦੇ ਬਚਨ ਦੀ ਕਮਾਈ ਕੀਤੀ ਜਾਵੇ, ਜੀਵਨ ਵਿੱਚ ਲਾਗੂ ਕੀਤਾ ਜਾਵੇ। ਅਤੇ ਪਾਤਸ਼ਾਹ ਕੀ ਕਹਿੰਦੇ ਆ ਵੀ ਜਿਹੜਾ ਵੀ ਕੋਈ ਕਮਾਉਂਦਾ ਭਾਈ, ਜੇ ਕੋ ਬਚਨ ਕਮਾਵੇ ਸੰਤਨ ਕਾ, ਕੀ ਹੁੰਦਾ ਲਾਭ ਉਹਦਾ? ਸਾਹਿਬ ਕਹਿੰਦੇ ਗੁਰ ਪ੍ਰਸਾਦੀ ਤਰੀ ਹੈ, ਗੁਰੂ ਦੀ ਕਿਰਪਾ ਸਦਕਾ ਉਹ ਭਾਈ ਤਰ ਜਾਂਦਾ। ਸੰਤੋ ਸਾਗਰ ਪਾਰ ਉਤਰੀ ਹੈ, ਕਹਿੰਦੇ ਆ ਸੰਤ ਜਨੋ ਆਹ ਸਾਗਰ ਜਿਹਨੂੰ ਸੰਸਾਰ ਸਾਗਰ ਕਿਹਾ, ਭਵ ਜਲ ਕਿਹਾ, ਇਹਦੇ ਵਿੱਚੋਂ ਪਾਰ ਉਤਾਰਾ ਹੋ ਜਾਂਦਾ ਹੁੰਦਾ ਤਾਂ ਜੇ ਬਚਨ ਦੀ ਕਮਾਈ ਕੀਤੀ ਜਾਵੇ। ਕਮਾਈ ਦਾ ਭਾਵ ਹੀ ਹੁੰਦਾ ਵੀ ਉਹਨੂੰ ਕਮਾਉਣਾ, ਜ਼ਿੰਦਗੀ ਵਿੱਚ ਲਾਗੂ ਕਰਨਾ। ਇਸੇ ਕਰਕੇ ਪਾਤਸ਼ਾਹ ਜੀ ਇਹ ਸਾਨੂੰ ਸਮਝਾਉਂਦੇ ਨੇ ਵੀ ਜਿਹੜਾ ਭਾਈ ਧਿਆਨ ਵਿੱਚ ਰੱਖਦਾ ਸੱਚਾ ਸ਼ਬਦ, ਜਿੰਨਾ ਮਨ ਭਾਇਆ ਪੂਰਬ ਲਿਖਿਆ ਤਿੰਨੀ ਕਮਾਇਆ, ਸੱਚੋ ਸੇਵੇ ਸੱਚ ਧਿਆਵੇ। ਪਾਤਸ਼ਾਹ ਕਹਿੰਦੇ ਸੱਚ ਰਤੇ ਵਿਚਾਰੀ ਹੈ, ਉਹ ਵਿਚਾਰ ਬਣ ਬਣ ਜਾਂਦੇ ਆ, ਵਿਚਾਰ ਬੁੱਧੀ ਉਹਨਾਂ ਦੀ ਤਕਰਾਰ ਬੁੱਧੀ ਹੋ ਜਾਂਦੀ ਹੈ। ਇਸੇ ਕਰਕੇ ਆਓ ਸਤਿਗੁਰੂ ਮਿਹਰਾਂ ਕਰਨ, ਅੱਗੇ 11ਵੀਂ ਪੌੜੀ ਵਿੱਚ ਸਾਹਿਬਾ ਕਿਰਪਾ ਕਰ ਰਹੇ ਨੇ। ਗੁਰ ਕੀ ਸੇਵਾ ਮਿੱਠੀ ਲਾਗੀ, ਅਨਦਨ ਸੁਖ ਸਹਿਜ ਸਮਾਧੀ, ਹਰ ਹਰ ਕਰਤਿਆਂ ਮਨ ਨਿਰਮਲ ਹੋਆ, ਗੁਰ ਕੀ ਸੇਵ ਪਿਆਰੀ ਹੈ। ਸਾਹਿਬ ਕਹਿੰਦੇ ਗੁਰ ਕੀ ਸੇਵਾ ਮਿੱਠੀ ਲੱਗੀ, ਗੁਰੂ ਸਾਹਿਬ ਦੀ ਸੇਵਾ ਮਿੱਠੀ ਲੱਗੀ ਭਾਈ, ਜਿਨ੍ਹਾਂ ਨੂੰ ਵੀ ਮਿੱਠੀ ਲੱਗਦੀ ਹੈ, ਚੰਗੀ ਲੱਗਦੀ ਹੈ ਸੇਵਾ ਗੁਰੂ ਸਾਹਿਬ ਦੀ। ਹੁਣ ਸੇਵਾ ਗੁਰੂ ਸਾਹਿਬ ਦੀ ਕਿਹਾ ਵੀ ਗੁਰੂ ਕੀ ਸੇਵਾ ਕੀ ਹੈ? ਗੁਰੂ ਕੇ ਹੁਕਮ ਨੂੰ ਮੰਨਣਾ, ਗੁਰੂ ਕੇ ਮੁਤਾਲਕ ਭਾਈ ਚੱਲਣਾ, ਇਹੀ ਸੇਵਾ ਕਹਿੰਦਾ। ਸਵਾਵਾਂ ਤਾਂ ਦੁਨੀਆਂ ਵਿੱਚ ਬਹੁਤ ਨੇ, ਸੇਵਾ ਕਰਨੀ ਚਾਹੀਦੀ ਹੈ। ਪਾਤਸ਼ਾਹ ਨੇ ਆਖਣਾ ਵੀ ਕੀਤਾ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਹਿ ਬਾਸ਼ਣ ਪਾਈ ਹੈ, ਵਿੱਚ ਦੁਨੀਆ ਦੇ ਸੇਵਾ ਕਰਨੀ।
ਹੁਣ ਇੱਥੇ ਗੁਰ ਕੀ ਸੇਵਾ ਕਿਹਾ ਵੀ ਜਿਹੋ ਜਿਹੇ ਤਰੀਕੇ ਨਾਲ ਗੁਰੂ ਸਾਹਿਬ ਸੇਵਾ ਕਰਨ ਨੂੰ ਕਹਿੰਦੇ ਆ, ਜਿਹੜੇ ਗੁਰੂ ਪਾਤਸ਼ਾਹ ਤਾਂ ਕਹਿੰਦੇ ਨੇ ਭਾਈ ਆਹ ਕੰਮ ਕਰ ਅਤੇ ਅਸੀਂ ਕਹਾਂਗੇ ਇਹ ਨਹੀਂ ਕਰਨਾ ਆਹ ਕਰਾਂਗੇ, ਫਿਰ ਉਹ ਸੇਵਾ ਨਹੀਂ ਹੈ। ਉਹਨੂੰ ਕਹਿੰਦੇ ਆ ਮਨ ਦਾ ਹੱਥ ਕਰਨਾ। ਹੁਣ ਪਾਤਸ਼ਾਹ ਕਹਿੰਦੇ ਨੇ ਭਾਈ ਡੰਬਾ ਕਟੰਬਾਂ ਵਿੱਚ ਨਹੀਂ ਪੈਣਾ, ਭੇਖਾਂ ਵਿੱਚ ਨਹੀਂ ਪੈਣਾ, ਫੋਕਟ ਕਰਮਾਂ ਵਿੱਚ ਨਹੀਂ ਪੈਣਾ। ਅਤੇ ਹੁਣ ਗੁਰੂ ਕਾ ਸਿੱਖ ਅਖਵਾਉਣ ਵਾਲਾ ਇਹ ਕਰਮ ਕਰੇ। ਹੁਣ ਪਾਤਸ਼ਾਹ ਤਾਂ ਜਿੱਧਰੋਂ ਰੋਕਦੇ ਆ ਬੇਅੰਤ ਸਾਡੇ ਵਰਗੇ ਐਸੇ ਨੇ ਵੀ ਕਰਮੀ ਐਸੇ ਕਮਾਲੇ ਸੀ ਧਰਮ ਦੀ ਦੁਨੀਆ 'ਚ ਲਿਆ ਕੇ ਖੜ੍ਹੇ ਕਰ ਲੈਣੇ। ਕੋਈ ਕਹਿੰਦਾ ਜੀ ਇੱਦਾਂ ਕਰਕੇ ਇਉਂ ਕਰੋ ਐਂ ਕਰੋ ਐਂ ਰੱਬ ਮਿਲੂ ਐਂ ਪਾਇਆ ਜਾਊਗਾ। ਦੁਨੀਆ ਦੇ ਵਿੱਚ ਅਸੀਂ ਦੁਨੀਆ ਨੂੰ ਗੁੰਮਰਾਹ ਕਰ ਲੈਂਦੇ ਹਾਂ। ਬੜੇ ਇਕੱਠ ਹੋ ਗਏ ਅੱਜ ਐਸੇ ਡੰਬੀਆਂ ਕਠੰਬੀਆਂ ਦੇ ਪਿੱਛੇ, ਪਰ ਗੁਰੂ ਨਾਨਕ ਸਾਹਿਬ ਕਿਰਪਾ ਕਰ ਰਹੇ ਨੇ ਸਮਝਾਉਂਦੇ ਆ ਵੀ ਇਹਨਾਂ ਕਰਮਾਂ ਦੁਆਰਾ ਕੁਝ ਪ੍ਰਾਪਤੀ ਨਹੀਂ, ਦੁਨੀਆ ਨੂੰ ਜ਼ਰੂਰ ਲੁੱਟਿਆ ਜਾ ਸਕਦਾ ਹੈ। ਕਿਉਂਕਿ ਬਾਣੀ ਵਿੱਚ ਸਾਹਿਬ ਕਹਿੰਦੇ ਆ ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀਨ, ਲੋਗਨ ਦਾ ਭਾਵ ਲੁਕਾਈ ਨੂੰ, ਦੁਨੀਆ ਨੂੰ ਬਸ ਵਿੱਚ ਕੀਤਾ ਜਾ ਸਕਦਾ। ਬੜਿਆਂ ਨੇ ਕੀਤਾ, ਅੱਜ ਵੀ ਕਰ ਰਹੇ ਨੇ ਭੇਖ ਦਿਖਾ ਕੇ ਬੜੇ ਇਕੱਠ। ਪਾਤਸ਼ਾਹ ਜੀ ਕਹਿੰਦੇ ਨੇ ਬਈ ਭੇਖ ਨਾਲ ਭਾਈ ਦੁਨੀਆ ਤਾਂ ਲੁੱਟੀ ਜਾ ਸਕਦੀ ਹੈ, ਲੋਗਨ ਕੋ ਬਸ ਕੀਨ। ਪਰ ਪਾਤਸ਼ਾਹ ਕੀ ਕਹਿੰਦੇ ਆ ਇਸੇ ਭੇਖੀਆਂ ਨੂੰ, ਐਸੇ ਗੁਰੂ ਪਿਆਰਿਓ ਫੋਕਟ ਕਰਮਾਂ ਵਾਲਿਆਂ ਨੂੰ। ਪਾਤਸ਼ਾਹ ਜੀ ਕਹਿੰਦੇ ਯਾਦ ਰੱਖੀ ਪਿਆਰਿਆ ਅੰਤ ਕਾਲ ਕਾਟੀ ਕਟਿਓ ਬਾਸ ਨਰਕ ਮਾਲੀਨ। ਕਹਿੰਦੇ ਆਖਰ ਜਦੋਂ ਰਿਜ਼ਲਟ ਆਉਂਦਾ ਨਾ ਫਿਰ ਭਾਈ ਆਹ ਹਾਲ ਹੁੰਦਾ ਨਰਕ ਭੋਗਦਾ ਜੀਵ, ਨਰਕ ਭੋਗਦਾ। ਬੜੀ ਦੁਨੀਆ ਵਿੱਚ ਬੜਿਆਂ ਦੇ ਇਤਿਹਾਸ ਬਣੇ ਪਏ ਨੇ, ਬੜੇ ਅੱਜ ਦੇ ਸਮੇਂ ਵਿੱਚ ਵੀ ਜੀਵਨ ਨਰਕ ਬਣ ਜਾਂਦਾ ਹੈ। ਆਜ਼ਾਦੀਆਂ ਖੋਹ ਲਈਆਂ ਜਾਂਦੀਆਂ ਨੇ, ਸੁਤੰਤਰਤਾ ਹੀ ਆਪਣੀ ਜੀਵ ਗਵਾ ਬੈਠਦਾ। ਇਸੇ ਕਰਕੇ ਸਾਹਿਬ ਕਹਿੰਦੇ ਪਿਆਰਿਆ ਤੈਨੂੰ ਕਿੰਨਾ ਸੋਹਣਾ ਆਜ਼ਾਦਮਈ ਜੀਵਨ ਦਿੱਤਾ, ਕਿਉਂ ਗੁਲਾਮੀਆਂ ਵਿੱਚ ਪਿਆ ਹੋਇਆ, ਕਿੰਨਾ ਸੋਹਣਾ। ਇੱਦੋਂ ਵੱਧ ਕੇ ਕਿਸੇ ਵੀ ਇਹ ਕਲੀਏ ਜੀਵ ਨੂੰ ਨਹੀਂ ਸੁਤੰਤਰਤਾ ਜਿਹੜੀ ਆ ਮਨੁੱਖ ਨੂੰ ਇਨਸਾਨ ਨੂੰ ਦਿੱਤੀ ਹੈ। ਅਤੇ ਹੁਣ ਇਨਸਾਨ ਇਹ ਸਾਡੇ 'ਤੇ ਗੁਰੂ ਪਿਆਰਿਓ ਵੀ ਅਸੀਂ ਗਿਆਨ ਤੋਂ ਵੀ ਹੋਣੇ ਹੋ ਕੇ ਪਤਾ ਨਹੀਂ ਕੀ ਕਰ ਬੈਠੇ ਜ਼ਿੰਦਗੀ ਵਿੱਚ, ਅਸੀਂ ਪਤਾ ਨਹੀਂ ਕੀ ਕਰੀ ਜਾ ਰਹੇ ਹਾਂ, ਕਿੱਧਰ ਨੂੰ ਜਾ ਰਹੇ ਹਾਂ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਾਨੂੰ ਕਿੱਧਰ ਨੂੰ ਤੋਰਿਆ, ਅਤੇ ਅੱਜ ਅਸੀਂ ਵੇਖਣਾ ਕਰੀਏ ਗੁਰਬਾਣੀ ਦੁਆਰਾ। ਸਾਹਿਬ ਕਹਿ ਰਹੇ ਨੇ ਬਈ ਆ ਪਿਆਰਿਆ ਗੁਰੂ ਕੀ ਸੇਵਾ ਕਰਿਆ ਕਰ, ਗੁਰੂ ਕੀ ਸੇਵਾ ਚੰਗੀ ਲੱਗੇ ਤੈਨੂੰ ਅਤੇ ਇਹਦੇ ਵਿੱਚੋਂ ਬੜਾ ਕੁਛ ਮਿਲਦਾ ਹੈ। ਇਹ ਗੁਰੂ ਅਮਰਦਾਸ ਮਹਾਰਾਜ ਜੀ ਕਹਿ ਰਹੇ ਨੇ ਅੱਜ ਸਾਨੂੰ ਇਹਨਾਂ ਕੀਤੀ ਹੈ। ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿ ਰਹੇ ਨੇ ਉਹਨਾਂ ਕੀਤੀ ਹੈ, ਤਦੇ ਸਾਨੂੰ ਸਮਝਾਇਆ ਗੁਰੂ ਪਿਆਰਿਓ। ਕਿਉਂਕਿ ਜਿਹੜਾ ਕਰਮ ਕੋਈ ਕਮਾਉਂਦਾ ਨਾ ਜ਼ਿੰਦਗੀ ਵਿੱਚ ਲਾਗੂ ਕਰਦਾ ਫਿਰ ਉਹਨੂੰ ਆਨੰਦ ਮਿਲਦਾ, ਸਕੂਨ ਮਿਲਦਾ ਹੈ, ਅਤੇ ਉਹ ਦੱਸਦਾ ਵੀ ਇੱਦਾਂ ਇੱਦਾਂ ਕਰੋ ਭਾਈ। ਸਿਆਣੇ ਬਜ਼ੁਰਗ ਆਪਣੇ ਬੱਚਿਆਂ ਨੂੰ ਸਾਰੀ ਆਪਾਂ ਕਹਿੰਦੇ ਹਾਂ ਕਹਿੰਦਾ ਵੀ ਐਂ ਕਰੋ ਭਾਈ ਇਹ 'ਚੋਂ ਲਾਹਾ ਮਿਲੇਗਾ, ਇਉਂ ਕਰੋ ਲਾਹਾ ਮਿਲੇਗਾ। ਕਹਿੰਦੇ ਹਾਂ ਦੁਨਿਆਵੀ ਤੌਰ 'ਤੇ ਸਭ ਕੁਛ ਸਮਝਾਇਆ ਜਾਂਦਾ, ਸਭ ਕੁਛ ਸਮਝਾਇਆ ਜਾਂਦਾ। ਜਾਂ ਉਦਾਹਰਣਾਂ ਦਿੰਦੇ ਹਾਂ ਆਪਾਂ ਵੀ ਉਹ ਫਲਾਣਾ ਦੇਖ ਭਾਈ ਉਹਨੇ ਇੱਦਾਂ ਇੱਦਾਂ ਕੀਤਾ ਜੀ ਅੱਜ ਕਿੱਥੇ ਫਿਰਦੇ ਆ ਉਹੋ ਜਿਹੇ ਕਰਮ ਕਰੋ, ਆਪਾਂ ਸਭ ਨੂੰ ਸਮਝਾਇਆ ਜਾਂਦਾ।
ਪਰ ਮਾਫ ਕਰਨਾ ਇੱਥੇ ਸਤਿਪੁਰਸ਼ ਹੋਰ ਵੀ ਹਨ, ਕਹਿੰਦੇ ਦੁਨਿਆਵੀ ਤੌਰ 'ਤੇ ਉਦਾਹਰਨ ਆਪਾਂ ਇਹੋ ਜਿਹਾ ਦਿੰਦੇ ਹਾਂ ਵੀ ਫਲਾਣੇ ਨੇ ਆਹ ਕੰਮ ਕੀਤਾ ਜ ਇੰਨਾ ਕਰੋੜਪਤੀ ਬਣਿਆ ਬੈਠਾ, ਫਲਾਣੇ ਨੇ ਆਹ ਕੀਤਾ ਜ ਕੋਠੀਆਂ ਮਹਿਲ ਪਾਈ ਬੈਠਾ, ਫਲਾਣੇ ਨੇ ਆਹ ਕੀਤਾ ਉਹਨੇ ਆਹ ਬਣਾ ਲਿਆ। ਪਰ ਧਰਮ ਦੇ ਖੇਤਰ ਵਿੱਚ ਜਦੋਂ ਜਾਈਦਾ ਇੱਧਰੋਂ ਬੜਾ ਅਸੀਂ ਕੁਛ ਹੋਰ ਹੀ ਬਣਾ ਲਈਦਾ, ਫਿਰ ਆਪਾਂ ਧਰਮ ਦੇ ਖੇਤਰ ਵੱਲ ਤਾਂ ਉਹ ਦਿਖਾਉਂਦੇ ਨੈਗੇਟਿਵ ਪਾਸਾ ਦਿਖਾਉਂਦੇ ਹਾਂ ਵੀ ਫਲਾਣੇ ਨੇ ਵੀ ਪਾਈ ਅੰਮ੍ਰਿਤ ਛਕਿਆ ਸੀ ਕੀ ਕਰ ਲਿਆ ਇੱਦਾਂ ਹੋ ਗਿਆ, ਫਲਾਣੇ ਨੇ ਜੀ ਇੱਦਾਂ ਬਾਣੀ ਪੜ੍ਹਨ ਲੱਗੇ ਸੀ। ਪਰ ਇੱਧਰਲੇ ਪਾਸੇ ਨਹੀਂ ਕਦੇ ਦਿਖਾਇਆ ਵੀ ਵੇਖ ਪਿਆਰਿਆ ਧਰੂ ਨੇ ਜਪਿਆ ਸੀ ਅੱਜ ਦੁਨੀਆ ਉਹਨੂੰ ਜਪਦੀ ਹੈ, ਪ੍ਰਹਿਲਾਦ ਨੇ ਜਪਿਆ ਸੀ ਅੱਜ ਦੁਨੀਆ ਉਹਨੂੰ ਜਪਦੀ ਹੈ, ਬਾਬਾ ਬੂੜਾ ਜੀ ਗੁਰੂ ਨਾਨਕ ਦੀ ਸੰਗਤ ਕੀਤੀ ਸੀ ਅੱਜ ਉਹਨਾਂ ਨੂੰ ਨਮਸਕਾਰਾਂ ਹੋ ਰਹੀਆਂ ਨੇ। ਕਿਤੇ ਦਿਖਾਈਏ ਸਭੇਕ ਸਿੰਘ, ਸਭੇਕ ਸਿੰਘ ਪਿਓ ਪੁੱਤਰਾਂ ਨੇ ਇੱਦਾਂ ਕੀਤਾ ਸੀ ਅੱਜ ਦੁਨੀਆ ਨਮਸਕਾਰਾਂ ਕਰਦੀ ਹੈ। ਪਰ ਇੱਧਰ ਨਹੀਂ, ਆ ਦੁਨਿਆਵੀ ਖੇਤਰ ਵਿੱਚ ਅਸੀਂ ਭਾਵ ਕੇ ਸੋਚ ਇੱਥੇ ਕੀ ਰਹਿ ਗਈ ਨਾ ਸਾਡੀ ਕਨਾ। ਪਰ ਆਓ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਆ ਵੀ ਆ ਪਿਆਰਿਆ ਗੁਰੂ ਕੀ ਸੇਵਾ ਕਰ ਅਤੇ ਸੇਵਾ ਗੁਰੂ ਤੋਂ ਸਮਝ ਲੈ ਕੇ ਕਰ। ਜਿਹਨੇ ਵੀ ਸੇਵਾ ਕੀਤੀ, ਜਿਹਨੇ ਵੀ ਸੰਸਾਰ ਵਿੱਚ ਆ ਕੇ ਸੋਹਣਾ ਜੀਵਨ ਬਣਾਉਣਾ ਕੀਤਾ ਉਹਨਾਂ 'ਤੇ ਮਿਹਰ ਹੋਈ, ਪਰ ਫੋਕਟ ਕਰਮਾਂ ਵਿੱਚੋਂ ਕੱਢਿਆ ਸਾਹਿਬਾਂ ਨੇ ਬਈ ਫੋਕਟ ਕਰਮਾਂ ਵਿੱਚ ਨਾ ਪੈ ਜੀ, ਉਹ ਕਰਮ ਕਰ ਜੋ ਗੁਰੂ ਸਾਹਿਬ ਜੀ ਤੈਨੂੰ ਕਹਿੰਦੇ ਆ। ਪਾਤਸ਼ਾਹ ਨੇ ਕੋਈ ਦੁਨੀਆਦਾਰੀ ਛੱਡਣ ਨੂੰ ਨਹੀਂ ਆਖਿਆ, ਕੋਈ ਫਰਜ਼ ਨਿਭਾਉਣ ਤੋਂ ਨਹੀਂ ਸਾਨੂੰ ਭਜਾਇਆ, ਪਾਤਸ਼ਾਹ ਨੇ ਸਾਨੂੰ ਸੋਹਣਾ ਰਸਤਾ ਦਿੱਤਾ। ਗੁਰੂ ਨਾਨਕ ਦੇ ਜੀਵਨ ਪੜ੍ਹ ਕੇ ਤਾਂ ਵੇਖੀਏ ਕਿੱਦਾਂ ਕਿੱਦਾਂ ਸਾਹਿਬਾਂ ਨੇ ਸਾਰੀ ਜਿਉਂ ਜਿਉਂ ਜ਼ਿੰਦਗੀ ਅੱਗੇ ਨੂੰ ਗਈ ਉਸੇ ਤਰੀਕੇ ਨਾਲ ਹੀ ਜੋ ਕੁਝ ਅੱਜ ਸਾਨੂੰ ਕਰਨਾ ਚਾਹੀਦਾ ਕਿ ਨਾ ਉਵੇਂ ਹੀ ਦੇਖੋ ਕਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਛੋਟੀ ਉਮਰੇ ਸਾਰਾ ਕੁਛ ਕੀਤਾ। ਮੱਝੀਆਂ ਚਾਰਨ ਸਭ, ਮੱਝੀਆਂ ਵੀ ਚਾਰੀਆਂ, ਪੜ੍ਹਨ ਲਿਖਣ ਸਭ ਉਹ ਵੀ ਕੁਝ ਕੀਤਾ, ਹੱਟ ਚਲਾਉਣ ਮੌਕੇ ਉਹ ਵੀ ਚਲਾਇਆ, ਵਿਵਾਹ ਦਾ ਸਮਾਂ ਆਇਆ ਉਹ ਵੀ ਕਰਵਾਇਆ, ਅਤੇ ਬੱਚਿਆਂ ਦੀ ਵੀ ਸੰਭਾਲਣਾ, ਅਤੇ ਫਿਰ ਅੱਗੇ ਗੁਰੂ ਪਿਆਰਿਓ ਫਿਰ ਉਦਾਸੀਆਂ ਕੀਤੀਆਂ, ਸਮਝ ਕੇ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਅੱਗੇ। ਭਾਵ ਕੀ ਹੈ ਵੀ ਸਾਨੂੰ ਇਹ ਜੀਵਨ ਦਿੱਤਾ ਵੀ ਇਹ ਗੁਰਸਿੱਖਾ ਇਹੋ ਜਿਹਾ ਜੀਵਨ, ਉਹ ਸਮੇਂ ਸਮੇਂ ਜੋ ਤੇਰਾ ਕਰਮ ਫਰਜ਼ ਬਣਦਾ ਉਹਨੂੰ ਨਿਭਾਉਂਦਾ ਜਾ, ਅੱਗੇ ਅੱਗੇ ਚੱਲ। ਦਿਸਦਾ ਭਾਵ ਬਾਲਪਣ ਵਿੱਚ ਹੀ ਪਹਿਲਾਂ ਹੀ ਅਸੀਂ ਹੋਰ ਰਸਤਾ ਫੜ ਲਿਆ, ਜਵਾਨੀ 'ਚ ਹੋਰ ਫੜ ਲਿਆ, ਅਤੇ ਵਡੇਪੇ ਵਿੱਚ ਜਾ ਕੇ ਵੀ ਫਿਰ ਵੀ ਬਿਰਲਿਆਂ ਨੂੰ ਛੱਡ ਕੇ ਹਨ ਜ਼ਰੂਰ ਗੁਰਮੁਖ ਪਿਆਰੇ ਰੱਬ ਦੇ ਪਿਆਰੇ, ਪਰ ਉੱਥੇ ਆ ਕੇ ਵੀ ਫਿਰ ਵੀ ਕਹਿੰਦੇ ਵੀ ਹੁਣ ਸਾਰਾ ਕੁਝ ਨਿਪਟ ਗਿਆ ਸਾਡਾ ਜੀ। ਫਿਰ ਅਸੀਂ ਗੁਰੂ ਪਿਆਰਿਓ ਸੱਥਾਂ ਵਿੱਚ ਬੈਠ ਬੈਠ ਕਈ ਆਪਣੇ ਸਮੇਂ ਬਰਬਾਦ, ਨਿੰਦਿਆ ਚੁਗਲੀ ਵਿੱਚ ਇਕੱਤਰ ਹੋ ਕੇ ਅਸੀਂ ਇੱਧਰ ਹੀ ਸਮੇਂ ਬਰਬਾਦ, ਫਿਰ ਵੀ ਕੋਸ਼ਿਸ਼ ਕੋਈ ਨਾ ਕੀਤੀ ਕਿਤੇ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਪੜ੍ਹ ਕਰਕੇ ਅਸੀਂ ਉਸ ਮੁਤਾਲਕ ਚੱਲੀਏ ਵੀ ਹੁਣ ਭਾਈ ਵਾਹਵਾ ਸਮਾਂ ਕੰਮ ਕਾਜ ਕਰ ਲਿਆ, ਸਾਰਾ ਕੁਛ ਨਿਪਟ ਗਿਆ, ਵੀ ਹੁਣ ਸਾਡਾ ਸਮਾਂ ਵੀ ਅੱਗੇ ਕਿਸੇ ਨੂੰ ਗਿਆਨ ਵੰਡਣ ਦਾ ਹੈ, ਅੱਗੇ ਕਿਸੇ ਨੂੰ ਸਮਝਾਉਣ ਦਾ ਹੈ, ਅੱਗੇ ਕੋਈ ਚੰਗਾ ਰਸਤਾ ਬਣਾਉਣ ਦਾ ਹੈ। ਵੇਖਿਆ ਜਾਵੇ ਇਹ ਅਸਲ ਸੇਵਾ ਗੁਰੂ ਕੀ ਸੇਵਾ ਗੁਰੂ ਦੇ ਮੁਤਾਲਕ ਚੱਲ ਕੇ, ਇਸੇ ਕਰਕੇ ਸਾਹਿਬਾਂ ਇਹ ਰਹਿਮਤਾਂ ਕਰ ਰਹੇ ਨੇ ਸਾਨੂੰ ਸਮਝਾਉਂਦੇ ਆ। ਗੁਰ ਕੀ ਸੇਵਾ ਮਿੱਠੀ ਲਾਗੀ, ਮਿੱਠੀ ਲੱਗਦੀ ਹੈ ਗੁਰੂ ਕੀ ਸੇਵਾ, ਕਿਹਨਾਂ ਨੂੰ ਲੱਗਦੀ ਹੈ? ਪਾਤਸ਼ਾਹ ਕਹਿੰਦੇ ਨੇ ਜਿਹਨਾਂ ਨੇ ਪਹਿਲਾਂ ਆਪਾਂ ਬਚਨ ਜੋ ਪੜ੍ਹ ਕੇ ਆਏ ਹਾਂ
ਪੂਰਬ ਲਿਖਿਆ ਤਿੰਨੀ ਕਮਾਇਆ ਸੱਚੋ ਸੇਵੇ ਸੱਚ ਧਿਆਵੇ ਸੱਚ ਰਤੇ ਵਿਚਾਰੀ ਜਿਹੜੇ ਸੱਚ ਨੂੰ ਧਿਆਨ ਵਿੱਚ ਰੱਖ ਕੇ ਚੱਲੇ ਜਿਨ੍ਹਾਂ ਨੇ ਵਿਚਾਰਵਾਨ ਹੋ ਕੇ ਗੁਰੂ ਕੀ ਵਿਚਾਰਧਾਰਾ ਨਾਲ ਜੁੜ ਕੇ ਜੀਵਨ ਲੰਘਾਇਆ ਉਹਨਾਂ ਨੂੰ ਇਹ ਸੇਵਾ ਮਿੱਠੀ ਲੱਗੀ ਹੈ ਉਹਨਾਂ ਨੂੰ ਕਰਨੀ ਆ ਗਈ ਤਾਂ ਮਿੱਠੀ ਲੱਗੀ ਨਹੀਂ ਤਾਂ ਅਸੀਂ ਸੇਵਾ ਵੀ ਵੱਧੀ ਚੱਟੀ ਕਰਦੇ ਹਾਂ ਕਿਉਂਕਿ ਮਿਠਾਸ ਅੰਦਰ ਬਣਦੀ ਨਹੀਂ ਸਾਡੇ ਮਿਠਾਸ ਕਿੱਥੋਂ ਬਣਦੀ ਹੈ ਜਦੋਂ ਆਨੰਦ ਆਵੇ ਖੁਸ਼ੀਆਂ ਬਣਨ ਫਿਰ ਉਹ ਕੰਮ ਸਾਨੂੰ ਚੰਗਾ ਲੱਗਦਾ ਹੁੰਦਾ ਪਰ ਉਹ ਜੇ ਕਰਮ ਵਿਚਾਰਵਾਨ ਨਹੀਂ ਬਣੇ ਅਸੀਂ ਪਿੱਛੇ ਜੀਵਨ ਜੋ ਲੰਘਾਏ ਸਾਨੂੰ ਉਹਦੇ ਵਿੱਚੋਂ ਕੋਈ ਆਨੰਦ ਨਹੀਂ ਆਇਆ ਰਸ ਨਹੀਂ ਆਇਆ ਤਾਂ ਕਰਕੇ ਫਿਰ ਸੇਵਾ ਵੀ ਵੱਧਾ ਚੱਟੀ ਵਿੱਚ ਪੈਗੀ ਅੱਜ ਸੁਭਾਵਾਂ ਵਿੱਚ ਵੀ ਸਾਡੇ ਝਗੜੇ ਸੁਭਾਵਾਂ ਵਿੱਚ ਵੀ ਮੈਂ ਨਹੀਂ ਆਹ ਨਹੀਂ ਕਰਨੀ ਆਹ ਕਰੂੰ ਮੈਂ ਉੱਥੇ ਨਹੀਂ ਕਰਨੀ ਇੱਥੇ ਕਰੂੰ ਇੱਥੇ ਨਹੀਂ ਕਰਨੀ ਉੱਥੇ ਕਰੂੰ ਆਹ ਕੁਝ ਹੋ ਗਿਆ ਪਾਤਸ਼ਾਹ ਨੇ ਆਖਣੇ ਕੀਤਾ ਪਿਆਰਿਓ ਇਹ ਗੁਰੂ ਦਰਬਾਰਾਂ ਦੀ ਸੱਚ ਭਾਵ ਚੰਗੇ ਸਥਾਨਾਂ ਦੀ ਕਹਿ ਲਈਏ ਆਪਾਂ ਧਾਰਮਿਕ ਸਥਾਨਾਂ ਦੀ ਇਹ ਰੁਕਦੀ ਕਦੇ ਨਹੀਂ ਹੈ ਇੱਕ ਮਾਟੋ ਪੜ੍ਹਿਆ ਆਮ ਪੜ੍ਹਿਆ ਜਾਂਦਾ ਆਪਾਂ ਵੇਖਦੇ ਹਾਂ ਨਾ ਲਿਖਿਆ ਹੁੰਦਾ ਕਈ ਤਾਂ ਧਾਰਮਿਕ ਸਥਾਨਾਂ 'ਤੇ ਵੀ ਲਿਖਿਆ ਹੁੰਦਾ ਵੀ ਆਓ ਪਿਆਰਿਓ ਸੇਵਾ ਕਰੋ ਆਪਾਂ ਗੁਰੂ ਪਿਆਰਿਓ ਪੜ੍ਹਦੇ ਹਾਂ ਕਈ ਵਾਰ ਸਕੂਲਾਂ ਦੇ ਵੀ ਦੋਨੇ ਪਾਸੇ ਤਮਲੇ ਲਿਖਿਆ ਹੁੰਦਾ ਇੱਕ ਪਾਸੇ ਸੇਵਾ ਸਿੱਖਿਆ ਲਈ ਆਓ ਦੂਜੇ ਪਾਸੇ ਲਿਖਿਆ ਹੁੰਦਾ ਸੇਵਾ ਲਈ ਜਾਓ ਭਾਵ ਕਿ ਉੱਥੇ ਸਿੱਖਿਆ ਲੈਣੀ ਹੈ ਵੀ ਕਿਵੇਂ ਸੇਵਾ ਕਰਨੀ ਹੈ ਦੁਨੀਆਂ ਵਿੱਚ ਕਿਵੇਂ ਲੰਘਾਉਣੀ ਹੈ ਇਹੀ ਗੁਰੂ ਦਰਬਾਰ ਦਾ ਹੁਕਮ ਹੈ ਪਰ ਇੱਥੇ ਸੇਵਾ ਕਰਨੀ ਵੀ ਹੈ ਅਤੇ ਪਾਤਸ਼ਾਹ ਜੀ ਰਹਿਮਤ ਵੀ ਕਰਦੇ ਹੈ ਅਤੇ ਉਹ ਲਿਖਿਆ ਆਪਾਂ ਪੜ੍ਹਦੇ ਹਾਂ ਬੜੇ ਥਾਵਾਂ 'ਤੇ ਲਿਖਿਆ ਹੁੰਦਾ ਭਾਈ ਸੇਵਾ ਕਰੋਗੇ ਤਾਂ ਮੁੱਕਣੀ ਨਹੀਂ ਸੇਵਾ ਥੋੜ੍ਹੀ ਮੁੱਕਦੀ ਹੈ ਇਹਦਾ ਸੰਸਾਰੀ ਕੰਮ ਚੱਲਦੇ ਹੀ ਰਹਿੰਦੇ ਨੇ ਸੇਵਾ ਗੁਰੂ ਦਰਬਾਰਾਂ ਦੀ ਵੀ ਚੱਲਦੀ ਹੀ ਰਹਿੰਦੀ ਹੈ ਗੁਰੂ ਘਰਾਂ 'ਚ ਵੀ ਸਾਰੀਆਂ ਸੁਭਾਵਾਂ ਹੀ ਨੇ ਜੇ ਕੋਈ ਕਰਨੀ ਚਾਹੇ ਸੇਵਾ ਕਰੋ ਤਾਂ ਮੁੱਕਣੀ ਨਹੀਂ ਅਤੇ ਗਾਂ ਲਿਖਿਆ ਹੁੰਦਾ ਕਈ ਤਾਂ ਪੜ੍ਹਦੇ ਹਾਂ ਨਾ ਜੇ ਕਰੋਗੇ ਤਾਂ ਮੁੱਕਣੀ ਨਹੀਂ ਕਰੋਗੇ ਤਾਂ ਰੁਕਣੀ ਨਹੀਂ ਵੀ ਜੇ ਕੋਈ ਕਹੇਗਾ ਨਾ ਵੀ ਮੈਂ ਨਹੀਂ ਕਰਦਾ ਫਿਰ ਨਾ ਕਰਨ ਕਰਕੇ ਰੁਕਦੀ ਥੋੜ੍ਹਾ ਕੋਈ ਸੇਵਾ ਸੇਵਾ ਤਾਂ ਚੱਲੀ ਜਾਂਦੀ ਹੈ ਇਹ ਤਾਂ ਚੱਲਦਾ ਹੀ ਰਹਿੰਦਾ ਕੰਮ ਸਤਿਪੁਰਸ਼ ਕਿਆ ਕਰਦੇ ਭਾਈ ਜੇ ਗੁਰੂ ਘਰ ਵਿੱਚ ਜਾਂ ਕਿਸੇ ਵੀ ਧਾਰਮਿਕ ਥਾਂ 'ਤੇ ਕਿਤੇ ਵੀ ਸਾਨੂੰ ਸੇਵਾ ਦਾ ਮੌਕਾ ਮਿਲਦਾ ਕਿ ਨਾ ਕਿਤੇ ਉੱਥੇ ਐਵੇਂ ਨਾ ਆਪਣੇ ਮਾਣ ਵਿੱਚ ਸੇਵਾ ਨੂੰ ਛੱਡ ਬੈਠੀਏ ਵੀ ਮੇਰੇ ਤੋਂ ਬਿਨਾਂ ਕੌਣ ਕਰੂਗਾ ਜਾਂ ਮੈਂ ਛੱਡ ਚੱਲਿਆ ਲਓ ਜੀ ਸਾਂਭੋ ਬੜੇ ਥਾਵਾਂ 'ਤੇ ਹੁੰਦਾ ਨਾ ਸਾਂਭੋ ਚਾਂਬੀ ਆ ਜੀ ਅਸੀਂ ਨਹੀਂ ਹੁਣ ਕਰਦੇ ਆਹ ਚੱਕੋ ਜੀ ਆ ਜਾਓ ਜਿਹਨੇ ਆਉਣਾ ਪਰ ਗੁਰੂ ਪਾਤਸ਼ਾਹ ਉਹ ਸਤਿਪੁਰਸ਼ ਕਿਆ ਕਰਦੇ ਕਹਿੰਦੇ ਭਾਈ ਐਵੇਂ ਨਾ ਮਾਣ ਕਰੀ ਬੰਦਿਆ ਇਹ ਗੁਰੂ ਨਾਨਕ ਦਾ ਥੜਾ ਇੱਥੇ ਇੱਕ ਗਿਆ ਅਤੇ ਇੱਕ ਹੋਰ ਖੜਾ ਕਹਿੰਦੇ ਜੇ ਤੂੰ ਛੱਡ ਕੇ ਜਾਏਗਾ ਕਿ ਨਾ ਤੇਰੇ ਤੋਂ ਪਹਿਲਾਂ ਵੜੇ ਗਏ ਨੇ ਅੱਜ ਤੂੰ ਜਾ ਰਿਹਾ ਅਤੇ ਗੁਰੂ ਨਾਨਕ ਨਾਲ ਦੀ ਨਾਲ ਇੱਕ ਹੋਰ ਖੜਾ ਕਰ ਲੈਂਦਾ ਭਾਵ ਸੇਵਾ ਨਹੀਂ ਰੁਕਦੀ ਸਥਾਨ ਨਹੀਂ ਖਾਲੀ ਹੁੰਦਾ ਇਹ ਤਾਂ ਸਾਡੇ ਤੋਂ ਪਹਿਲਾਂ ਵੀ ਬੜੇ ਆਏ ਅੱਜ ਆਪਾਂ ਬੈਠੇ ਹਾਂ ਅਤੇ ਸਾਡੇ ਤੋਂ ਬਾਅਦ 'ਚ ਵੀ ਬੜੇ ਆਉਣਗੇ ਇਹ ਗੁਰੂ ਨਾਨਕ ਦਾ ਦਰ ਥੋੜ੍ਹੀ ਕੋਈ ਅਸੀਂ ਘਟਾ ਸਕਦੇ ਹਾਂ ਇਹ ਤਾਂ ਚੱਲਦਾ ਵੀ ਮਾਣ ਨਹੀਂ ਇਹ ਤਾਂ ਆਖੀਏ ਜੋ ਜਿੱਥੇ ਵੀ ਅਸੀਂ ਕਰਮ ਕਰਦੇ ਹਾਂ ਨਾ ਅਤੇ ਆਪਾਂ ਸ਼ੁਕਰ ਕਰੀਏ ਮਾਲਕਾ ਸੱਚੇ ਪਾਤਸ਼ਾਹ ਤੁਸੀਂ ਸਾਨੂੰ ਯੋਗ ਜਾਣ ਕੇ ਲਾਇਆ ਹੋਇਆ ਮੇਰਾ ਰੱਖੀ ਸੱਚੇ ਸਾਹਿਬਾ ਕਿਰਪਾ ਰੱਖੀ ਇਉਂ ਜਿੰਨੇ ਸਵਾਸ ਨੇ ਤੁਹਾਡੀ ਸੇਵਾ ਵਿੱਚ ਲੰਘ ਜਾਣ ਕਿਰਪਾ ਕਰਿਓ ਮਾਲਕਾ ਇਉਂ ਹੀ ਅਸੀਂ ਸੇਵਾ ਕਰਦੇ ਜਾਈਏ ਇਉਂ ਹੀ ਮਾਲਕਾ ਤੇਰੀ ਬਾਣੀ ਨਾਲ ਨਾਮ ਨਾਲ ਸੱਚ ਨਾਲ ਜੁੜ ਕੇ ਚੱਲੀਏ ਕਿਰਪਾ ਕਰਿਓ
ਇਹ ਮਿੱਠੀ ਲੱਗਣ ਦਾ ਭਾਣਾ ਭਾਵ ਕੇ ਜੋ ਸਾਹਿਬ ਕਹਿ ਰਹੇ ਨੇ ਗੁਰ ਕੀ ਸੇਵਾ ਮਿੱਠੀ ਲਾਗੀ, ਜਿਹਨਾਂ ਨੂੰ ਮਿੱਠੀ ਲੱਗੀ। ਪਾਤਸ਼ਾਹ ਕਹਿੰਦੇ ਆਨੰਦਨ ਸੁਖ ਸਹਿਜ ਸਮਾਧੀ, ਉਹ ਹਰ ਵੇਲੇ ਭਾਵ ਕੇ ਸੁੱਖਾਂ ਵਿੱਚ ਰਹਿੰਦੇ ਆ, ਉਹਨਾਂ ਦੀ ਸਮਝੋ ਕਿ ਸਮਾਧੀ ਲੱਗੀ ਹੋਈ ਰਹਿੰਦੀ ਆ। ਸਮਾਧੀ ਇਉਂ ਹੀ ਨਹੀਂ ਹੁੰਦਾ ਵੀ ਬਸ ਬੈਠ ਗਏ ਜੀ ਸਮਾਧੀਆਂ ਲੱਗ ਗਈਆਂ, ਇਹੋ ਜਿਹਾ ਸਮਾਧੀਆਂ ਵਾਲਿਆਂ ਨੂੰ ਤਾਂ ਗੁਰੂ ਨਾਨਕ ਸਾਹਿਬ ਨੇ ਹਲੂਣੇ ਦਿੱਤੇ ਆ, ਭਾਈ ਕਿੱਥੇ ਬੈਠੇ ਹੋ, ਚੜ੍ਹੇ ਪਰਬਤਾਂ ਦੇ ਵਿੱਚ ਸੰਸਾਰ ਦਾ ਭਲਾ ਕਰ ਲਓ। ਸਿੱਧ ਯੋਗੀਆਂ ਨੂੰ ਲਾ ਕੇ ਲਿਆਉਂਦਾ ਸੁਮੇਰ ਪਰਬਤ ਤੋਂ ਪਾਤਸ਼ਾਹ ਨੇ, ਕਹਿੰਦੇ ਤੁਸੀਂ ਵਿਚਾਰਵਾਨ ਹੋ, ਐਡੇ ਤੁਹਾਡੇ ਕੋਲ ਗਿਆਨ ਨੇ, ਆ ਗਿਆਨ ਲੈ ਕੇ ਤੁਰ ਜਾਵੋਗੇ, ਇਹ ਗਿਆਨ ਵੰਡ ਦਿਉ ਦੁਨੀਆਂ 'ਚ। ਉਹ ਸਿੱਧ ਯੋਗੀਆਂ ਦਾ ਗਿਆਨ ਬੜਾ ਸੀ ਉਹਨਾਂ ਕੋਲ, ਅੱਜ ਡਾਕਟਰ ਸਾਹਿਬਾਨ ਨੇ ਗੁਰੂ ਪਿਆਰਿਓ ਜਿਹੜੇ ਵੇਖਦੇ ਆ ਮਸ਼ੀਨਾਂ ਨਾਲ, ਕਹਿ ਲਈਏ ਆਪਾਂ ਅਲਟਰਾਸਾਊਂਡ ਕਰ ਕਰਕੇ ਵੀ ਅੰਦਰ ਕੀ ਕੁਝ ਕਿਵੇਂ ਆ, ਅਤੇ ਉਹਨਾਂ ਨੇ ਵੇਖੋ ਉਹਨਾਂ ਸਮਿਆਂ ਦੇ ਵਿੱਚ ਕੁਝ ਵੀ ਨਹੀਂ ਸੀ ਇਹੋ ਜਿਹੇ ਸਾਧਨ। ਉਹਨਾਂ ਯੋਗੀ ਸਿੱਧਾਂ ਨੇ ਸਰੀਰ ਬਾਰੇ ਨਾੜੀ ਨਾੜੀ ਬਾਰੇ ਗਿਣਤੀ ਕੀਤੀ ਹੋਈ ਹੈ, ਗ੍ਰੰਥਾਂ ਵਿੱਚ ਪਤਾ ਲੱਗਦਾ, ਦੱਸਦੇ ਆ ਵੀ ਇੰਨੇ ਲੱਖ ਹੈ, ਇੰਨੇ ਕਰੋੜ, ਆ ਚੀਜ਼ ਹੈ, ਸਾਰਾ ਕੁਝ ਦੱਸਿਆ ਪਿਆ ਉਹਨਾਂ ਗ੍ਰੰਥਾਂ ਵਿੱਚ। ਉਹਨਾਂ ਭਾਵ ਕੇ ਉਹ ਕਿਵੇਂ ਗੁਰੂ ਪਿਆਰਿਓ ਆਪਣੇ ਸਵਾਸਾਂ ਨੂੰ ਉਹ ਨਾੜੀ ਵਿੱਚ ਸਮੇਟ ਲੈਂਦੇ ਸੀ, ਖੜਾ ਲੈਂਦੇ ਸੀ, ਈੜਾ ਪਿੰਗਲਾ ਸੁਖਮਨਾ ਆਦਿ ਜੋ ਕੁਝ ਦੱਸਿਆ ਗਿਆ, ਕਿੰਨਾ ਸਮਾਂ ਪਹਿਲਾਂ ਉਹਨਾਂ ਨੇ ਸਾਰਾ ਕੁਛ ਦੱਸਤਾ, ਐਡਾ ਗਿਆਨ ਸੀ ਉਹਨਾਂ ਕੋਲ ਤਦੇ ਦੱਸਿਆ ਨਾ। ਅਤੇ ਪਾਤਸ਼ਾਹ ਕਹਿੰਦੇ ਐਡੇ ਐਡੇ ਗਿਆਨ ਨੂੰ ਲੈ ਕੇ ਤੁਸੀਂ ਪਰਬਤਾਂ 'ਚ ਕੀ ਕਰਦੇ ਹੋ ਬੈਠੇ, ਭਾਈ ਸੰਸਾਰ ਦਾ ਭਲਾ ਕਰੋ। ਉਹੀ ਫਿਰ ਗੁਰੂ ਪਿਆਰਿਓ ਇਹ ਵੈਦ ਦੇ ਵੈਦਾਂ ਦੇ ਰੂਪ ਵਿੱਚ ਉਹਨਾਂ ਨੇ ਆ ਕੇ ਬੜਾ ਕੁਛ ਕੀਤਾ। ਇਹ ਗੁਰੂ ਨਾਨਕ ਸਾਹਿਬ ਨੇ ਐਡੀ ਕਿਰਪਾ ਕੀਤੀ, ਸਮਝਾਇਆ ਵੀ ਕਿੱਥੇ ਬੈਠੇ ਹੋ, ਤੁਸੀਂ ਕੀ ਕਰ ਰਹੇ ਹੋ। ਅੱਜ ਵੀ ਅਜੋਕਾ ਸਮਾਂ ਭਾਵ ਕੇ ਜੇ ਸਾਡੇ ਕੋਲ ਗਿਆਨ ਹੈ ਪਿਆਰਿਓ ਤਾਂ ਉਹਨੂੰ ਵਰਤੀਏ ਅਤੇ ਵਰਤਾਈਏ, ਭਲਾ ਹੋਵੇਗਾ ਕਿਸੇ ਦਾ। ਪਾਤਸ਼ਾਹ ਕਹਿੰਦੇ ਐਵੇਂ ਭਾਈ ਲੈ ਕੇ ਤੁਰ ਜਾਣਾ ਗਿਆਨ ਕੀ ਹੈ, ਇੱਕ ਲੈ ਕੇ ਗਿਆ ਗਿਆਨ, ਪਛਤਾਵਾ ਕੀਤਾ ਉਹਨੇ। ਕੌਣ ਆਪਾਂ ਪੜ੍ਹਦੇ ਹਾਂ ਤਿਆਸ ਰਾਵਣ, ਰਾਵਣ ਕੋਲੇ ਵਡਮੁੱਲਾ ਗਿਆਨ ਸੀ, ਬੇਅੰਤ ਗਿਆਨ ਸੀ, ਪਰ ਉਹ ਗਿਆਨ ਤੋਂ ਕੰਮ ਨਹੀਂ ਉਹਨੇ ਲਿਆ। ਜਦੋਂ ਆਖਰ ਸਮਾਂ ਸੀ ਕਿ ਨਾ ਲੇਟਿਆ ਪਿਆ ਸੀ, ਸਵਾਸ ਖਤਮ ਹੋਣ ਵਾਲੇ ਸੀ, ਜਦੋਂ ਘਾਇਲ ਕੀਤਾ, ਲਕਸ਼ਮਣ ਜੀ ਹੱਸੇ ਸੀ ਅਤੇ ਲਕਸ਼ਮਣ ਜੀ ਹੱਸੇ ਅਤੇ ਰਾਮ ਚੰਦਰ ਕਹਿੰਦੇ ਭਰਾਵਾ ਕਿਉਂ ਹੱਸ ਰਿਹਾ, ਹੱਸਣ ਵਾਲੀ ਕਿਹੜੀ ਗੱਲ ਹੈ। ਉਹ ਕਹਿੰਦਾ ਜੀ ਹੱਸਦਾ ਹੀ ਆ, ਦੁਸ਼ਮਣ ਉਹ ਦੇਖੋ ਜਿਹੜਾ ਕਹਿੰਦਾ ਸੀ ਮੈਂ ਲੋਟ ਨਹੀਂ ਆਉਣਾ, ਮੈਂ ਸਭ ਨੂੰ ਖਤਮ ਕਰ ਦੂੰ, ਮੈਂ ਮਰਨਾ ਹੀ ਨਹੀਂ ਹੈ, ਉਹ ਪਿਆ ਜਾ ਰਿਹਾ ਅੱਜ। ਉਹ ਕਹਿੰਦੇ ਭਲਿਆ ਅੱਜ ਦੁਨੀਆਂ ਤੋਂ ਐਸਾ ਗਿਆਨੀ ਲੋਕ ਬਦਬਾਨ ਜਾ ਰਿਹਾ, ਇਹਦੇ ਜੈਸਾ ਕੋਈ ਪਹਿਲਾਂ ਨਹੀਂ ਹੋਇਆ, ਅੱਗੇ ਵੀ ਖੈਰ ਹੋਵੇ ਨਾ ਹੋਵੇ। ਕਹਿੰਦਾ ਜੀ ਗਿਆਨੀ ਕਾਹਦਾ, ਕਿਹੜਾ ਗਿਆਨ ਆ, ਕੀਤਾ ਕੀ ਇਹਨੇ। ਕਹਿੰਦੇ ਨਹੀਂ ਬੜਾ ਵੱਡਾ ਗਿਆਨ ਆ, ਲੈ ਜਾਇਆ ਜੇ ਕੋਲ ਮਿਲਿਆ ਲੈ ਲਾ, ਕੋਈ ਗਿਆਨ ਜੇ ਦਿੰਦਾ ਜਾਣਾ ਕੀਤਾ। ਕਹਿੰਦੇ ਆਪਾਂ ਬੜੀ ਬਾਰੇ ਗਾਥਾ ਸਾਂਝੀ ਕੀਤੀ ਹੈ, ਪਹਿਲਾਂ ਸਿਰ ਵਾਲੇ ਬੰਨੇ ਖੜ ਗਿਆ ਜਾ ਕੇ ਬੁਲਾਉਂਦਾ, ਐ ਰਾਵਣ ਜੀ ਵਿਦਵਾਨ ਜੀ ਕੋਈ ਗਿਆਨ ਦਿਓ, ਕੋਈ ਦੱਸਣਾ ਕਰੋ, ਝਾਕਿਆ ਤੱਕ ਨਹੀਂ ਹੈ ਉਹਦੇ ਵੱਲ। ਰਾਵਣ ਵਾਪਸ ਆ ਗਿਆ ਬੋਲ ਚੱਲ ਕੇ, ਕਹਿੰਦੇ ਭਰਾਵਾ ਉਹ ਤਾਂ ਆਕੜ ਵਿੱਚ ਹੀ ਬੜੀ ਚਾ ਆਪਣੇ ਮਾਣ 'ਚ, ਮੇਰੇ ਵੱਲ ਤਾਂ ਉਹਨੇ ਨਿਗਾਹ ਵੀ ਨਹੀਂ ਕੀਤੀ, ਬੜਾ ਬੁਲਾਇਆ ਫਿਰ ਵੀ। ਲਕਸ਼ਮਣ ਜੀ ਨੂੰ ਆਖਣ ਲੱਗੇ ਰਾਮ ਚੰਦਰ ਜੀ, ਕਹਿੰਦੇ ਭਾਈ ਕੀ ਕਰਨ ਗਿਆ ਸੀ। ਕਹਿੰਦਾ ਤੁਸੀਂ ਭੇਜਿਆ ਵੀ ਗਿਆਨ ਲੈ ਕੇ ਆ, ਕੋਈ ਗਿਆਨ ਲਿਆਓ ਤੋਂ ਜਾ ਰਿਹਾ ਵਿਦਵਾਨ। ਉਹ ਕਹਿੰਦਾ ਗਿਆਨ ਲੈਣ ਦਾ ਤਰੀਕਾ ਤੇਰਾ ਕਿਹੜਾ ਸੀ, ਗਿਆਨ ਲੈਣ ਲਈ ਤੂੰ ਕਿੱਥੇ ਖੜਾ ਸੀ। ਕਹਿੰਦਾ ਜੀ ਸਿਰ ਕੋਲ ਉਹਦੇ ਕੋਲ। ਉਹ ਕਹਿੰਦਾ ਭਲਿਆ ਸਿਰ 'ਤੇ ਚੜ੍ਹ ਕੇ ਥੋੜ੍ਹੀ ਗਿਆਨ ਮਿਲਦਾ ਹੁੰਦਾ,
ਜੇ ਗਿਆਨ ਲੈਣਾ ਨਿਮਰਤਾ ਵਿੱਚ ਜਾ, ਉਹਦੇ ਚਰਨਾਂ 'ਚ ਖੜ ਹੱਥ ਜੋੜ ਕੇ ਅਤੇ ਫਿਰ ਮੰਗ ਕਰ। ਉਹ ਵਿਦਵਾਨ ਹੈ ਗਿਆਨ ਬਣ, ਇੱਦਾਂ ਥੋੜ੍ਹੀ ਸਰਚੜੇ ਨੂੰ ਕੋਈ ਦੇਵੇਗਾ। ਅਤੇ ਦੁਬਾਰੇ ਜਾਣਾ ਕੀਤਾ, ਖੜਿਆ ਪੈਰਾਂ ਵਾਲੇ ਬੰਨੇ ਹੱਥ ਜੋੜੇ ਅਤੇ ਹੱਸਦਾ ਫਿਰ ਰਾਵਣ ਕਦੇ ਹੱਸਿਆ। ਜਦੋਂ ਹੱਸਿਆ ਲਛਮਣ ਕਹਿੰਦਾ ਵੀ ਪਹਿਲਾਂ ਭਰਾਤਾਂ ਨੇ ਮੈਨੂੰ ਆਖਣਾ ਕੀਤਾ ਵੀ ਇਹ ਚੱਸਣ ਵਾਲੀ ਕਿਹੜਾ ਗੱਲ ਹੈ। ਉਹ ਝੀ ਉਹਨੂੰ ਕਹਿਤਾ ਵੀ ਐ ਰਾਵਣ ਜੀ, ਇਹ 'ਚ ਹੱਸਣ ਵਾਲੀ ਕਿਹੜੀ ਗੱਲ ਆ, ਹੱਸਦੇ ਕਿਉਂ? ਤੁਸੀਂ ਅੱਜ ਸੰਸਾਰ ਤੋਂ ਜਾ ਰਹੇ ਹੋ, ਘਾਇਲ ਹੋਏ ਪਏ ਹੋ, ਤੁਹਾਡਾ ਸਭ ਕੁਝ ਬਰਬਾਦ ਹੋ ਗਿਆ ਅਤੇ ਤੁਸੀਂ ਹੱਸਦੇ ਹੋ। ਉਹ ਕਹਿੰਦੇ ਹੱਸਦਾ ਤਾਂ ਮੈਂ ਆ, ਮੇਰੇ ਵਰਗਾ ਖੁਸ਼ ਨਸੀਬ ਕੌਣ ਹੋਏਗਾ? ਉਹ ਕਹਿੰਦੇ ਕਿਉਂ? ਕਹਿੰਦੇ ਜਿਹਨੂੰ ਸਾਰੀ ਦੁਨੀਆ ਰਾਮ ਚੰਦਰ ਜੀ ਨੂੰ ਮੰਨ ਰਹੀ ਹੈ, ਸਾਰਿਆਂ ਨੂੰ ਸਾਰੇ ਉਹਨੂੰ ਭਗਵਾਨ ਬਣਾਏ ਹੋਇਆ, ਅਤੇ ਕਹਿੰਦੇ ਮੈਂ ਉਹਦੇ ਨਾਲ ਯੁੱਧ ਕੀਤਾ, ਜੰਗ ਕੀਤਾ ਹੈ। ਕਹਿੰਦੇ ਅਸਾਂ ਜੰਗ ਤਾਂ ਕੀਤਾ ਹੈ, ਤੂੰ ਅੱਜ ਜਾ ਰਿਹਾ ਸੰਸਾਰ ਤੋਂ, ਤੈਨੂੰ ਘਾਇਲ ਕਰ ਦਿੱਤਾ, ਤੈਨੂੰ ਅਫਸੋਸ ਨਹੀਂ? ਕਹਿੰਦਾ ਅਫਸੋਸ ਕਾਹਦਾ? ਅਫਸੋਸ ਕਹਿੰਦਾ ਮੈਨੂੰ ਕੋਈ ਨਹੀਂ, ਅਵਤਾਰੀ ਪੁਰਸ਼ ਹੈ, ਉਹਦੇ ਹੱਥੋਂ ਮੇਰੀ ਮੌਤ ਹੋਈ ਹੈ, ਮੈਂ ਤਾਂ ਸਿੱਧਾ ਸਵਰਗ ਨੂੰ ਜਾ ਰਿਹਾ। ਇਹ ਕਹਿੰਦੇ ਵਚਨ ਕੀਤਾ ਉਹਨੇ, ਅੱਜ ਭਗਵਾਨ ਦੇ ਹੱਥੋਂ ਹੀ ਮੈਂ, ਮੇਰਾ ਉਧਾਰ ਭਗਵਾਨ ਨੇ ਕੀਤਾ, ਮੈਨੂੰ ਕੀ ਭਾਵ ਕੇ, ਮੈਂ ਤਾਂ ਸਿੱਧਾ ਹੀ ਭਾਵ ਕੇ ਸ਼ਾਂਤ ਹਾਂ। ਕਹਿੰਦੇ ਅੱਸਾ, ਕਹਿੰਦੇ ਮੰਨ ਲਏ ਵੀ ਜੇਕਰ ਕੁਛ ਹੋਰ ਹੋ ਜਾਂਦਾ। ਕਹਿੰਦਾ ਹੋਰ ਕੀ? ਕਹਿੰਦੇ ਉਹ 'ਚ ਵੀ ਮੇਰੀ, ਕਹਿੰਦੇ ਤੂੰ ਜੇ ਭਗਵਾਨ ਨੂੰ ਕੁਛ ਕਰ ਦਿੰਦਾ, ਕਿੰਨਾ ਕੁਛ ਕੀਤਾ ਭਗਵਾਨ? ਉਹ ਕਹਿੰਦਾ ਫਿਰ ਵੀ ਕੁਛ ਨਹੀਂ ਸੀ, ਫਿਰ ਵੀ ਮੈਂ ਬੜਾ ਪਾਵਰਫੁੱਲ ਤਾਕਤਵਰ ਅਖਵਾਉਣਾ ਸੀ ਦੁਨੀਆ 'ਚ, ਵੀ ਇਹਨੇ ਸਮੇਂ ਦੇ ਅਵਤਾਰੀ ਪੁਰਸ਼ ਨੂੰ ਵੀ ਹਰਾ ਕੇ ਰੱਖ ਦਿੱਤਾ, ਐਡਾ ਬਲਵਾਨ। ਕਹਿੰਦਾ ਦੋਨੇ ਹੱਥ ਲੱਡੂ ਸੀ ਮੇਰੇ ਤਾਂ, ਮੈਂ ਇਸ ਕਰਕੇ ਖੁਸ਼ ਹਾਂ। ਉਹ ਕਹਿੰਦਾ ਚੰਗਾ, ਗੱਲਾਂ ਸੜ ਸਾਰੀਆਂ, ਮੈਂ ਤਾਂ ਤੇਰੇ ਤੋਂ ਕੁਝ ਲੈਣਾ। ਕਹਿੰਦੇ ਗੱਲ ਕਰ, ਕੀ ਚਾਹੀਦਾ, ਕੀ ਹੈ? ਕਹਿੰਦੇ ਮੈਂ ਸੁਣਿਆ ਤੂੰ ਬੜਾ ਵੱਡਾ ਵਿਦਵਾਨ ਹੈ, ਕੋਈ ਗਿਆਨ ਦੀ ਗੱਲ ਕਰ, ਜਾਣ ਲੱਗਿਆ ਕੁਛ ਦੇ ਜਾ, ਲੈ ਕੇ ਮਰ ਚੱਲਿਆ। ਉਹ ਕਹਿੰਦੇ ਇਹ ਮੈਨੂੰ ਅਫਸੋਸ ਆ, ਮੈਂ ਲੈ ਕੇ ਮਰ ਚੱਲਿਆ। ਵੀ ਗੱਲ ਸੁਣ ਲੈ, ਤੂੰ ਗਿਆਨ ਲੈਣ ਲਈ ਆ ਗਿਆ, ਐ ਲਛਮਣ ਜ਼ਿੰਦਗੀ ਦਾ ਅਸੂਲ ਬਣਾ ਲੈ, ਵੀ ਜੋ ਕੁਝ ਮਨ ਵਿੱਚ ਠਾਣ ਲਿਆ, ਜੋ ਕੁਝ ਗਿਆਨ ਆ ਗਿਆ ਤੈਨੂੰ ਭਾਈ, ਉਹ ਉਸੇ ਸਮੇਂ ਵਰਤ ਲਵੀਂ, ਵਰਤਾ ਦਵੀਂ, ਉਸੇ ਸਮੇਂ ਵਰਤਾ ਦਵੀਂ, ਵਰਤ ਲਵੀਂ, ਅਤੇ ਬਾਅਦ ਵਿੱਚ ਤਾਂ ਮੇਰੇ ਵਾਂਗ ਅਫਸੋਸ ਰਹਿੰਦਾ। ਇਹ ਮੈਨੂੰ ਅਫਸੋਸ ਹੈ, ਮੇਰੇ ਕੋਲ ਐਡੀ ਤਾਕਤ ਸੀ, ਮੈਂ ਅਸਮਾਨ ਤਾਂ ਹੀ ਵੀ ਪੌੜੀਆਂ ਲਾ ਸਕਦਾ ਸੀ, ਰਸਤਾ ਬਣਾ ਸਕਦਾ ਸੀ, ਪਰ ਮੈਨੂੰ ਇਹ ਹੋ ਗਿਆ ਵੀ ਮੈਂ ਕਿਹੜਾ ਮਰਨਾ, ਮੈਨੂੰ ਕੋਈ ਥੋੜ੍ਹੀ ਮਾਰ ਸਕਦਾ ਹੈ, ਜਦੋਂ ਜੀ ਆਏਗਾ ਕਰ ਦੇਵਾਂਗੇ, ਅੱਜ ਨਹੀਂ ਕੱਲ੍ਹ ਨੂੰ ਹੋਜੂ, ਕੱਲ੍ਹ ਨੂੰ ਪਰਸੋਂ ਨੂੰ ਹੋਜੂ, ਕਰਦਿਆਂ ਕਰਦਿਆਂ ਜ਼ਿੰਦਗੀ ਲੰਘਾਤੀ ਅਤੇ ਅੱਜ ਮੈਂ ਚੱਲਿਆ ਹਾਂ। ਅਫਸੋਸ ਹੈ, ਮੈਂ ਸਾਰਾ ਆਪਣਾ ਗਿਆਨ, ਸਾਰੀ ਤਾਕਤ, ਜੋ ਕੁਝ ਕਰ ਸਕਦਾ ਸੀ ਉਹ ਕੀਤਾ ਨਹੀਂ ਹੈ ਮੈਂ। ਇਸੇ ਕਰਕੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਵੀ ਕਹਿਣਾ ਪੈ ਗਿਆ, ਕਹਿੰਦੇ ਆ ਕਰਨਾ ਹੁਤੋ ਸੋ ਨਾ ਕੀਓ, ਪਰਿਓ ਲੋਭ ਕੈ ਫੰਦ, ਨਾਨਕ ਸਮਿਓ ਰਮ ਗਿਓ, ਅਬ ਕਿਉਂ ਰੋਬਤ ਅੰਧ। ਕਹਿੰਦੇ ਇਹਦੇ ਆ ਮਨਾ, ਜੋ ਕੁਝ ਤੂੰ ਕਰ ਸਕਦਾ ਸੀ, ਕਰਨਾ ਸੀ, ਜ਼ਿੰਦਗੀ ਲੰਘਾਤੀ, ਪਰ ਕੀਤਾ ਨਹੀਂ, ਅੱਜ ਨਹੀਂ ਕੱਲ੍ਹ ਨੂੰ ਕਰਾਂਗਾ। ਸਾਡਾ ਵੀ ਇਹੀ ਸੁਭਾਅ ਬਣਿਆ ਹੋਇਆ ਵੀ ਅੱਜ ਤਾਂ ਬੜਾ ਸਮਾਂ ਪਿਆ, ਕੋਈ ਨਹੀਂ ਪੜ੍ਹ ਲਿਆ ਕਰਾਂਗੇ ਬਾਣੀ, ਕੋਈ ਨਹੀਂ ਬਹਿ ਜਾ ਕਰਾਂਗੇ ਸੰਗਤ ਵਿੱਚ, ਕੋਈ ਨਹੀਂ ਕਰ ਲਵਾਂਗੇ ਆਹ ਕੁਛ। ਕਰਦਿਆਂ 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 ਜ਼ਿੰਦਗੀ ਲੰਘ ਜਾਂਦੀ ਹੈ ਅਤੇ ਫਿਰ ਸ਼ਾਇਦ ਬੜਿਆਂ ਨੂੰ ਅਫਸੋਸ ਪੱਲੇ ਪੈਂਦਾ, ਇਹ ਰੋਣਾ ਬੜਿਆਂ ਨੂੰ ਪੱਲੇ ਪੈਂਦਾ ਵੀ ਜੋ ਕੁਝ ਕਰਨਾ ਸੀ ਮੈਂ ਕੀਤਾ ਨਹੀਂ, ਭਲਿਓ ਐਵੇਂ ਜ਼ਿੰਦਗੀ ਲੰਘਾਤੀ। ਅਤੇ ਇਉਂ ਕਰਕੇ ਭਾਵ ਕੀ ਵੀ ਪਾਤਸ਼ਾਹ ਕਹਿੰਦੇ ਭਾਈ ਸਮਾਂ ਮਿਲਿਆ,
ਵੀ ਚੰਗੇ ਕਰਮ ਕਰ ਲਈਏ ਵੀ ਇੱਦਾਂ ਹੀ ਨਾ ਲੰਘ ਜਾਏ। ਇਹ ਬੜੀਆਂ ਗਾਥਾ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਥਾਂ ਪਰ ਥਾਂ ਜਾ ਜਾ ਕੇ ਇਹੋ ਜਿਹੇ ਗਿਆਨਵਾਨਾਂ ਨੂੰ ਸਮਝਾ ਕੇ ਦੁਨੀਆਂ ਵਿੱਚ ਵਿਚਰਨ ਲਈ ਲਾਇਆ। ਜਿਹੜੇ ਸੱਡੀ ਬੈਠੇ ਸੀ ਕਹਿੰਦੇ ਦੁਨੀਆਂ ਤਾਂ ਭਾਈ ਜ਼ਹਿਰ ਹੈ, ਦੁਨੀਆਂ ਤਾਂ ਆਹ ਹੈ ਉਹ ਹੈ, ਭਾਵ ਕਿ ਦੁਨੀਆਂਦਾਰੀ ਨੂੰ ਛੱਡ ਗਵਾਏ ਸੀ ਜਿਨ੍ਹਾਂ ਨੇ, ਉਹਨਾਂ ਨੂੰ ਦੁਨੀਆਂਦਾਰੀ ਵਿੱਚ ਲੈ ਕੇ ਆਉਂਦਾ, ਇਤਿਹਾਸ ਵਿੱਚ ਆਉਂਦਾ, ਬੇਅੰਤ ਨੂੰ ਲਿਆਉਂਦਾ, ਵਿਦਵਾਨਾਂ ਨੂੰ, ਬੜੇ ਵੱਡੇ ਵੱਡੇ ਸਿੱਧ ਯੋਗੀਆਂ ਨੂੰ, ਜਿਨ੍ਹਾਂ ਨੇ ਫਿਰ ਸੰਸਾਰ ਦਾ ਭਲਾ ਕੀਤਾ। ਆ ਜੋ ਵੀ ਵੈਦ ਜੋ ਦਵਾਈਆਂ ਬੂਟੀਆਂ ਬਾਰੇ ਪਤਾ ਸੀ ਉਹਨਾਂ ਨੂੰ, ਅਤੇ ਉਹਨਾਂ ਨੇ ਫਿਰ ਸੰਸਾਰ ਦੇ ਭਲੇ ਕਰਨੇ ਕੀਤੇ ਨੇ। ਇਸੇ ਕਰਕੇ ਪਾਤਸ਼ਾਹ ਜੀ ਕਹਿੰਦੇ ਭਾਈ ਆਹ ਸਮਾਧੀਆਂ ਨਹੀਂ, ਇੱਦਾਂ ਦਾ ਨਹੀਂ ਹੁੰਦੇ ਗਿਆਨਵਾਨ, ਅਤੇ ਅਸਲ ਸਮਾਧੀ ਉਹ ਹੈ ਗੁਰੂ ਤੋਂ ਸੇਧ ਲੈ ਕੇ ਸੇਵਾ ਕਰਨ ਲੱਗਣਾ, ਆਪਣੇ ਯੋਗ ਨੂੰ ਆਪਣੇ ਗਿਆਨ ਨੂੰ ਵਰਤਾਉਣਾ। ਅਤੇ ਪਾਤਸ਼ਾਹ ਕਹਿੰਦੇ ਗੁਰ ਕੀ ਸੇਵਾ ਮਿੱਠੀ ਲਾਗੀ, ਜਿਨ੍ਹਾਂ ਨੂੰ ਇਹ ਸਮਝ ਵਿੱਚ ਆਇਆ ਇੱਦਾਂ ਦਾ ਜੀਵਨ ਬਣਾਇਆ। ਪਾਤਸ਼ਾਹ ਕਹਿੰਦੇ ਆਨੰਦਨ ਸੁਖ ਸਹਿਜ ਸਮਾਧੀ, ਉਹ ਸਦੀਵੀ ਹੀ ਸੁੱਖਾਂ ਵਿੱਚ ਰਹਿੰਦੇ ਆ। ਅਸਲ ਕਰਕੇ ਗੁਰੂ ਨਾਨਕ ਜੀ ਉਹਨਾਂ ਦੀ ਸੱਚੀ ਸਮਾਧੀ ਨੂੰ ਮਨੌਤਾ ਦਿੰਦੇ ਆ ਵੀ ਆਹ ਸਮਾਧੀ ਹੈ ਭਾਈ। ਅਸਲ ਵਿੱਚ ਤਾਂ ਸਮਾਧੀ ਦਾ ਵੀ ਭਾਵ ਕੀ ਹੁੰਦਾ, ਧਿਆਨ ਲਾਉਣਾ। ਸਮਾਧੀ ਦਾ ਅਰਥ ਇਹੀ ਹੈ ਵੀ ਧਿਆਨ ਲਾਉਣਾ, ਧਿਆਨ ਵਿੱਚ ਰਹਿਣਾ। ਅਤੇ ਅਸਲ ਵਿੱਚ ਜਿਹੜਾ ਬੰਦਾ ਸਹੀ ਤਰੀਕੇ ਨਾਲ ਜ਼ਿੰਦਗੀ ਜਿਉਂਦਾ, ਕਰਮ ਕਰਦਾ, ਆਪਣੇ ਫਰਜ਼ਾਂ ਨੂੰ ਸਮਝਦਾ, ਧਿਆਨ ਵਿੱਚ ਰੱਖਦਾ, ਸਾਰਾ ਧਿਆਨ ਨਾਲ ਕਰਮ ਕਰਦਾ, ਅਤੇ ਉਹ ਸਮਾਧੀ ਵਿੱਚ ਹੀ ਹੈ ਭਾਈ। ਅਸਲ ਸਮਾਧੀ ਇਹੀ ਹੈ ਵੀ ਧਿਆਨ ਨਾਲ ਇੱਕ ਅਵੇਸ਼ਲੀ ਰਹਿਣਾ, ਬਸ ਜੋ ਆਇਆ ਮਨ ਕਰਤਾ ਨਹੀਂ ਨਾ ਸੀ, ਭਾਵ ਗਿਆ ਆਪਣੇ ਸਵਾਰਥ ਲਈ ਸਭ ਕੁਝ ਕਰਨਾ, ਉਹ ਸਮਾਧੀ ਦੀ। ਅਸਲ ਵੀ ਧਿਆਨ ਨਾਲ ਚੱਲਣਾ ਵੀ ਕਰਮ ਸੋਹਣੇ ਕਰਨੇ, ਧਿਆਨ ਰੱਖ ਕੇ ਕਰਮ ਕਮਾਉਣੇ, ਅਤੇ ਉਹਨੂੰ ਕਹਿੰਦੇ ਵੀ ਸੱਚੀ ਸਮਾਧੀ ਹੈ। ਗੁਰੂ ਨਾਨਕ ਜੀ ਐਸੀਆਂ ਸਮਾਧੀਆਂ ਨੂੰ ਮੰਨਦੇ ਆ, ਧਿਆਨ ਵਿੱਚ ਕਰਮ ਕਰਦੇ ਸੀ ਭਾਈ ਲਹਿਣਾ ਜੀ, ਅਤੇ ਸਤਿਗੁਰਾਂ ਨੇ ਪ੍ਰਵਾਨ ਕੀਤੇ ਆ। ਜਿਹੜੇ ਬੇਧਿਆਨ ਵਿੱਚ ਸੀ, ਕਿੰਨੀ ਦੁਨੀਆਂ ਤਾਂ ਬਹੁਤ ਸੀ ਨਾਲ, ਪਰ ਪ੍ਰਵਾਨ ਨਹੀਂ ਕੀਤਾ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਵੇਖਣਾ ਕੀਤਾ, ਬਾਬਾ ਅਮਰਦਾਸ ਜੀ ਧਿਆਨ ਨਾਲ ਕਰਮ ਕਰ ਰਹੇ ਨੇ, 12 ਸਾਲ ਲੰਘ ਗਏ ਅੱਜ ਧਿਆਨ ਨਹੀਂ ਟੁੱਟਿਆ। ਸਮੇਂ ਸਮੇਂ 'ਤੇ ਜਦੋਂ ਜੋ ਲੋੜ ਹੈ ਜੋ ਸੇਵਾ ਕਰਦੇ ਆ, ਨਿਤਾ ਪ੍ਰਤੀ ਉੱਦਾਂ ਹੀ ਕਰਦੇ ਆ, ਅਤੇ ਮਾਲਕ ਨੇ ਪ੍ਰਵਾਨ ਕਰ ਲਿਆ ਵੀ ਹਾਂ ਧਿਆਨ ਵਿੱਚ ਹੈ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਵੇਖਣਾ ਕੀਤਾ, ਰਾਮਾ ਜੀ ਜੇਠਾ ਜੀ ਧਿਆਨ ਕਰਦੇ ਆ ਕੰਮ ਦਾ, ਅਤੇ ਧਿਆਨ ਵਿੱਚ ਹੈ ਭਾਈ ਜੇਠਾ ਜੀ ਨੇ ਧਿਆਨ ਨਾਲ ਕਰਮ ਕੀਤਾ, ਅਤੇ ਗੁਰੂ ਨੇ ਪ੍ਰਵਾਨ ਕਰ ਲਿਆ। ਇਉਂ ਹੀ ਪਿਰਤੀ ਹੋਣੀ ਵੀ ਕਰਦੇ ਆ ਗੁਰੂ ਪਿਆਰਿਓ ਸੁਭਾਵਾਂ, ਮਹਾਦੇਵ ਜੀ ਵੀ ਨਾਲ ਹੀ ਨੇ, ਪਰ ਗੁਰੂ ਅਰਜਨ ਦੇਵ ਤੀਸਰੇ ਨੰਬਰ 'ਤੇ ਛੋਟੇ ਨੇ, ਧਿਆਨ ਰੱਖ ਰਹੇ ਨੇ, ਧਿਆਨ ਲੱਗਿਆ ਹੋਇਆ, ਅਸਲ ਸੱਚ ਸਮਾਧੀ 'ਚ ਨੇ, ਅਤੇ ਪ੍ਰਵਾਨ ਹੋ ਗਏ। ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਪਿਆਰਿਓ ਸਹੀ ਸਮਾਧੀ ਅਸਲ ਹੀ ਹੈ ਵੀ ਧਿਆਨ ਨਾਲ ਜ਼ਿੰਦਗੀ ਬਤੀਤ ਕਰਨੀ, ਮਾੜੇ ਕਰਮਾਂ ਤੋਂ ਰੁਕਣਾ, ਧਿਆਨ ਰੱਖਣਾ, ਇਹਨੂੰ ਸੱਚੀ ਸਮਾਧੀ ਕਹਿੰਦੇ ਆ। ਆਓ ਆਪਾਂ ਸਾਰੇ ਕੋਸ਼ਿਸ਼ ਕਰੀਏ, ਤਾਂ ਗੁਰੂ ਅਮਰਦਾਸ ਜੀ ਸਾਨੂੰ ਸਮਝਾਉਂਦੇ ਆ, ਅਸੀਂ ਆਪਣੇ 'ਤੇ ਲਾਗੂ ਕਰੀਏ, ਕੋਸ਼ਿਸ਼ ਕਰੀ ਵੀ ਸਾਡਾ ਵੀ ਕਿਤੇ ਗੁਰੂ ਮਿਹਰ ਕਰਨ ਇਹੋ ਜਿਹਾ ਧਿਆਨ ਬਣ ਜਾਏ, ਅਸੀਂ ਵੀ ਇਹੋ ਜਿਹੀ ਸਮਾਧੀ ਵਾਲੇ ਬਣ ਜਾਈਏ। ਅਤੇ ਸਤਿਗੁਰੂ ਜੀ ਕਹਿੰਦੇ ਆ ਬਈ ਸਮਾਧੀ ਭਾਈ ਇਹੀ ਅਸਲੀ ਹੈ, ਬਸ ਰੱਬ ਰੱਬ ਕਰੋ, ਪ੍ਰਮਾਤਮਾ ਨੂੰ ਧਿਆਉਣਾ ਕਰੋ, ਧਿਆਨ ਨਾਲ ਚੱਲੋ। ਪਾਤਸ਼ਾਹ ਕਹਿੰਦੇ ਜਿਹੜੇ ਇਉਂ ਕਰਦੇ ਨੇ, ਹਰ ਹਰ ਕਰਦੇ ਆ ਮਨ ਨਿਰਮਲ ਹੋਆ, ਗੁਰ ਕੀ ਸੇਵ ਪਿਆਰੀ ਹੈ। ਕਹਿੰਦੇ ਹਰੀ ਹਰੀ ਕਰਦਿਆਂ ਦਾ ਭਾਈ ਬਸ ਮਨ ਨਿਰਮਲ ਹੋ ਗਿਆ,
ਤਾਂ ਹੁਣ ਗੁਰੂ ਕੀ ਜਿਹੜੀ ਸੱਚੀ ਸੇਵਾ ਉਹ ਪਿਆਰੀ ਲੱਗਦੀ ਹੈ, ਚੰਗੀ ਲੱਗਦੀ ਹੈ, ਵੀ ਹਾਂ ਭਾਈ ਜੋ ਗੁਰੂ ਸਾਹਿਬ ਜੀ ਕਹਿੰਦੇ ਆ ਇਹ ਚੰਗਾ ਹੈ, ਇਹ ਸਾਨੂੰ ਕਰਨਾ ਚਾਹੀਦਾ। ਅਤੇ ਆਖਰ ਬਾਰਵੀਂ ਪੌੜੀ ਵਿੱਚ ਜਾ ਕੇ ਸਾਹਿਬਾ ਕਿਰਪਾ ਕਰ ਰਹੇ ਹਨ, ਸੇ ਜਨ ਸੁਖੀਏ ਸਤਿਗੁਰ ਸੱਚੇ ਲਾਏ, ਆਪੇ ਭਾਣ ਆਪ ਮਲਾਈ, ਸਤਿਗੁਰ ਰਾਖੇ ਸੇ ਜਨ ਉਭਰੇ, ਹੋਰ ਮਾਇਆ ਮੋਹ ਖੁਆਰੀ ਹੈ। ਸਭ ਕਹਿੰਦੇ ਸੇ ਜਨ ਸੁਖੀਏ, ਸੇ ਦਾ ਭਾਵ ਉਹ ਰੱਬ ਦੇ ਪਿਆਰੇ ਸੇਵਕ ਸੁਖੀਏ ਨੇ, ਸੁੱਖ ਮਾਣਦੇ ਆ ਕਿਹੜੇ, ਸਤਿਗੁਰ ਸੱਚੇ ਲਾਏ, ਜਿਹੜੇ ਸੇਵਕ ਸਤਿਗੁਰੂ ਨੇ ਸੱਚ ਨਾਲ ਜੋੜ ਦਿੱਤੇ ਆ। ਹੁਣ ਜੋੜਦੇ ਤਾਂ ਸਾਰਿਆਂ ਨੂੰ ਨੇ ਸਾਨੂੰ ਮਾਲਕ ਜੀ ਵੀ ਸੱਚ ਨਾਲ ਜੁੜੋ ਭਾਈ, ਅਤੇ ਹੁਣ ਜਿਹੜੇ ਜੁੜ ਜਾਣਗੇ, ਜੁੜੇ ਹੋਇਆਂ ਨੂੰ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਸੁਖੀਏ ਨੇ, ਸੁੱਖ ਮਾਣਦੇ ਆ। ਆਪੇ ਭਾਣੇ ਆਪ ਮਲਾਈ, ਆਪਣੇ ਭਾਣੇ ਦੇ ਵਿੱਚ ਪਾਤਸ਼ਾਹ ਜੀ ਕਹਿੰਦੇ ਨੇ, ਆਪਣੇ ਭਾਣੇ ਵਿੱਚ ਆਪਣੇ ਹੁਕਮ ਵਿੱਚ ਮਾਲਕ ਜਿਹਨਾਂ ਨੂੰ ਲੈ ਆਉਂਦਾ, ਜਿਹੜੇ ਆ ਜਾਂਦੇ ਆ ਉਹ ਭਾਈ ਮਿਲ ਜਾਂਦੇ ਆ, ਸੱਚ ਨਾਲ ਮਿਲ ਜਾਂਦੇ ਆ, ਮਾਲਕ ਨਾਲ ਮਿਲ ਜਾਂਦੇ ਆ, ਉਹ ਜਿੰਦ ਕਹਿ ਲਈਏ ਪਰਮਾਤਮਾ ਨਾਲ ਮਿਲ ਜਾਂਦੀ ਹੈ। ਹੁਣ ਪਾਤਸ਼ਾਹ ਦੇ ਭਾਣੇ ਵਿੱਚ ਆ ਕੇ ਪਾਤਸ਼ਾਹ ਦੇ ਕੋਲੋਂ ਖੁਸ਼ੀਆਂ ਲੈਣੀਆਂ, ਸੇ ਜਨ ਸੁਖੀਏ ਉਹ ਸੁੱਖ ਭੋਗਦੇ ਆ, ਉਹਨਾਂ ਦੀ ਜ਼ਿੰਦਗੀ ਵਿੱਚ ਸੁੱਖ ਆ ਜਾਂਦੇ ਆ। ਅਸੀਂ ਸੁੱਖ ਸਾਰੇ ਹੀ ਲੋਚਦੇ ਹਾਂ ਪਿਆਰਿਓ, ਪਰ ਗੁਰੂ ਕੇ ਭਾਣੇ ਨੂੰ, ਗੁਰੂ ਕੇ ਭਾਵ ਕੇ ਮਰਯਾਦਾ ਨੂੰ ਅਸੀਂ ਸਮਝਦੇ ਨਹੀਂ, ਅਸੀਂ ਮੰਨਣਾ ਨਹੀਂ ਚਾਹੁੰਦੇ। ਪਰ ਸੁੱਖ ਸਾਰੇ ਕਹਿੰਦੇ ਆ ਵੀ ਸੁੱਖ ਮਿਲ ਜਾਣ, ਸੁੱਖ ਮਿਲ ਜਾਣ, ਪਰ ਸੁੱਖ ਇਉਂ ਨਹੀਂ ਗੁਰੂ ਪਿਆਰਿਓ, ਸੁੱਖ ਵਰਤੇ 'ਤੇ ਹੀ ਮਿਲਦੇ ਹੁੰਦੇ ਆ। ਹੁਣ ਗੁਰੂ ਕੇ ਬਚਨਾਂ ਨੂੰ ਅਸੀਂ ਵਰਤਾਈਏ, ਆਪਣੇ ਵਿੱਚ ਜੀਵਨ ਵਿੱਚ ਵਰਤਣਾ ਕਰੀਏ, ਫਿਰ ਹੀ ਆ ਕਹਿੰਦਾ ਫਿਰ ਸੁੱਖ ਹੈ। ਹੁਣ ਉਹ ਹੀ ਇੱਕ ਭਾਵ ਕਿ ਬੜੀ ਵਾਰ ਆਪਾਂ ਪੜ੍ਹਦੇ ਹਾਂ ਵਿਦਵਾਨ ਦੇ ਬਚਨ, ਉਹ ਕਹਿੰਦੇ ਭਾਈ ਇੱਕ ਜੀਵ ਉਹ ਹੁੰਦਾ ਜਿਹੜਾ ਮਾਇਆ ਮਾਇਆ ਕਰਦਾ ਫਿਰਦਾ, ਬੜੀ ਜੋੜੀ ਜਾਂਦਾ ਵਰਤਦਾ ਨਹੀਂ। ਹੁਣ ਮਾਇਆ ਭਾਵੇਂ ਕਰੋੜ ਅਰਬਾਂ ਪਈ ਹੋਵੇ ਸਾਡੇ ਕੋਲ, ਜੇ ਅਸੀਂ ਵਰਤਣਾ ਨਹੀਂ, ਸਹੂਲਤਾਂ ਨਹੀਂ ਖਰੀਦਣੀਆਂ ਉਹਦੇ ਨਾਲ, ਫਿਰ ਸੁੱਖ ਥੋੜ੍ਹੀ ਆ ਉਹਦਾ, ਕੋਈ ਪਈ ਦਾ ਥੋੜ੍ਹੀ ਲਾਭ ਹੈ, ਕੋਈ ਪਈ ਦਾ ਲਾਭ ਕੋਈ ਨਹੀਂ ਹੈ। ਇਉਂ ਹੀ ਭਾਵ ਕਿ ਉਹ ਦੋ ਤਿੰਨ ਬਚਨ ਲਿਖਦਾ, ਉਹ ਕਹਿੰਦਾ ਹੈ ਵੀ ਮਾਇਆ ਜੋੜਦਾ ਸੂਮ ਮਰ ਗਿਆ, ਜੋੜਦਾ ਹੀ ਮਰ ਗਿਆ ਵਿਚਾਰਾ ਦੁੱਖਾਂ ਦੇ ਵਿੱਚ, ਉਹਦਾ ਲਾਹਾ ਕੋਈ ਨਹੀਂ ਲਿਆ, ਕੋਈ ਖਾ ਪਾ ਹੰਢਾ ਕੇ ਨਹੀਂ ਵੇਖਿਆ। ਮਾਇਆ ਜੋੜਦਾ ਸੂਮ ਮਰ ਗਿਆ, ਮੌਜ ਕਰੀ ਖਰਚੰਡੇ ਨੇ, ਕਹਿੰਦੇ ਖਰਚਣ ਵਾਲਾ ਆ ਗਿਆ ਅਤੇ ਉਹ ਜਿਹੜੇ ਜੋੜੇ ਪਏ ਨੇ ਅਡਾਰਿਆ, ਅਤੇ ਕਹਿੰਦੇ ਮੌਜਾਂ ਮਾਣਦਾ ਫਿਰਦਾ, ਅਤੇ ਉੱਦਾਂ ਹੀ ਕਹਿੰਦੇ ਖੱਡ ਪੁੱਟਦਾ ਮੁੱਸਾ ਮਰ ਗਿਆ, ਮੁੱਸਾ ਚੂਹੇ ਨੂੰ ਕਹਿੰਦੇ ਆ, ਚੂਹਾ ਖੱਡ ਪੁੱਟਦਾ ਵਿਚਾਰਾ, ਅਤੇ ਖੱਡ ਪੁੱਟਦਾ ਗੁਰੂ ਪਿਆਰੋ ਰਹਿਣ ਲਈ ਆਪਣੇ ਬਣਾ ਰਿਹਾ ਮਕਾਨ ਆਪਦਾ, ਪਰ ਉੱਥੇ ਕਈ ਵਾਰ ਕਹਿੰਦੇ ਸਰਪ ਆਉਂਦਾ ਅਤੇ ਉਹਨੂੰ ਵੀ ਸੱਕ ਜਾਂਦਾ ਅਤੇ ਉਹਦੇ ਘਰ 'ਤੇ ਆ ਕੇ ਕਬਜ਼ਾ ਕਰ ਲੈਂਦਾ, ਆਨੰਦ ਉਹ ਮਾਣਦਾ। ਉਹ ਕਹਿੰਦੇ ਖੁੱਡ ਪੁੱਟਦਾ ਮੁੱਸਾ ਮਰ ਗਿਆ, ਮੌਜ ਕਰੀ ਭੁਜੰਗੇ ਨੇ, ਭੁਜੰਗਾ ਕਹਿੰਦੇ ਨੇ ਸੱਪ ਨੂੰ, ਭੁਜੰਗ ਪ੍ਰਯਾਸ ਸੰਦ ਆਪਾਂ ਪੜ੍ਹਦੇ ਹਾਂ ਵੀ ਸੱਪ ਦੀ ਚਾਲ 'ਤੇ ਸੰਦ ਨੂੰ ਗਾਉਣਾ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੜੇ ਥਾਵਾਂ 'ਤੇ ਇਹ ਚਾਲ ਬਣਾਈ ਹੋਈ ਹੈ, ਭਾਵ ਕੇ ਸੰਦਾਂ ਦੀ ਸੱਪ ਚਾਲ, ਭਾਵ ਕੇ ਆਓ ਰਹੋ ਵਿਚਾਰ। ਕਹਿੰਦੇ ਵੀ ਉਹ ਭਾਈ ਭੁਜੰਗਾ ਆਉਂਦਾ ਉਹ ਮੌਜਾਂ ਮਾਣਦਾ, ਪਰ ਪੁੱਟਣ ਵਾਲਾ ਵਿਚਾਰਾ ਖਪਾ ਕਈ ਪਤਾ ਨਹੀਂ ਕਿੰਨਾ ਕੁ ਸਮਾਂ ਲਾ ਕੇ ਪੁੱਟਦਾ, ਪਰ ਉਹ ਬਿੰਦ ਦੀ ਆ ਕੇ ਕਬਜ਼ਾ ਕਰ ਲੈਂਦਾ। ਇਹਦਾ ਹੀ ਕਹਿ ਰਹੇ ਨੇ ਖੱਡ ਪੁੱਟਦਾ ਮੁੱਛਾ ਮਰ ਗਿਆ, ਮੌਜ ਕਰੀ ਭੁਜੰਗੇ ਨੇ,
ਕਹਿੰਦੇ ਨਿੰਦਾ ਨਿੰਦਾ ਕਰਦਿਆ ਨਿੰਦਕ ਮਰ ਗਿਆ, ਮੌਜ ਕਰੀ ਸਤ ਸੰਗੇ ਨੇ। ਨਿੰਦਕ ਲੋਕ ਕਈ ਹੁੰਦੇ ਆ ਗੁਰੂ ਪਿਆਰਿਓ, ਨਿੰਦਿਆ ਕਰਦੇ ਖਾਪਾ ਖਾਈ ਹੋਏ ਰਹਿੰਦੇ ਆ, ਦੁੱਖ ਹੁੰਦਾ, ਬਹੁਤਾ ਦੁੱਖ ਤਾਂ ਆਮ ਹੀ ਕਿਹਾ ਜਾਂਦਾ। ਕਹਿੰਦੇ ਕਿਸੇ ਨੂੰ ਆਪਣਾ ਦੁੱਖ ਦੁੱਖ ਨਹੀਂ ਬਹੁਤਾ ਸਤਾਉਂਦਾ, ਕਿਸੇ ਦੀਆਂ ਖੁਸ਼ੀਆਂ ਨੂੰ ਵੇਖ ਕੇ ਬਹੁਤੇ ਦੁਖੀ ਹੁੰਦੇ ਨੇ, ਕਿਸੇ ਦੇ ਸੁੱਖ ਨੂੰ ਸਹੂਲਤਾਂ ਨੂੰ ਦੇਖ ਕੇ ਬਹੁਤੇ ਦੁਖੀ ਹੁੰਦੇ ਆ। ਪਰ ਇੱਦਾਂ ਹੀ ਉਹ ਨਿੰਦਕ ਲੋਕ ਜਿਹੜੇ ਨਿੰਦਿਆ ਕਰਦਿਆਂ, ਨਿੰਦਾ ਅਗਲਾ ਕਿਹਦੀ ਕਰਦਾ ਹੁੰਦਾ ਗੁਰੂ ਪਿਆਰਿਓ, ਨਿੰਦਾ ਉਹਦੀ ਕੀਤੀ ਜਾਂਦੀ ਹੈ। ਹਰ ਇੱਕ ਜੀਵ ਆਪਣੇ 'ਤੇ ਭਾਵੇਂ ਲਾ ਕੇ ਵੇਖੀਏ, ਜਿਹੜਾ ਆਪਾਂ ਤੋਂ ਅੱਗੇ ਲੰਘੇ ਕਿ ਨਾ, ਮਨ ਸਾਡਾ ਕਹਿੰਦਾ ਇਹ ਅੱਗੇ ਨਾ ਮੇਰੇ ਤੋਂ ਜਾਵੇ, ਫਿਰ ਉਹ ਘਾੜਤਾਂ ਘੜਦਾ, ਗੱਲਾਂ ਬਾਤਾਂ ਬਣਾਉਂਦਾ ਹੈ ਵੀ ਇਹਨੂੰ ਆਪਾਂ ਹੱਠੀ ਕਰੀਏ ਕਿਵੇਂ ਨਾ ਕਿਵੇਂ ਕਰਕੇ, ਉਹ ਨਿੰਦਿਆ ਕਿਸੇ ਨੂੰ ਵਧਾਉਣਾ ਘਟਾਉਣਾ ਅਸਲ ਨਿੰਦਿਆ ਹੁੰਦੀ ਹੈ। ਪਰ ਜੇ ਸੱਚ ਨੂੰ ਸੱਚ ਕਹੀਏ ਉਹ ਨਿੰਦਿਆ ਨਹੀਂ ਹੁੰਦੀ। ਬੜੀ ਵਾਰ ਅਸੀਂ ਮਨਾਂ 'ਚ ਹੀ ਵਿਚਾਰ ਲੈਂਦੇ ਹਾਂ ਬਈ ਨਾ ਭਾਈ ਸੱਡ ਖੜਾ ਆਪਾਂ ਕਾਹਨੂੰ ਕਹਿਣਾ, ਕਾਹਨੂੰ ਨਿੰਦਿਆ ਕਰਨੀ ਆ, ਵੀ ਸੱਚ ਨੂੰ ਸੱਚ ਕਹਿਣਾ ਨਿੰਦਿਆ ਨਹੀਂ। ਕਈ ਵਾਰ ਗੁਰੂ ਪਿਆਰਿਓ ਸਾਡੇ ਵਰਗੇ ਨੂੰ ਪਤਾ ਨਹੀਂ ਲੱਗਦਾ ਵੀ ਸਾਡੇ 'ਚ ਆਹ ਘਾਟਾ ਨੇ, ਅਤੇ ਅੱਗੋਂ ਉਹਨਾਂ ਘਾਟਾਂ ਨੂੰ ਕਿਸੇ ਨੂੰ ਜ਼ਾਹਰ ਹੋ ਗਿਆ, ਪਤਾ ਲੱਗ ਗਿਆ, ਨਾ ਦੱਸੀਏ ਗੁਰੂ ਪਿਆਰਿਓ, ਭਾਵ ਕੇ ਜੀਵਨ ਸਾਡਾ ਪਤਾ ਨਹੀਂ ਕਿੱਥੇ ਗਿਰਾਵਟਾਂ ਵਿੱਚ ਜਾ ਸਕਦਾ। ਪਰ ਜੇ ਦੱਸ ਦਈਏ ਆਪਾਂ, ਕਹਿ ਦਈਏ ਅਸਲ ਉਹਨੂੰ ਹੀ ਕਿਹਾ ਜਾਵੇ, ਜਾ ਕੇ ਸਮਝਾਇਆ ਜਾਵੇ, ਸਮਝਦਾ ਠੀਕ ਹੈ ਅਗਲਾ ਨਹੀਂ ਨਾ ਸਹੀ, ਭਾਵ ਕੇ ਸੱਚ ਨੂੰ ਸੱਚ ਦੱਸਣਾ ਉਹ ਚੰਗਾ ਹੁੰਦਾ, ਕਿਸੇ ਦਾ ਭਲਾ ਹੋ ਜਾਂਦਾ। ਕਈ ਵਾਰੀ ਪਤਾ ਨਹੀਂ ਹੁੰਦਾ ਅਗਲਾ ਮਾੜੇ ਪਾਸੇ ਜਾਂਦਾ, ਸਮਝ ਆ ਗਈ ਤਾਂ ਮੁੜਿਆ ਆਉਂਦਾ, ਭਲਾ ਹੁੰਦਾ। ਪਰ ਜੇ ਹਾਂ ਕੋਈ ਚੰਗੇ ਪਾਸੇ ਨੂੰ ਜਾਂਦਾ ਉਹਨੂੰ ਮੋੜਨ ਲਈ ਜਾਂ ਉਹਨੂੰ ਖਤਮ ਕਰਨ ਦੇ ਲਈ, ਗੁਰੂ ਪਿਆਰਿਓ ਭਲੇ ਕਰਨ ਵਾਲਿਆਂ ਨੂੰ ਬਾਅਦ ਘਾਟ ਦੀਆਂ ਗੱਲਾਂ ਕਰੀਏ, ਉਹ ਚੰਗਾ ਨਹੀਂ ਹੁੰਦਾ, ਨਿੰਦਿਆ ਉਹ ਹੁੰਦੀ ਹੈ ਅਸਲ ਕਰਕੇ। ਸੋ ਨਿੰਦਕ ਜਿਹੜਾ ਨਿੰਦਿਆ ਕਰਦੇ ਨੇ, ਭਾਵ ਕਿ ਲੋਕਾਂ ਦੀ ਹੱਠੀ ਲਈ, ਕਿਸੇ ਦੀ ਤੁਹੀਨ ਲਈ, ਘਾਟ ਲਈ, ਬੇਇੱਜ਼ਤੀ ਲਈ, ਅਤੇ ਉਹ ਨਿੰਦਕ ਹੁੰਦੇ ਆ, ਉਹ ਨਿੰਦਿਆ ਕਰ ਕਰਦੇ ਖਪਾਕਾਈ ਹੁੰਦੇ ਹੈ। ਪਰ ਗੁਰੂ ਪਿਆਰਿਓ ਜਿਹੜਾ ਸੱਚ ਹੁੰਦਾ ਉਹ 'ਤੇ ਕੋਈ ਅਸਰ ਨਹੀਂ ਹੁੰਦਾ ਨਿੰਦਿਆ ਦਾ, ਨਿੰਦਕ ਖਤਮ ਹੋ ਜਾਂਦੇ ਹੈ ਅਤੇ ਸਤ ਸੰਗੇ ਫਿਰ ਨਾਲੇ ਜ਼ਿੰਦਗੀ 'ਚ ਖੁਸ਼ੀਆਂ ਸੁੱਖ ਲੈਂਦੇ ਹੈ। ਅਤੇ ਗੁਰੂ ਪਿਆਰਿਓ ਨਿੰਦਕ ਤਾਂ ਖਤਮ ਹੋ ਜਾਂਦਾ, ਪਰ ਜਿਹੜਾ ਸੱਚ ਸੱਚੇ ਨਾਲ ਜੁੜ ਗਿਆ ਉਹਦੀ ਫਿਰ ਜੀਵਨ ਕਾਲ ਵਿੱਚ ਵੀ, ਉਦੋਂ ਬਾਅਦ ਵਿੱਚ ਵੀ ਸਿਫਤਾਂ ਸਲਾਂਘਾਂ ਹੁੰਦੀਆਂ, ਯਾਦਾਂ ਬੜ ਜਾਂਦੀਆਂ ਨੇ। ਇਸੇ ਕਰਕੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਰੱਬ ਦੇ ਪਿਆਰੇ ਆ ਭਾਈ, ਸੇ ਜਨ ਸੁਖੀਏ, ਉਹ ਸੁਖੀ ਭੋਗਦੇ ਆ, ਉਹ ਆਨੰਦ ਲੈਂਦੇ ਨੇ ਸਤਿਗੁਰ ਸੱਚੇ ਲਾਏ, ਜਿਹੜੇ ਸੱਚ ਨਾਲ ਜੁੜ ਗਏ ਨੇ, ਜਿਨ੍ਹਾਂ ਨੇ ਸੱਚ ਦੀ ਕਮਾਈ ਕੀਤੀ ਹੈ, ਸੱਚ ਨੂੰ ਵਰਤਾਉਣਾ ਕੀਤਾ, ਸੱਚ ਨੂੰ ਜ਼ਿੰਦਗੀ 'ਚ ਲੈ ਕੇ ਆਉਣਾ ਕੀਤਾ। ਇਸੇ ਕਰਕੇ ਆਪੇ ਭਾਣੇ ਆਪ ਮਿਲਾਏ, ਸਤਿਗੁਰ ਰਾਖੇ ਸੇ ਜਨ ਉਭਰੇ, ਜਿਨ੍ਹਾਂ ਨੂੰ ਰੱਖਿਆ ਮੇਰੇ ਮਾਲਕ ਨੇ, ਜਿਨ੍ਹਾਂ 'ਤੇ ਕਿਰਪਾ ਹੋ ਗਈ ਉਹ ਉੱਭਰ ਗਏ ਨੇ। ਉੱਭਰਨ ਦਾ ਭਾਵ ਕਿੱਦਾਂ ਬਚ ਜਾਣਾ, ਉਹ ਸਾਰੇ ਪਾਤਸ਼ਾਹਾਂ ਤੋਂ ਬਚ ਜਾਂਦੇ ਹੈ ਜਿਹੜੇ ਭਾਈ ਸਤਿਗੁਰੂ ਤੋਂ ਦੂਰ ਹੋ ਜਾਂਦੇ ਹੈ, ਅਤੇ ਪਾਤਸ਼ਾਹ ਕਹਿੰਦੇ ਉਹ ਮਾਇਆ ਦੇ ਪਸਾਰੇ ਵਿੱਚ ਫਸ ਜਾਂਦੇ ਆ। ਸਾਹਿਬਾ ਕਹਿੰਦਾ ਹੋਰ ਮਾਇਆ ਮੋਹ ਖਵਾਰੀ ਹੈ, ਸਤਿਗੁਰ ਰਾਖੇ ਸੇ ਜਨ ਉਭਰੇ, ਜਿਹੜੇ ਸਤਿਗੁਰੂ ਨਾਲ ਜੁੜ ਗਏ, ਸਤਿਗੁਰਾਂ ਨੇ ਉਹਨਾਂ ਦੀ ਰੱਖਿਆ ਕੀਤੀ, ਉਹਨਾਂ ਨੂੰ ਰੱਖ ਲਿਆ, ਅਤੇ ਬਾਕੀ ਹੋਰ ਪਾਤਸ਼ਾਹ ਕਹਿੰਦੇ ਹੋਰ ਮਾਇਆ ਮੋਹ ਖਵਾਰੀ ਹੈ, ਬਾਕੀ ਕਹਿੰਦੇ ਭਾਈ ਗੁਰੂ ਨਾਲੋਂ ਟੁੱਟ ਗਏ, ਗੁਰੂ ਨੂੰ ਵਿਛਾਰ ਕੇ, ਅਤੇ ਪਾਤਸ਼ਾਹ ਕਹਿੰਦੇ ਉਹ ਖੁਆਰ ਹੋਏ, ਖੁਆਰੀ ਵਿੱਚ ਪੈ ਗਏ। ਖੁਆਰ ਕੌਣ ਹੁੰਦਾ, ਜਿਹੜਾ ਖੱਜਲ ਖੁਆਰ, ਜਿਹੜਾ ਰਸਤੇ ਤੋਂ ਭਟਕ ਜਾਵੇ, ਉਹਨੂੰ ਮੰਜ਼ਲ ਨਹੀਂ ਮਿਲਦੀ ਭਾਈ, ਉਹ ਖੁਆਰ ਹੀ ਹੁੰਦੇ ਹੈ।
ਅਤੇ ਪਾਤਸ਼ਾਹ ਕਹਿੰਦੇ ਜਿਹੜੇ ਸੱਚ ਨਾਲੋਂ ਟੁੱਟ ਗਏ, ਮਾਲਕ ਨਾਲੋਂ ਟੁੱਟ ਗਏ, ਉਹ ਖੁਆਰ ਹੀ ਹੋਣਗੇ। ਖਸਮ ਬਸਾਰ ਖੁਆਰੀ ਕਿੰਨੀ ਪਾਤਸ਼ਾਹ ਕਹਿਤਾ ਰਹੇ ਨੇ ਵੀ ਮਾਲਕ ਨੂੰ ਬਸ ਛੱਡ ਕੇ ਭਾਈ ਖੁਆਰ ਹੀ ਹੋਈਦਾ, ਤ੍ਰਿਗ ਜੀਵਨ ਨਹੀਂ ਰਹਿਣਾ। ਕਹਿੰਦੇ ਉਹਦੇ ਜੀਵਨ ਨੂੰ ਵੀ ਤਰਕਾਰਾਂ ਨੇ, ਅਤੇ ਇਹ ਜਾਣ ਲਿਓ ਪਾਤਸ਼ਾਹ ਕਹਿੰਦੇ ਰਹਿਣਾ ਤਾਂ ਹੈ ਨਹੀਂ ਭਾਈ, ਫਿਰ ਖੁਆਰ ਕਿਉਂ ਹੋਣਾ। ਆਓ ਖੁਆਰੀ ਤੋਂ ਬਚੀਏ, ਸਾਹਿਬ ਦੇ ਨਾਲ ਜੁੜੀਏ, ਸੱਚ ਦੇ ਰਸਤੇ ਦੇ ਪਾਂਧੀ ਬਣੀਏ, ਸੱਚੀ ਮੰਜ਼ਿਲ ਕਿਤੇ ਗੁਰੂ ਕਿਰਪਾ ਕਰਨ ਸਾਨੂੰ ਮਿਲ ਜਾਏ, ਸਾਡਾ ਆਵਾਗਮਨ ਚੱਕਰ ਖਤਮ ਹੋ ਜਾਏ। ਤਾਂ ਤੇ ਆਓ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰੀਏ, ਮੇਰਿਆ ਮਾਲਕਾ ਮਿਹਰ ਕਰ ਸਾਡੇ ਸਭਨਾਂ 'ਤੇ, ਤੁਹਾਡਾ ਸੱਚ ਨਾਮ ਉਪਦੇਸ਼ ਬਾਣੀ ਵਿਚਾਰ ਸਾਡੇ ਹਿਰਦੇ ਘਰ ਵਿੱਚ ਵੱਸ ਜਾਵੇ, ਕਦੇ ਭੁੱਲੀਏ ਨਾ, ਜੀਵਨ ਵਿੱਚ ਅਸੀਂ ਇਸ ਨੂੰ ਲਾਗੂ ਕਰੀਏ, ਸਾਡਾ ਲੋਕ ਪਰਲੋਕ ਸਵਰ ਜਾਏ। ਮੇਰਿਆ ਮਾਲਕਾ ਮਿਹਰ ਕਰ, ਪਿਆਰ ਵਿੱਚ ਆਖੀਏ, ਸਾਹਿਬ ਦੇ ਚਰਨਾਂ ਵਿੱਚ ਨਮਸਕਾਰ ਕਰਕੇ, ਸਤਿਗੁਰੂ ਜੀ ਬਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੇ ਉਹੋਂ ਜਾਂ ਭੁੱਲਾ ਦੀ ਕੀਮਾ ਬਖਸ਼ਿਸ਼ ਕਰਨੀ ਜੀ। 12 ਪੌੜੀਆਂ ਸ਼ਬਦ ਦੀਆਂ ਸੰਪੂਰਨ ਹੋ ਗਈਆਂ ਹਨ, 4 ਪੌੜੀਆਂ ਬਾਕੀ ਨੇ, ਸਤਿਗੁਰੂ ਜੀ ਮਿਹਰ ਕਰਨ ਕੱਲ੍ਹ ਨੂੰ ਸਰਵਣ ਕਰਾਂਗੇ। ਆਓ ਕੁਝ ਕੁ ਸਮਾਂ ਹੁਣ ਗੁਰਮਤਿ ਦੁਆਰਾ ਸਾਂਝ ਪਾਈਏ, ਪ੍ਰੇਮ ਸਹਿਤ ਸਾਰੀ ਸੰਗਤ ਆਖਣਾ ਕਰੋ ਜੀ ਵਾਹਿਗੁਰੂ 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 ਵਾਹਿ